ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮੂਹ ਨਗਰ ਨਿਵਾਸੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਅੱਜ ਸੱਚ ਵਿੱਚ ਫੀਟ ਵਾਲੇ ਨਿਹਾਲ ਦੇ ਖਿਲਾਫ ਸ਼ਿਕਾਇਤਾਂ ਸੁਣੀਆਂ ਜਾਣਗੀਆਂ। ਸਾਰਾ ਪਿੰਡ ਆਪਣੀਆਂ ਸ਼ਿਕਾਇਤਾਂ ਲੈ ਕੇ ਹੁੰਮ ਹਮਾ ਕੇ ਸੱਚ ਵਿੱਚ ਪਹੁੰਚਣ ਦੀ ਕਿਰਪਾਲਤਾ ਕਰੋ ਜੀ। ਸਰਪੰਚ ਜੀ ਬਹੁਤ ਹੋ ਗਿਆ ਹੁਣ ਤਾਂ, ਜਿਹੜਾ ਹਰਾਮ ਕਰ ਰੱਖਿਆ ਜੀ ਤੁਹਾਡੇ ਮੁੰਡੇ ਨੇ। ਸਰਪੰਚ ਸਾਹਿਬ, ਉਹ ਇਹਨਾਂ ਦਾ ਕਿਸੇ ਜ਼ਮਾਨੇ ਦੇ ਵਿੱਚ ਕਾਲੇ ਕੱਚੇ ਵਾਲਿਆਂ ਤੋਂ ਡਰ ਨਹੀਂ ਸੀ ਲੱਗਦਾ ਜਿੰਨਾ ਇਹਨਾਂ ਦੇ ਮੁੰਡੇ ਨਿਹਾਲੇ ਤੋਂ ਲੱਗਦਾ। ਪਰ ਪਹਿਲਾਂ ਮੈਨੂੰ ਇਹ ਤਾਂ ਦੱਸੋ ਕਿ ਮੇਰੇ ਮੁੰਡੇ ਨੇ ਕੀਤਾ ਕੀ ਆ। ਹੱਦ ਹੋ ਗਈ ਭੈਣ ਜੀ, ਉਹਨੇ ਸਾਰੇ ਪਿੰਡ ਦੇ ਨਾਕੇ ਦਮ ਕੀਤਾ ਹੋਇਆ ਔਰ ਤੁਸੀਂ ਕਹਿੰਦੇ ਹੋ ਕਿ ਮੇਰੇ ਮੁੰਡੇ ਨੇ ਕੀਤਾ ਕੀ ਹੈ। ਉਹ ਚਾਚੀ ਮੇਰੀ ਵੀ ਸੁਣ ਲਾ, ਤੇਰੇ ਮੁੰਡੇ ਨੇ ਭਾਨੀ ਮਾਰ ਕੇ ਮੇਰਾ ਰਿਸ਼ਤਾ ਰਲਾਤਾ, ਆਖੇ ਜੀ ਮੁੰਡਾ ਪਿੰਡ 'ਚ ਗਾਲਾਂ ਕੱਢਦਾ। ਦੱਸੋ ਤਾਂ ਮੈਂ ਕਦੀ ਕਿਸੇ ਹਰਾਮ ਦੇ ਨੂੰ ਗਾਲ ਕੱਢੀ ਆ? ਉਹ ਮਸੋ ਮਸੋ ਤਾਂ ਮੈਨੂੰ ਕੋਈ ਕੁੜੀ ਦੇਣ ਨੂੰ ਮੰਨਿਆ ਸੀ, ਮਸਾ ਮਸਾ ਤੈਨੂੰ ਰਿਸ਼ਤਾ ਆਇਆ ਸੀ, ਨਹੀਂ ਇਸੋ ਮਜ ਤਾਂ ਕੋਈ ਕਿਸੇ ਨੂੰ ਕੱਤੀ ਦਾ ਸੰਗਤ ਨਹੀਂ ਫੜਾਉਂਦਾ। ਬੜੇ ਸਾਰੀ ਗਲਤੀ ਤੇਰੀ ਆ, ਦੇਖਾ ਕਹਿ ਜਾ ਉਤ ਪੁੱਤ ਜੰਮਿਆ। ਚਾਚੀ ਮੈਂ ਵੀ ਤਾਂ ਇਸੇ ਪਿੰਡ 'ਚ ਰਹਿਣਾ, ਕਦੇ ਕੋਈ ਮੇਰੀ ਕੰਪਲੇਂਟ ਸੁਣੀ ਆ? ਪੁੱਤ ਤੂੰ ਤਾਂ ਪੜ੍ਹਿਆ ਲਿਖਿਆ, ਉਹ ਹੈ ਮਾਂ ਵਰਗਾ ਅਨਪੜ੍ਹ, ਪਿਓ ਵਿਚਾਰਾ ਸਾਰੀ ਉਮਰ ਪਿੰਡ ਦੀ ਭਲਾਈ ਕਰਦਾ ਮਰ ਗਿਆ, ਪੁੱਤ ਨੇ ਨਾਂ ਰੋਸ਼ਨ ਤਾਂ ਕੀ ਕਰਨਾ ਸੀ, ਸਗੋਂ ਮਿੱਟੀ 'ਚ ਮਿਲਾ ਕੇ ਰੱਖਤਾ। ਨਾ ਭੈਣ ਜੀ ਏਦਾਂ ਨਾ ਕਹੋ, ਬੜੀਆਂ ਦੁਆਵਾਂ ਮੰਗ ਮੰਗ ਕੇ ਮੈਂ ਉਹਨੂੰ ਲਿਆ। ਨਾ ਦੁਆ ਮੰਗੀ ਸੀ, ਇੱਕ ਬਦਦੁਆ। ਸਰਪੰਚ ਸਾਹਿਬ, ਇਸ ਤੋਂ ਪਹਿਲਾਂ ਕਿ ਪਿੰਡ ਦਾ ਕੋਈ ਹੋਰ ਨੁਕਸਾਨ ਹੋਵੇ, ਇਹਨੂੰ ਪਿੰਡ ਤੋਂ ਕੱਢ ਦੇਣਾ ਚਾਹੀਦਾ। ਭੈਣ ਜੀ, ਮੈਂ ਤੁਹਾਡੇ ਸਵਰਗਵਾਸੀ ਘਰ ਵਾਲੇ ਦਾ ਲਿਹਾਜ਼ ਕਰਕੇ ਤੁਹਾਨੂੰ ਇੱਕ ਮੌਕਾ ਹੋਰ ਦਿੰਦਾ। ਜੇ ਤੁਹਾਡੇ ਮੁੰਡੇ ਨੇ ਪਿੰਡ ਵਾਲਿਆਂ ਨੂੰ ਤੰਗ ਕੀਤਾ ਤਾਂ ਫਿਰ ਮੈਂ ਤੁਹਾਡੀ ਕੋਈ ਮਦਦ ਨਹੀਂ ਕਰ ਸਕਾਂਗਾ। ਤੁਸੀਂ ਯਾਦ ਰੱਖਣਾ, ਅੱਜ ਤੋਂ ਬਾਅਦ ਨਾ ਕੋਈ ਤੁਹਾਡੇ ਦੁੱਖ 'ਚ ਖੜੇ, ਨਾ ਕੋਈ ਸੁੱਖ 'ਚ, ਨਾ ਤੁਹਾਡੇ ਘਰ ਕੋਈ ਜਾਊਗਾ, ਨਾ ਤੁਹਾਡੇ ਘਰ ਕੋਈ ਆਊਗਾ। ਤੁਹਾਡੇ ਘਰ ਤਾਂ ਵੈਸੇ ਵੀ ਕਿਸੇ ਨੇ ਆਉਣਾ ਕੀ ਹੈ, ਕਿਉਂਕਿ ਤੁਹਾਡੇ ਮੁੰਡੇ ਦਾ ਵਿਆਹ ਤਾਂ ਆਊਗਾ ਜੇ ਉਹਨੂੰ ਕੋਈ ਕੁੜੀ ਦਊਗਾ। ਤੇ ਠੀਕ ਹੈ ਭਰਾਵੋ, ਹੁਣ ਇਹ ਸਭ ਨੂੰ ਮਨਜ਼ੂਰ ਹੈ ਨਾ? ਤੰਗ ਕਰ ਲਿਆ ਪਿੰਡ ਵਾਲਿਆਂ ਨੇ, ਸਾਲੇ ਰੋਜ਼ ਰੋਜ਼ ਬੇਬੇ ਨੂੰ ਪੰਚਾਇਤ 'ਚ ਸੱਦ ਲੈਂਦੇ ਨੇ, ਉੱਤੋਂ ਸਾਲਿਆਂ ਦੀਆਂ ਧਮਕੀਆਂ ਦੇਖ ਲਓ, ਆਖੇ ਸਾਡੇ ਵਿਆਹ ਸ਼ਾਦੀ 'ਤੇ ਨਾ ਆਇਓ। ਵੀ ਸਾਲਿਓ, ਮੈਂ ਤੁਹਾਡੀਆਂ ਗੁਲਾਬ ਜਾਮਣ ਦਾ ਭੁੱਖਾ ਜਿਹੜਾ ਤੁਹਾਡੇ ਵਿਆਹਾਂ 'ਤੇ ਆਊਂਗਾ। ਉਹ ਤਾਰੀ, ਤੂੰ ਸਾਲਿਆ ਮੇਰੇ ਨਾਲੋਂ ਵੱਧ ਲੈਪਟਾਪ ਨੂੰ ਪਿਆਰ ਕਰਦਾ ਵਾਂ, ਸਾਲਿਆ 24 ਘੰਟੇ ਬੈਠਾ ਗੰਦ ਸਵਾਹ ਕਰੀ ਜਾਂਦਾ ਵਾਂ, ਜੇ ਇੰਨਾ ਔਖਾ ਵਿਆਹ ਕਰਾ ਲਾ, ਉਹ ਇਹਨੂੰ ਕਿਹਨੇ ਕੁੜੀ ਦੇਣੀ ਹੈ? ਅੱਛਾ, ਗੱਲ ਪੱਕੀ ਆ ਬਈ, ਮੈਨੂੰ ਕਿਹਨੇ ਕੁੜੀ ਦੇਣੀ ਹੈ? ਪਰ ਇਹ ਕਰ ਸੋਨੀ, ਹਾਂ ਆਪਣੇ ਡੈਡੀ ਨਾਲ ਗੱਲ ਕਰਕੇ ਦੇ, ਕੀ ਪਤਾ ਉਹੀ ਕੁੜੀ ਦੇ ਦੇ। ਉਹ ਘਰ ਤੱਕ ਨਾ ਪਹੁੰਚੀ ਓਏ, ਤੇਰੇ ਘਰ ਤੱਕ ਇਹਨੇ ਕੀ ਜਾਣਾ, ਇਹ ਤਾਂ ਸਾਲਾ ਕਦੇ ਆਪਦੇ ਘਰੇ ਨਹੀਂ ਜਾਂਦਾ, 24 ਘੰਟੇ ਇੱਥੇ ਹੀ ਬੈਠਾ ਰਹਿੰਦਾ। ਮੇਰੇ ਲਈ ਕੀ ਦੇਖਦਾ, ਸਾਲਿਆ ਸਰਪੰਚ ਨੇ ਮੈਨੂੰ ਪਿੰਡੋਂ ਕੱਢਣਾ ਕੀਤਾ ਪਿਆ ਵਾ, ਇੱਥੇ ਬੈਠੇ ਦਾਰੂ ਚੁਰਸੀ ਜਾਂਦੇ ਹੋ, ਸਾਲਿਆ ਕੋਈ ਸਰਪੰਚ ਦਾ ਹੀਲਾ ਕਰ ਲਓ। ਹੀਲਾ ਤੇਰਾ ਹੋਇਆ ਪਿਆ, ਸਰਪੰਚ ਦੀ ਜਾਨ ਹੈ ਇੱਕ ਤੋਤੇ 'ਚ, ਉਸ ਤੋਤੇ ਦਾ ਨਾਂ ਹੈ ਸਪਨਾ, ਸਰਪੰਚ ਦੀ ਇਕਲੌਤੀ ਭਾਣਜੀ। ਸਰਪੰਚ ਸਪਨਾ ਨੂੰ ਇੰਨਾ ਪਿਆਰ ਕਰਦਾ ਜਿਵੇਂ ਰਾਜਸਥਾਨ ਦੇ ਲੋਕ ਪਾਣੀ ਵਾਲੇ ਨਲਕੇ ਨੂੰ ਕਰਦੇ ਨੇ। ਜੇ ਕਿਤੇ ਤੂੰ ਉਹਨੂੰ ਟਕਾ ਲੈਣਾ, ਜੋ ਤੂੰ ਕਹੇਗਾ ਉਹ ਸਪਨਾ ਕਰੂਗੀ, ਜੋ ਸਪਨਾ ਕਹੂਗੀ ਉਹ ਸਰਪੰਚ ਕਰੂਗਾ। ਇਹਦਾ ਮਤਲਬ ਸਿੱਧੇ ਸਿੱਧੇ ਤੌਰ ਤੇ ਤੇਰੇ ਹੱਥ 'ਚ ਕੌਣ ਆ ਗਿਆ? ਸਰਪੰਚ, ਹੁਣ ਤਾਂ ਜੱਟ ਦਾ ਇੱਕੋ ਸਪਨਾ, ਮੋਲੀਆਂ ਵਾਲੀ ਸਪਨਾ। ਸੜਕੇ ਸੜਕੇ ਜਾਂਦੀਏ ਮੁਟਿਆਰੇ ਨੀ, ਕੰਡਾ ਚੁਬਾ ਕੰਡਾ ਚੁਬਾ ਤੇਰੇ ਪੈਰ ਬਾਗੀਏ ਨਾਰੇ ਨੀ। ਲੈ ਦੱਸ ਵਿਚਾਰੀ ਸਾਈਕਲ ਰੋੜੀ ਆਉਣੀ ਵੀ ਕਮੜੀਏ, ਤੂੰ ਤਾਂ ਭਾਵੇਂ ਟਰੈਕਟਰ ਨੂੰ ਪੈਡਲ ਮਾਰ ਲਾ, ਉਹ ਨੱਠਿਆ ਵਰੇ। ਸਤਿ ਸ੍ਰੀ ਅਕਾਲ ਸੁਪਨਾ ਜੀ। ਸਤਿ ਸ੍ਰੀ ਅਕਾਲ ਨਿਹਾਲ। ਕੀ ਹੋ ਗਿਆ ਸਪਨਾ, ਚੈਨ ਲੈ ਗਈ? ਨਹੀਂ, ਸਾਈਕਲ ਦਾ ਪੈਡਲ ਢਿੱਲਾ ਸੀ, ਮੈਂ ਸੋਚਿਆ ਕਿਤੇ ਨਿਕਲ ਹੀ ਨਾ ਜਾਏ। ਓ ਅੱਛਾ, ਚੱਲ ਕੋਈ ਨਾ, ਆ ਮੈਂ ਤੈਨੂੰ ਆਪਣੇ ਬੁਲਟ ਤੇ ਛੱਡ ਦਿੰਦਾ। ਬੈਠੇਗੀ ਨਾ ਮੇਰੇ ਬੁਲਟ ਤੇ? ਹਾਂਜੀ ਬਿਲਕੁਲ, ਤੂੰ ਬਿਠਾਏਗਾ? ਮੇਰਾ ਤਾਂ ਬਚਪਨ ਦਾ ਹੀ ਸੁਪਨਾ ਕਿ ਮੈਂ ਸਪਨਾ ਨੂੰ ਆਪਣੇ ਬੁਲਟ ਦੇ ਪਿੱਛੇ ਬਿਠਾ ਕੇ ਤੇ ਬੁਲਟ ਨੂੰ ਦਵੱਲੀ ਜਾਵਾਂ ਦਵੱਲੀ ਜਾਵਾਂ ਤੇ ਕਦੇ ਵੀ ਆਪਣਾ ਸਫ਼ਰ ਖਤਮ ਨਾ ਹੋਵੇ। ਹਾਏ, ਕਿੰਨੀਆਂ ਚੰਗੀਆਂ ਗੱਲਾਂ ਕਰਦਾ ਨਾ ਤੂੰ ਨਿਹਾਲ। ਹਾਏ ਅੱਛਾ ਜੀ, ਇਸ ਲਿਫਾਫੇ ਵਿੱਚ ਕੀ ਹੈ? 800 ਗ੍ਰਾਮ ਭਿੰਡੀਆਂ ਤੇਰੇ ਲਈ ਲਿਆਇਆ ਮੈਂ, ਕਹਿ ਕੇ ਸਬਜ਼ੀ ਵਾਲੇ ਨੂੰ ਸਪੈਸ਼ਲੀ ਧਣੀਆ ਪਵਾਇਆ ਮੈਂ। ਇਹ 800 ਗ੍ਰਾਮ ਹੀ ਕਿਉਂ, ਕਿਲੋ ਪੂਰੀਆਂ ਕਿਉਂ ਨਹੀਂ ਕਰਵਾਈਆਂ? ਉਹ ਇੰਨਾ ਸਮਾਨ ਵੁਲਟ ਤੇ ਆਉਂਦਾ ਨਹੀਂ ਨਾ। ਚਲਾ ਹੁਣ
बैठ जा। पर राज तू मेरा कोई नजायज फायदा तो नहीं चुकेगा? सदके जावा तेरे कान फिर डांस दे। मतलब? मतलब तेरा मामा पिंड दा सरपंच आ, मैं इदा दी हरकत कदे भी नहीं। ओ चिंता तू छड़ दे, मामा जी नु मैं आपे ही मना लूं। सच्ची तू अपने मामे नु मना लेनी ना? हां पर तू मौसम वांगू बदलता नहीं जाएगा? मौसम वांगू ते मैं कदे भी नहीं। ए सारा कुछ किन्नी छेती छेती हो रहा ना, मैनू तो यकीन नहीं हो रहा। मैं तो सड़ा आप यकीन नहीं हो रहा के हो की रहा ना। चला बैठ बुलट ते, बैठ जा बुलटे उते छाल मार के बिलो टाइम कट गए। शगना दिया पिंडिया है मामा जी। शगना दिया पिंडिया? हुण मैं तुहानू किवें समझावां, हुण तां तुसीं मैनूं तोरन दी तैयारी करो। तू किथे तुर के जाणा पुत्त? मैं ते निहाल अपने विआह दा फैसला कर चुकी हां मामा जी। अपना निहाल केड़ा? फेट वालियां दा निहाल। तेरा दिमाग तो नहीं खराब हो गया? ओ साले नू मंगया कोई पानी दा गिलास नहीं दिंदा, ते मैं अपनी धी दा रिश्ता दे दूं उनू? मामा जी मैं अपने निहाल बारे एक लफ्ज भी होर नहीं सुनना चाहती। अच्छा, ओदे अपने ताई ताई ने ता कदे चार बंदे सामने उनू अपना निहाल किया नहीं, तेरा निहाल कित्थों हो गया? मैं ओदे खिलाफ एक लफ्ज नहीं सुनना चाहती। बस मामा जी मैं होर नहीं सुनना चाहती, नहीं तो मैं कुछ कर बैठांगी। मैं की कर बैठेगी? तू की कर बैठेगी? ओ दस मैनू की कर बैठेगी? तू बड़ी आई है, खबरदार जे मेरे सामने जबान चलाई है ते बकवास ना करे कर। जे मामा जी मैं तुहाडी अपनी कुड़ी हुंदी तां वी तुसीं इदां ही करदे? बगानियां तां बगानियां ही हुंदियां ने। नहीं कुड़िए समझा इहनू। जिद छड्डो तुसीं भी, थोनू पता तां है भी उहने मन्नणा तां है नहीं, नाले विआह तों बाद मुंडे सुधर जांदे हुंदे ने। एक गल तां सोचो, मुंडा किड्डी वड्डी जमीन जायदाद दा मालक है। मैं इह तां न्याणी है, तेरी अकल नूं की होया? जे पिंड आलिआं नूं पता लग गया ना कि निहाल दा रिश्ता मैं अपनी धी बारे मंगिआ है, जिहड़ी सरबसम्मति नाल उहनां ने मैनूं सरपंच दी कुर्सी ते बिठाया ना, ते उसे सरबसम्मति नाल उहनां ने मैनूं सरपंच दी कुर्सी तों पुंजे ला के रख देणा। हुण मैं किहड़ा मूंह लै के जाऊंगा? धन भाग साडे, तुसीं साडे घर चरण पाए। जी भैण जी, गल करनी सी। इधर उधर की वेख रहे हो? गल ही हो जी, कोई सुन ना लवे, असी अपनी सपना दा रिश्ता तुहाडे निहाल ना करना चाहुंदे। मैं कुछ समझी नहीं। मैं भी नहीं समझा भाई, निहाल जिन्ना मर्जी निखद होवे पर मुंडा तो चंगा, वो तो साडी अखां दे पट्टियां बनिया हुई सी। असी विचार कीता कि भाई अपनी सपना रात तुहाडे निहाल दे हथ च दे देना, बस तुसीं व्याह दी तैयारियां करो। पर मैं एक बारी निहाल नूं पुछता लवां। निहाल ते मैं एक फैसला लिता है कि असी जिंदगी च इन्नी दूर निकल जाइए कि कदे भी ये जिंदगी दा सफर मुके ना। मैं हमेशा ओदे लई पिंडियां बनावां ते ओ मेरे लई खेतां चों मूलियां पट के लिआवे। मैनूं लगदा शिकायत लैके आई आ। सरपंच साहब मैनूं छेड़िया नहीं जी, इहदे साइकिल दा पैडल ढिल्ला हो गया सी, मैं तैनूं लिफ्ट भी दित्ती आ, पुछ लो इहनूं। निहाल तूं किदां दीआं गल्लां करी जांदा है? इधर आ तू मेरे नाल, मैं कोई इत्थे तेरी शिकायत थोड़ी ना लेके आई हां। पर साडे घरे तां जदों भी कोई आया साले शिकायतां ही लेके आए ने। मामा जी इत्थे अपने विआह दी गल करन आए। अपने विआह दी गल? हां जी। ले सरपंच साहब मेरे ताली गल जी, सानू बाई घट वाली सजा दे दो, साडे ना कोई आवे ना कोई जावे, पर एडा वड्डा सजा दा ढोल ला दो जी प्लीज। निहाल तू मैनूं कहा सी मैं तेरे नाल सारी जिंदगी बिताना चाहना ते तेरे हाथ दीआं भिंडियां भी खाना चाहना। ओ भिंडियां दा मतलब तू विआह कढ लिआ? कमली इन्नी छेती तां कोई भिंडियां धरदा नहीं, तू विआह तरी बैठी है। अच्छा मेरी गल सुन, देख तू मेरी वड्डी भैण अर्गी है। निहाल मेरी गल सुन, मैं नहीं विआह करवाउणा हैगा। पर दस कमी की है मेरे च? कोई कमी नहीं, सगा तो 35-40 किलो फालतू है। मेरी एक गल सुन ला, मैं कहता यह विआह नहीं हो सकता। पर क्यों नहीं हो सकता? मैं किसी और नूं प्यार करदा। कह दे कि झूठ है। ऐ किवें कहदा झूठ है? ओ कुड़ी मेरा रब है, मेरा सच्चा प्यार है, मैं किसे होर दा नहीं हो सकदा। ए सोने वर्गी पवित्र दे उस दी हो चुकी है। कौन है ओ? दस मैनू जिन्हें सोने वर्गी दे मेरे तो खोली। कौन
तेनू दस के कुड़ी मनाउनी है मैं, दिमाग खराब है मेरा। की तमाशा लाया तू? जे तू मेरी कुड़ी ना व्याह नहीं सी कराना तेनू लारा क्यों लाया? ओ तो मैं सजा तो डरते रहे तो फायदा चुक लिया जी। तू तू मेरी कुड़ी का फायदा चुक रहे? ए सुनन तो पहले मैं मर के नहीं गई। ये खड़ जा। जे मेरी भाणजी नु कुछ होया ना तो मैं तेनू नहीं छड़दा। पुत्तर सच्ची सच्ची दस, तेरा किसे कुड़ी नाल चक्कर है? किद्दां दी गल्लां करदी है बेबे? जे ए गल आ तां सपना नाल व्याह करा ला, कुड़ी माड़ी नहीं है। अच्छा माड़ी नहीं बेबे, ए तां तकड़ी है। नाले जे दोबारा मैनूं इदां दी गल कही ना मैं टेंकी तो चढ़ के छाल मार देनी आ। भाई देखी चल अज अपने पिंड तों भाग लग जाने आ, अज एने छाल मारनी टेंकी तों। ना तीए कम ना करी। मामा जी मैं टेंकी तों छाल मार दियांगी जे मेरा निहाल नाल व्याह ना कीता तां। ओ सरपंच जी ए निहाल स्पीड वाला ओदे नाल व्याह करवाना चाहुंदी आ। गलत है। ओ यार चुप कर यार, एदे मेरा की कसूर है? ओने कुड़ी दा दिमाग खराब कर रख्या। प्यारी है मामा जी। ओए ना तीए ना, तैनू रब दा वास्ता छाल ना मारी। ओ रुक जा कन्या कमादिया रुक जा, ओदा तो मिंद नहीं सी जेड़ा टैंकी वाली धमकी दे के हेमा नाल व्याह करा गया। तैनू किसे ने पुछणा इत्थे? कमली रोज रोज थोड़ा जमदी है, जेड़ी निहाल वर्गे निखतरा प्यार करे। तू थले आ जा। बापू जी तुसी ता कुछ बोलो। बिल्कुल बिल्कुल, कुड़ी नु ब्याह दा लारा लोड़ वाले नु कुड़ी नाल ब्याह करावणा ही पऊगा। ये तेरा ब्याह निहाल ना मैं कराऊं, तू हेठा आ जा, रब दा वास्ता हेठा आ जा। चलो आपा निहाल दे घर चल के ओदी बेबे नाल फैसला कर दे। चलो 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 सारे चलो। बेबे तारी सलाह जदों भी ते सलाह दती है ना पुठी सलाह दती है। एह जिहा बिजू मैं जिहड़ा तेरी सलाह मान लेना। ओ तो सला बिजुआ दा सरदार पिंड दा सरपंच, जिहड़ा सला आपदी ड्रम मारगी भाणजी दा रिश्ता लैके मेरे अगे चोबर जवान लई आ गया। मैं तां हैरान आ किहड़ा कराऊ एह जी ना ब्याह, सली किहे जी तां पई आ। बम्बोए बम्बोए हट ओए, इहनूं ना देख। तारी तेनू सड़िया की मिलता गूगल तो मासूम मासूम कुड़ियां दी फोटो प्रिंट करके? भाई एह जिहा पांच सत फोटो प्रिंट करके जेब च पाइया हो ना बंदे दा हौसला ही होर हुंदा है। Do one thing, दो तीन मेरे लिए भी प्रिंट कर। ओके ओए आई लाइक हर, मेरा भी हौसला बुलंद होवे। एंड वन मोर थिंग, अपने लिए ना प्रिंट करी। ओके ओ शी इज माई पर्सनल रबीना टंडन। मार करा बटन ते हाथ। ओ तारी ना कोई भिचाल ना कोई हड़, असल पिंड वाले किधर उड़े जाते ने? उजड़े नहीं जाते पुत, तेरे जौन टंगन आते। ਲੈ ਦੱਸ ਕਿਹੋ ਜਿਹਾ ਮੁੰਡਾ, ਘੱਟੋ ਘੱਟ ਆਪਣੀ ਵਿਧਵਾ ਮਾਂ ਦੀ ਸ਼ਰਮ ਤਾਂ ਕਰਨੀ ਚਾਹੀਦੀ ਹੈ। ਕੀ ਹੋਇਆ ਤੁਹਾਨੂੰ? ਨਹੀਂ ਪਤਾ ਕੀ ਹੋਇਆ, ਭੈਣ ਜੀ ਸਾਰੇ ਪਿੰਡ ਨੇ ਫੈਸਲਾ ਕੀਤਾ ਕਿ ਨਿਹਾਲ ਨੂੰ ਮੇਰੀ ਭਾਣ ਜੀ ਨਾਲ ਵਿਆਹ ਕਰਾਉਣਾ ਪਊ। ਸਾਨੂੰ ਪਤਾ ਕਿਵੇਂ ਦਾ ਹੈ ਟੈਂਕੀ ਤੋਂ ਇਹਨੂੰ, ਸੁਖਣਾ ਸਿਹਤ ਤਾਂ ਦੇਖੋ ਕੰਨਿਆਂ ਦੀ। ਮੇਰੇ ਹੱਥ ਜੋੜ ਕੇ ਬੇਨਤੀ ਆ, ਹੁਣ ਤੁਸੀਂ ਜਾਓ, ਮੈਂ ਆਪੇ ਮੁੰਡੇ ਨੂੰ ਸਮਝਾ ਦੂੰਗੀ। ਮੁੰਡੇ ਨੂੰ ਵਿਆਹ ਲਈ ਤਾਂ ਕੀ ਕਹਿਣਾ? ਬੜਾ ਘੱਟ ਹੋਇਆ, ਐਦਾਂ ਕਿੱਦਾਂ ਜਾਈਏ, ਹੁਣ ਤਾਂ ਫੈਸਲਾ ਕਰਕੇ ਜਾਵਾਂਗੇ। ਤੂੰ ਬੜਾ ਮਾਰ ਕਮਾਲ ਹੈ। ਵਲਾ 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 ਬੇਬੇ, ਅੱਜ ਤਾਂ ਜੀ ਨਰਾਇਣ ਦੇ ਘਰੇ ਕੀੜੀ ਵਾਲਾ ਕੰਮ ਹੋਇਆ ਪਿਆ ਹਨਾ। ਕੀੜੀ ਵਾਲਾ ਨਹੀਂ ਕੀੜੀਆਂ ਵਾਲਾ। ਸਮੇਤ ਸਰਪੰਚ ਸਾਹਿਬ ਰੋਟੀ ਆਪਣੇ ਕਰਨੀ ਅੱਜ? ਦੇਖ ਤਾਂ ਕਿਵੇਂ ਭੋਲੇ ਬਣਦੇ ਦੋਨੋਂ, ਜਿਵੇਂ ਕੁਝ ਪਤਾ ਹੀ ਨਹੀਂ ਹੁੰਦਾ। ਆਰਾਮ ਨਾਲ ਬੋਲੋ ਮਾਮਾ ਜੀ, ਤੁਹਾਡਾ ਹੋਣ ਵਾਲਾ ਜਵਾਈ ਹੈ। ਚੁੱਪ ਕਰ, ਤੈਨੂੰ ਮਾਨੀ ਮਨ ਪ੍ਰੀਤਾ ਮਨੀ ਬੈਠੀ ਹੈ, ਦੱਸ ਇਹਦਾ ਕੀ ਕਰਾਂ? ਮੇਰੀ ਗੱਲ ਸੁਣ ਲਓ ਜੀ, ਮੈਂ ਪਹਿਲਾਂ ਵੀ ਕਿਹਾ ਮੈਂ ਇਹਦੇ ਨਾਲ ਵਿਆਹ ਨਹੀਂ ਕਰਾਉਣਾ। ਮੇਰੀ ਸੈਟਿੰਗ ਕਿਤੇ ਹੋਰ ਆ। ਕਿਉਂ? ਮੈਂ ਉੱਥੇ ਵਿਆਹ ਕਰਾਉਂ? ਵੇ ਨਿਹਾਲ ਕਿਉਂ ਝੂਠ ਬੋਲੀ ਜਾਂਦਾ, ਮੈਨੂੰ ਸਭ ਪਤਾ ਹੈ, ਕੋਈ ਸੈਟਿੰਗ ਸ਼ੂਟਿੰਗ ਨਹੀਂ ਤੇਰੀ। ਤਾਈ ਤੈਨੂੰ ਬੜਾ ਪਤਾ ਸੈਟਿੰਗ ਸ਼ੂਟਿੰਗ ਦਾ, ਕਿਤੇ 1965 ਤੂੰ ਹੀ ਤਾਂ ਨਹੀਂ ਰਾਜਦੂਤ ਤੇ ਗੇੜੇ ਲਾਉਂਦੀ ਰਹੀ ਹੈਂ? ਗੇੜਾ ਗੂੜਾ ਦਾ ਤਾਂ ਮੈਨੂੰ ਪਤਾ ਨਹੀਂ, ਪਰ ਇਹ ਮੈਨੂੰ ਪਤਾ
ਰਾਣੀ ਮੁਖਰਜੀ ਆ ਦੱਸ ਰਾਣੀ ਮੁਖਰਜੀ ਨਾਲ ਤਾਂ ਯੋਗ ਹੀ ਬੰਦਾ ਨਾ ਥੋੜੀਆਂ ਕੁੰਡਲੀਆਂ ਮਿਲਣ ਉਹ ਬੰਗਾਲ ਤੂੰ ਪੰਜਾਬੀ ਸਾਲਿਓ ਤੁਸੀਂ ਕਦੇ ਹਿੰਦੁਸਤਾਨ ਨੂੰ ਇੱਕ ਨਾ ਹੋਣ ਦਿਓ ਪਹਿਲਾਂ ਜਾਤਾਂ ਪਾਤਾਂ ਚ ਪਾ ਕੇ ਬਣਤਾ ਹੁਣ ਸੂਬੇ ਨੀ ਇਕੱਠੇ ਹੋਣ ਦਿੰਦੇ ਮੈਂ ਫੋਟੋ ਵੀ ਦਿਖਾਉਣਾ ਤੁਹਾਨੂੰ ਇੱਕ ਮਿੰਟ ਕੱਢ ਦਿਓ ਹੁਣੀ ਕੱਢ ਦਿੰਦੇ ਆਪਾਂ ਹੈਲੋ ਕਿਹਦੀ ਫੋਟੋ ਦਿਖਾਤੀ ਕੈਨੇਡਾ ਵਾਲੇ ਦੀ ਮੈਨੂੰ ਤਾਂ ਲੱਗਦਾ ਜੇ ਤੇਰੀ ਗੱਲਬਾਤ ਕੁੜੀ ਨਾਲ ਹੈ ਤੇ ਫੋਟੋ ਇਹਦੇ ਕੋਲ ਕੀ ਕਰਦੀ ਹੈ ਜੜਾਉਣ ਨੂੰ ਦਿੱਤੀ ਸੀ ਮੇਰੀ ਸ਼੍ਰੀਮਤੀ ਸਤਿਕਾਰਯੋਗ ਭਾਬੀ ਦੀ ਫੋਟੋ ਹੈ ਜੜਾਉਣੀ ਹੈ ਲੈ ਫੋਟੋ ਦਾ ਕੀ ਹੈ ਜਣਾ ਖਣਾ ਚੱਕੀ ਫਿਰਦਾ ਤੈਨੂੰ ਬੜਾ ਹਿਸਾਬ ਹੈ ਤਾਈ ਕਿੱਥੇ ਫੋਟੋ ਖਿਚਾਉਂਦੀ ਤਾਂ ਨਹੀਂ ਰਹੀ ਹੈ ਮੈਂ ਤੈਨੂੰ ਕਹਿ ਰਿਹਾ ਨਿਹਾਲ ਕੈਨੇਡਾ ਚ ਰਹਿੰਦੀ ਅਗਲੀ ਅੰਗਰੇਜ਼ੀ ਬੋਲਦੀ ਆ ਬੋਲਦੀ ਕੀ ਆ ਅੰਗਰੇਜ਼ੀ ਤਾਂ ਲਾ ਲਾ ਕੇ ਰੱਖਦੀ ਆ ਆਉਂਦੀ ਆ ਕਿਸੇ ਨੂੰ ਅੰਗਰੇਜ਼ੀ ਸਾਲੇ ਦੇਸੀ ਇਕੱਠੇ ਹੋਏ ਨੇ ਦੇਸੀ ਡਿਪਾਰਟਮੈਂਟ ਓਏ ਅੰਗਰੇਜ਼ੀ ਤਾਂ ਤੈਨੂੰ ਵੀ ਨੀ ਆਉਂਦੀ ਤੂੰ ਕਿਵੇਂ ਗੱਲਾਂ ਕਰਦਾ ਉਹਦੇ ਨਾਲ ਅੰਗਰੇਜ਼ੀ ਚ ਪਿਆਰ ਕੀਤਾ ਕਦੇ ਵੀਰੇ ਜੇ ਕੀਤਾ ਹੋਵੇ ਤਾਂ ਤੈਨੂੰ ਪਤਾ ਲੱਗੇ ਪਿਆਰ ਦੀ ਵੀ ਇੱਕ ਭਾਸ਼ਾ ਆਉਂਦੀ ਆ ਇੱਥੋਂ ਕੀਤਾ ਜਾਂਦਾ ਪਿਆਰ ਇੱਥੋਂ ਦਿਲੋਂ ਕੀਤਾ ਜਾਂਦਾ ਪਿਆਰ ਜਜ਼ਬਾਤਾਂ ਦੇ ਨਾਲ ਇਨਕਲਾਬ ਜਜ਼ਬਾਤਾਂ ਤੇ ਕਾਬੂ ਰੱਖ ਤਰੀ ਗੱਲ ਸੁਣੋ ਨਿਹਾਲ ਓਏ ਸੋਹਣਾ ਮੁੰਡਿਆ ਹੁਣ ਸਾਰੇ ਪਿੰਡ ਦੇ ਸਾਹਮਣੇ ਮੇਰੇ ਕੋਲੋਂ ਹੋਰ ਬੇਇੱਜ਼ਤੀ ਨਹੀਂ ਕਰਵਾਈ ਜਾਂਦੀ ਜੇ ਤੇਰਾ ਕਿਸੇ ਕੁੜੀ ਦੇ ਨਾਲ ਚੱਕਰ ਹੈ ਤੇ ਉਹਨੂੰ ਇੱਕ ਮਹੀਨੇ ਦੇ ਅੰਦਰ ਅੰਦਰ ਸਾਰੇ ਪਿੰਡ ਦੇ ਸਾਹਮਣੇ ਇੱਥੇ ਲੈ ਕੇ ਆਏ ਨਹੀਂ ਤਾਂ ਮੇਰੀ ਭਾਣਜੀ ਸਪਨਾ ਨਾਲ ਚੁੱਪ ਚਾਪ ਵਿਆਹ ਕਰਾਈ ਔਰ ਇਸ ਗੱਲ ਦਾ ਗਵਾਹ ਸਾਰਾ ਪਿੰਡ ਹੈ ਕਿਉਂ ਬਈ ਠੀਕ ਹੈ ਨਾ ਬਿਲਕੁਲ ਠੀਕ ਹੈ ਯੂੰ ਕਾਕਾ ਇੱਥੇ ਆਉਂਦੇ ਫਿਰ ਇਸ ਗੱਲ ਤੇ ਚਲੋ 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 ਬਈ ਚਲੋ ਦੇਖਦੇ ਆ ਕਿਵੇਂ ਇਹ ਦੂਰ ਆ ਜਿਹੇ ਜੀ ਮਾਂ ਉਹੋ ਜਿਹਾ ਪੁੱਤ ਤੁਸੀਂ ਦੋਵੇਂ ਮਾਂ ਪੁੱਤਾਂ ਨੇ ਸਾਰੇ ਪਿੰਡ 'ਚ ਸਾਡੀ ਨੱਕ ਵੜਾ ਕੇ ਰੱਖਦੀ ਸ਼ੁਗਰ ਆ ਬੇਬੇ ਸੁੱਤੀ ਪਈ ਆ ਨਹੀਂ ਤਾਂ ਸਾਰੀ ਪੀਤੀ ਲੈ ਜਾਣੀ ਸੀ ਹੋਰ ਕੀ ਲੁਕੋਏਗਾ ਤੂੰ ਮੈਥੋਂ ਬੇਬੇ ਤਾਰੀ ਦੇ ਰਿਸ਼ਤੇਦਾਰ ਆਏ ਸੀਗੇ ਤਾਰੀ ਨੇ ਪੀਣੀ ਨਹੀਂ ਸੀ ਮੈਨੂੰ ਸਾਰੇ ਧੱਕੇ ਨਾਲ ਬੁਲਾ ਦੀ ਪੁੱਤ ਤੂੰ ਗੱਲ ਤੇ ਝੂਠ ਬੋਲਦਾ ਕਿੰਨੇ ਝੂਠ ਬੋਲੇਗਾ ਮੇਰੇ ਕੋਲੇ ਹੈ ਕੋਈ ਕੁੜੀ ਹੈ ਤੇਰੀ ਜ਼ਿੰਦਗੀ ਚ ਸੱਚ ਦੱਸ ਦੇ ਪੁੱਤ ਬੇਬੇ ਤੈਨੂੰ ਮੇਰੇ ਤੇ ਯਕੀਨ ਨਹੀਂ ਹੈਗਾ ਨਹੀਂ ਹੈਗਾ ਬੇਬੇ ਉਸ ਪੁੱਤ ਦੀ ਕੀ ਜ਼ਿੰਦਗੀ ਆ ਜਿਹਦੀ ਮਾਂ ਨੂੰ ਉਸ ਤੇ ਯਕੀਨ ਹੀ ਨਹੀਂ ਹੈਗਾ ਮੈਂ ਕੱਲ ਨੂੰ ਜਾ ਕੇ ਕੁੜੀ ਲੈ ਕੇ ਆਊਂਗਾ ਸਭ ਤੋਂ ਪਹਿਲਾਂ ਤੈਨੂੰ ਹੀ ਦਿਖਾਊਂਗਾ ਪਿੰਡ ਵਾਲਿਆਂ ਨੂੰ ਤਾਂ ਸਾਲਿਆਂ ਨੂੰ ਬਾਅਦ ਚ ਦਿਖਾਊਂਗਾ ਸਵੇਰੇ ਉੱਠ ਕੇ ਤੈਨੂੰ ਯਾਦ ਵੀ ਰਹੂਗਾ ਨਹੀਂ ਤਾਂ ਪੂਰੇ ਪਿੰਡ ਵਾਲੇ ਮੈਨੂੰ ਤਾਨੇ ਮਾਰ ਮਾਰ ਕੇ ਮਾਰ ਦੇਣਗੇ ਯਾਦ ਰਹੂਗਾ ਬੇਬੇ ਤੂੰ ਪਲੀਜ਼ ਸੌ ਜਾ ਰੱਖ ਸਿਰ ਤੇ ਹੱਥ ਲੈ ਬੇਬੇ ਆਪਦੇ ਨੀ ਮੇਰੇ ਲੈ ਬੇਬੇ ਹੁਣ ਠੀਕ ਆ ਬਸ ਖਾ ਸੌ ਕਿ ਕੱਲ ਨੂੰ ਕੁੜੀ ਨੂੰ ਲੈ ਕੇ ਆਏਗਾ ਲੈ ਕੇ ਆਊਂਗਾ ਬੇਬੇ ਤੂੰ ਸੌ ਜਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਮੂਹ ਪਿੰਡ ਵਾਲਿਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਸਭ ਚ ਪੀਟ ਵਾਲੇ ਨਿਹਾਲ ਦੇ ਘਰ ਪਹੁੰਚਾਉਣ ਦੀ ਕਿਰਪਾਲਤਾ ਕਰਨ। ਉਹਨਾਂ ਦੀ ਮਾਤਾ ਸਾਰਿਆਂ ਨੂੰ ਦੱਸਣਾ ਚਾਹੁੰਦੀ ਹੈ ਕਿ ਮੇਰਾ ਪੁੱਤ ਝੂਠਾ ਨਹੀਂ, ਉਹ ਉਹਨਾਂ ਦੀ ਨੂੰਹ ਨੂੰ ਲੈਣ ਲਈ ਕੈਨੇਡਾ ਜਾ ਰਿਹਾ ਹੈ। ਭੈਣ ਜੀ, ਨਿਹਾਲ ਕੁੜੀ ਜਰੂਰ ਲੈ ਕੇ ਆਊਗਾ। ਰਾਤੀ ਉਹਨੇ ਮੇਰੇ ਸਿਰ ਤੇ ਹੱਥ ਰੱਖ ਕੇ ਸੌਂ ਖਾਧੀ ਆ। ਰੱਬ ਕਰੇ ਤੇਰੀ ਗੱਲ ਸੱਚੀ ਹੋਵੇ ਨਿਹਾਲ। ਵੇ ਆ ਗਈ ਤੈਨੂੰ ਜਾਗ, ਗੁੱਡ ਮਾਰਨਿੰਗ। ਪੁੱਤ ਮਾੜਾ ਜਿਹਾ ਦੱਸੀ ਇਹਨਾਂ ਨੂੰ ਜਿਨ੍ਹਾਂ ਨੇ ਮੈਨੂੰ ਤੇਰੇ ਨਾਲ ਝੂਠੀ ਬਣਾਤਾ ਸੀ ਕਿ ਤੂੰ ਮੇਰੀ ਨੂੰਹ ਨੂੰ ਲੈ ਕੇ ਆਏਗਾ। ਸਾਲੇ ਪਿੰਡ ਵਾਲੇ ਮੇਰੀ ਹਰ ਗੱਲ ਨੂੰ ਪਤਾ ਨਹੀਂ ਕਿਉਂ ਸੀਰੀਅਸਲੀ ਲੈ ਜਾਂਦੇ ਨੇ। ਨਿਹਾਲ ਪੁੱਤ, ਤੂੰ ਚੁੱਪ ਕਿਉਂ ਆ? ਦੱਸ ਨਾ ਇਹਨਾਂ ਨੂੰ ਕਿ ਤੂੰ ਮੇਰੀ ਨੂੰਹ ਜ਼ਰੂਰ ਲੈ ਕੇ ਆਏਗਾ। ਓ ਨਿਆਣੇ, ਬੋਲਦਾ ਕੋਈ ਨਹੀਂ, ਬੋਲਦਾ ਸਹੀ। ਹਾਂ ਲੈ ਕੇ ਆਊਂਗਾ। ਸੁਣ ਲਿਆ ਸਾਰੇ ਪਿੰਡ ਨੇ, ਮੇਰਾ ਪੁੱਤ ਨੂੰ ਜਰੂਰ ਲੈ ਕੇ ਆਊਗਾ। ਨਾਲੇ ਜਾ ਕੇ ਸਰਪੰਚ ਨੂੰ ਕਹਿ ਦੋ ਕਿ ਆਪਦੀ ਭਾਣਜੀ ਵਾਸਤੇ ਕੋਈ ਹੋਰ ਮੁੰਡਾ ਲੱਭ ਲਵੇ। ਜਿਉਂਦਾ ਰਹਿ ਪੁੱਤ, ਜਿਉਂਦਾ ਰਹਿ। ਆਪਣੇ ਹੱਥੀ ਮਾਰ ਕੇ ਬੇਬੇ ਕਹਿੰਦੀ ਆ ਜਿਉਂਦਾ ਰਹਿ। ਧਾਰੀ, ਕਿੱਥੇ ਆ ਤੂੰ ਸਾਲਿਆ? ਉਹ ਸਾਲਿਆ, ਤੈਨੂੰ ਕੋਈ ਆਸੇ ਪਾਸੇ ਦੀ ਕੁੜੀ ਨੀ ਲੱਭੀ? ਸਾਲਿਆ, ਜੇ ਆਸੇ ਪਾਸੇ ਵਾਲੇ ਕਿਸੇ ਕੁੜੀ ਤੇ ਅੱਖ ਰੱਖ ਲਈ ਨਾ, ਪਿੰਡ ਵਾਲਿਆਂ ਨੇ ਮਾਰ ਮਾਰ ਕੇ ਆਪਣੇ ਪਾਸੇ ਬਿਠਾ ਦੇਣੇ ਨੇ। ਹਮੇਸ਼ਾ ਦੂਰ ਦੂਰ ਦੀ ਸੋਚੋ। ਨਹੀਂ ਬੇਬੇ ਜੀ, ਸੌ ਖਾਲੀ ਆ। ਉੱਤੋਂ ਤੂੰ ਸਾਲਿਆ ਪਿੰਡ ਵਾਲਿਆਂ ਨੂੰ ਕੁੜੀ ਦੀ ਇਹੋ ਜਿਹੀ ਫੋਟੋ ਦਿਖਾਈ ਆ ਜਿਹਦਾ ਨਾ ਕੋਈ ਆਤਾ ਨਾ ਕੋਈ ਪਤਾ। ਹੁਣ ਇੱਥੇ ਬੈਠਾ ਚਬਲ ਮਾਰੀ ਜਾਂਦਾ ਵਾ, ਕੁੜੀ ਲੱਭ, ਕੁੜੀ ਜਸਨੀਤ। ਉਹ ਕਰਦਾ ਆ ਲੈ, JASNEET ਜਸਨੀਤ। ਓਏ ਕੀ ਪਾ ਓਏ, ਆ ਲੈ ਖਸਮਾ, ਇੱਕ ਈ ਟੀ, ਇਹ ਆ ਲੈ। ਆ ਤਾਂ ਧੋਖਾ ਹੋ ਗਿਆ ਓਏ, ਸਾਰੀ ਸਰਦਾਰ ਨਿਕਲ ਜਾਂਦੇ ਨੇ। ਉਹ ਸਾਲਿਆ ਸਿੰਘ ਨੀ, ਕੌਰ ਪਾ। ਆ ਲੈ, KAUR ਆ ਲੈ। ਆ ਗਈ ਓਏ, ਨਿਕਲੇ ਤੇਰੀ ਭਰਜਾਈ, ਮੈਨੂੰ ਤਾਂ ਮੇਰੀ ਭਰਜਾਈ। ਸਟੇਟਸ ਸਿੰਗਲ, ਜਸਨੀਤ ਕੌਰ, UBC ਦੀ ਪੜ੍ਹੀ ਹੋਈ ਮਿਲੀਨੀਅਰ ਦੀ ਕੁੜੀ। ਮਿਲੀਨੀਅਰ? ਸਲਮ ਡੌਗ ਮਿਲੀਨੀਅਰ ਦੀ ਭਤੀਜੀ। ਅੱਛਾ। ਆਏ ਹਾਏ, ਬੰਬ ਪਟਾਕਾ। ਮੇਰਾ ਮਤਲਬ ਦੀਵਾਲੀ ਨੂੰ ਚਲਾਉਣਾ ਪਸੰਦ ਕਰਦੀ ਹੈ, ਲਿਖਿਆ ਹੋਇਆ ਅਗਲੀ ਨੇ। ਪਰ ਤਾਰੀ, ਮੈਂ ਕੈਨੇਡਾ ਕਿਵੇਂ ਜਾਊਂਗਾ ਯਾਰ? ਸਮੁੰਦਰ ਚ ਟਿਊਬ ਸਿੱਟ ਕੇ? ਸਾਲਿਆ, 50 ਏਜੰਟ ਜਾਣਦੇ ਨੇ ਮੈਨੂੰ, ਉਹ ਕੀ ਰਗੜੇ ਕੇ ਗੋਡਿਆਂ ਤੇ ਲਾਉਣੇ ਨੇ? ਤੂੰ ਬਸ ਪੈਸਾ ਇਕੱਠਾ ਕਰ, 7.5 ਲੱਖ ਰੁਪਇਆ ਹੈਗਾ। ਪੈਸੇ ਤਾਂ 8 ਲੱਖ ਹੈਗੇ ਯਾਰ, ਪਰ ਉਹ ਤਾਂ ਮੈਂ ਜੌਂਡੀਅਰ ਲਈ ਰੱਖੇ। ਫਿਰ ਜੌਂਡੀਅਰ ਤੇ ਚਲਾ ਜਾਈ। 10,000 ਸਾਲਿਆ, ਪੈਸੇ ਤਾਂ ਹੈ ਗਿਆ, ਫਿਰ ਚਲ ਜੂੰਗਾ। ਬਸ ਫਿਰ ਪੈਸਾ ਤੇ ਫੜਾ, ਨਾਲ ਦੀ ਨਾਲ ਸਮਝ ਲੈ ਜਹਾਜ਼ ਤੇ ਕੱਪੜਾ ਵੱਜ ਗਿਆ। ਜਸਨੀਤ ਕੌਰ, ਨਿਹਾਲ ਸਿੰਘ ਆ ਰਿਹਾ। ਲਓ ਜੀ ਸਰਪੰਚ ਸਾਹਿਬ, ਤੁਹਾਨੂੰ ਜਾਣ ਕੇ ਖੁਸ਼ੀ ਹੋਊਗੀ ਕਿ ਜੱਟ ਚੱਲਿਆ ਕੈਨੇਡਾ ਪਿੰਡ ਦੀ ਨੂੰਹ ਲੈਣ। ਪਿੰਡ ਦੀ ਨੀ, ਮੇਰਾ ਮਤਲਬ ਘਰ ਦੀ ਨੂੰਹ ਨੂੰ। ਘਰ ਦੀ ਨੂੰਹ ਲੈਣ ਮੇਰਾ ਮਤਲਬ। ਬੇ ਪੁੱਤ, ਹਾਲੇ ਵੀ ਹੈਗਾ ਟਾਈਮ, ਮੇਰੀ ਮੰਨੇ ਤਾਂ ਮੰਗ ਲੈ ਪਿੰਡ ਵਾਲਾ ਤੋਂ ਮਾਫੀ। ਮਾਫੀਆਂ ਤਾਂ ਸਾਰੇ ਪਿੰਡ ਵਾਲੇ ਮੈਥੋਂ ਮੰਗਣਗੇ, ਕਹਿਣਗੇ ਵੀ ਨਿਹਾਲ ਸਿਆ ਤੂੰ ਸੱਚਾ ਸੀ ਤੇ ਅਸੀਂ ਝੂਠੇ। ਉਹ ਤੇਰੀ ਕੁੰਡਲੀ ਵਿੱਚ ਤਾਂ ਮਾਦਾ ਪੰਛੀ ਵੀ ਨਹੀਂ ਆਉਂਦੀ, ਕੁਲੀ ਕਿੱਥੋਂ ਆਜੂ? ਸ਼ੁਕਰ ਦਾ ਤਾਂ ਨੀਚੇ ਬੈਠਾ। ਸ਼ੁਕਰ ਬਿਠਾਵਾਂਗੇ ਥੱਲੇ, ਹੋਰ ਉੱਤੇ ਕਿਵੇਂ ਬਹਿਜੂ? ਪਰਸੋਂ ਆਏ ਸੋਫੇ ਤੇ ਕੱਪੜਾ ਚੜ੍ਹਿਆ, ਐਂ ਕਿਵੇਂ ਬਹਿਜੂਗਾ? ਐਂਡ ਯੂ ਮਿਸਟਰ ਅਨਮੋਲ ਸਿੰਘ, ਲਿਸਨ, ਆਈ ਗੋ ਕੈਨੇਡਾ ਐਂਡ ਬ੍ਰਿੰਗ ਯੋਰ ਪਾਬੀ। ਨਾਲੇ ਤੂੰ ਉਹ ਪੜਤਾ, ਜੇ ਤੈਨੂੰ ਤੇ ਤੇਰੇ ਸ਼ੁਕਰ ਨੂੰ ਨਾ ਮੂਰੇ ਲਾਇਆ ਨਾ ਜੱਟ ਨੇ, ਤਾਂ ਮੈਨੂੰ ਨਿਹਾਲ ਸਿੰਘ ਨਾ ਆਖੀ। ਪੰਡਤ ਨੂੰ ਮੰਦਾ ਨਹੀਂ ਬੋਲੀਦਾ, ਇੱਥੇ ਹੀ ਭਸਮ ਹੋ ਜਾਏਗਾ। ਪੰਚਾਇਤ ਚੱਲ, ਫੇੜੇ ਨਾ ਖਾਲੀ ਮੈਥੋਂ। ਚਲੋ ਤਾਰੀ ਚੱਲੀਏ, ਖੋਲ ਘੋੜੀ ਤੇ ਚੱਕ ਬਦੂਖ ਚੱਲੀਏ। ਜਾਣੇ ਮੋੜ ਤਿਆਰੀ, ਅੱਡੀ ਚੜਦੇ ਜੱਟ ਨੇ ਮਾਰੀ, ਧਮਕ ਪੈਂਦੀ ਪੌੜ ਦੀ, ਹਟ ਉੜ ਕੇ ਵਿੱਚ ਹਵਾ ਦੇ ਯਾਰੋ, ਘੋੜੀ ਜਾਣੇ ਮੋੜ ਦੀ। ਨਿਹਾਲ ਸਿੰਘ ਜੀ, ਵੈਲਕਮ ਟੂ ਕੈਨੇਡਾ ਜੀ। ਓਏ ਹੋਏ, ਕਿੰਨੀ ਸਫਾਈ ਆ! ਆਹ ਤਾਂ ਸਾਲਾ ਮੈਨੂੰ ਕੈਨੇਡਾ ਦਾ ਤਿਰੰਗਾ ਲੱਗਦਾ ਹੈ। ਬਈ ਭੀੜ ਵੀ ਬਹੁਤ ਹੈ, ਪਰ ਕਮਾਲ ਦੀ ਗੱਲ ਆ ਯਾਰ, ਇੰਨੀਆਂ ਗੋਰੀਆਂ ਚਿੱਟੀਆਂ ਮੇਮਾਂ ਦੇ ਵਿੱਚ ਮੈਨੂੰ ਮੇਰੇ ਵਾਲੀ ਮੇਮ ਕਿਵੇਂ ਲੱਭੂਗੀ? ਆਈ ਮੀਨ ਟੂ ਸੇ ਮੇਰੀ ਗੂਗਲ ਵਾਲੀ ਜਸਨੀਤ ਕੌਰ, ਉਹ ਲੱਭ ਜਾ ਮੇਰਿਆ ਪਟੋਲਿਆ।
ਹੁਣ ਇੱਕ ਗੱਲ ਯਾਦ ਰੱਖਿਓ, ਐਤਕੀ ਤਾਂ ਤੁਸੀਂ ਲਾ ਕੇ ਮੈਨੂੰ ਮੁੜ ਜਾਣਾ, ਪਰ ਥੋੜੇ ਦਿਨਾਂ ਤੱਕ ਮੈਨੂੰ ਵਾਪਸ ਛੱਡ ਕੇ ਆਉਣਾ ਏਅਰਪੋਰਟ ਤੇ। ਪਰ ਉਸ ਟਾਈਮ ਮੈਂ ਇਕੱਲਾ ਨਹੀਂ, ਦੁਕੱਲਾ। ਦੁਕੱਲਾ ਮਤਲਬ ਦੋ ਜਣੇ ਹੋਵਾਂਗੇ ਅਸੀਂ। ਯਾਰ ਤਾਰੀ ਨੇ ਆਪਦੇ ਚਾਚੇ ਢੀਂਡਸਾ ਸਾਹਿਬ ਦਾ ਐਡਰੈਸ ਦੇ ਕੇ ਭੇਜ ਤਾਂ ਦਿੱਤਾ, ਪਰ ਹੈ ਤਾਂ ਸਾਲਾ ਤਾਰੀ ਵੀ ਮੇਰੇ ਵਰਗਾ ਝੂਠਾ ਹੀ। ਕਿਤੇ ਐਡਰੈਸ ਗਲਤ ਨਾ ਨਿਕਲ ਜੇ। ਬਈ ਆਹ ਕੌਣ ਪਟੋਲਾ ਜਾ ਤੁਰਿਆ ਫਿਰਦਾ? ਕਿਤੇ ਤਾਰੀ ਦੀ ਭੈਣ ਭੂਣ ਨਾ ਨਿਕਲਿਆ ਵੇ। ਚਲੋ ਗੱਲ ਕਰਕੇ ਦੇਖਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਢੀਂਡਸਾ ਸਾਹਿਬ ਦਾ ਘਰ ਇਹੀ ਹੈ ਜੀ? ਹਾਂਜੀ ਇਹੀ ਆ, ਪਰ ਤੁਸੀਂ ਕੌਣ? ਮਾਈਸੈਲਫ ਨਿਹਾਲ ਸਿੰਘ ਗਰੇਵਾਲ ਜੀ, ਪਾਰਟੀ ਪ੍ਰੈਜ਼ੀਡੈਂਟ ਰਿਪੂ ਦਮਨ ਕਾਲਜ ਨਾਭਾ। ਘਰ ਫੇਰ ਲੱਭ ਲਾਂਗੇ, ਪਹਿਲਾਂ ਤੇਰੇ ਜੁੱਡੋ ਕਰਾਟੇ ਦੇਖ ਲਈਏ। ਐ ਤੂੰ ਲੰਘ ਜਾਗੀ, ਐ ਨੀ ਲੰਘਣ ਦਿੰਦਾ ਮੈਂ, ਅੱਜ ਤੱਕ ਤਾਂ ਕਿਸੇ ਨੂੰ ਲੰਘਣ ਨਹੀਂ ਦਿੱਤਾ ਮੈਂ। ਹਾਂ ਤੈਨੂੰ ਪਤਾ ਨਹੀਂ, ਹਾਂ ਮੈਂ ਵੱਡੇ ਵੱਡੇ ਨਾਡੂ ਖਾਂ ਨਹੀਂ ਲੰਘਣ ਦਿੱਤੇ, ਤੂੰ ਤਾਂ ਚੀਜ਼ ਕੀ ਹੈ। ਕਮਾਲ ਦੀ ਗੱਲ, ਜਿਹੋ ਜਿਹੀ ਆਪ ਉਹੋ ਜਿਹੀ ਗੱਡੀ ਚੱਕੀ ਫਿਰਦੀ ਆ, ਸਟੇਅਰਿੰਗ ਪੁੱਠੇ ਪਾਸੇ ਲਵਾਇਆ, ਐਂ ਦੀ ਲੰਘ ਕੇ ਦਿਖਾਉਂਦੀ ਤਾਂ ਚਾਚੀ ਆ ਕਿੱਥੇ ਆ ਤੂੰ? ਗਰੋਸਰੀ ਸਟੋਰ। ਬਲਾ 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 ਬਲਾ, ਐਡਾ ਜਗਾੜ ਤਾਰੀ ਦੇ ਚਾਚੇ ਦਾ ਤਾਂ ਨਹੀਂ ਹੋ ਸਕਦਾ, ਸਾਲਾ ਕੰਮ ਕੰਮ ਕਰਦਾ ਹੋਣਾ ਇੱਥੇ। ਐਪਲ ਬੜੇ ਸਲੇ ਰਜਾਈਆਂ ਚੱਲ ਭੇਟ ਲਪੇਟ ਰੱਖੇ ਆ। ਵਾਹ ਨਿਕਲੋ ਜਨਾਬ ਰਜਾਈ ਚੋਂ। ਓ ਗੋਡ, ਇਹ ਤੇ ਇੱਥੇ ਵੀ ਆ ਗਿਆ। ਚੱਕ ਅੰਬਾ, ਤੂੰ ਵੀ ਲੁੱਟ ਰਜਾਈ ਦੀ ਮੌਜ, ਬੇਚਾਰਾ ਕਮਜ਼ੋਰ ਹੈ। ਲੱਗਦਾ ਨੀ ਮੰਮਾ ਪਾਪਾ ਨੇ ਨਾ ਮੇਰਾ ਪਤਾ ਕਰਾਉਣ ਲਈ ਭੇਜਿਆ ਹੋਣਾ। ਇਹ ਸਾਲੀ ਉਰੇ ਕੀ ਕਰ ਰਹੀ ਆ? ਓ ਮਾਈ ਗੋਡ, ਇਹ ਤੇ ਮੇਰੇ ਵਾਲੀ ਆ ਰਿਹਾ। ਓ ਮਾਈ ਗੋਡ, ਤੂੰ ਇੱਥੇ ਕੀ ਕਰਦਾ? ਇਹੀ ਤਾਂ ਮੈਂ ਪੁੱਛਦਾ ਵੀ ਤੂੰ ਇੱਥੇ ਕੀ ਕਰ ਰਹੀ ਆ? ਇਹ ਸਟੋਰ ਮੇਰਾ ਹੈ। ਅੱਛਾ ਜੀ, ਇਹ ਸਟੋਰ ਤਾਰੀ ਦੇ ਚਾਚੇ ਦਾ, ਢੀਂਡਸਾ ਸਾਹਿਬ ਦਾ। ਓ ਇਹ ਸਟੋਰ ਵੇਚ ਕੇ ਇੱਥੋਂ ਜਾ ਚੁੱਕੇ ਹੈ। ਓਏ ਸ਼ਕਲ ਤਾਂ ਤੇਰੀ ਲੱਗਦੀ ਨਹੀਂ ਕੀ ਹੈ, ਟੁੱਟੀ ਜੀ ਕਾਰ ਰੱਖੀ ਆ, ਸੈਂਟਰ ਓਕੇ ਸਟੋਰ ਤੇਰਾ। ਤੂੰ ਮੇਰੀ ਕਾਰ ਤੋਂ ਕੀ ਲੈਣਾ? ਚੱਲ ਇੱਥੋਂ ਬਾਹਰ, ਤੇ ਆ ਕਿਤੇ ਪੁੱਛ ਕੇ ਚੱਕਿਆ। ਅੱਛਾ ਬੜੇ ਅਮੀਰ ਦੇਖੇ ਜ਼ਿੰਦਗੀ ਚ, ਪਰ ਐਸਾ ਘਟੀਆ ਅਮੀਰ ਨਹੀਂ ਦੇਖਿਆ ਵੀ ਇੱਕ ਭੁੱਖੇ ਦੇ ਹੱਥੋਂ ਸਿਓ ਖੋਲਵੇ। ਮਾਤੜ ਨਾ ਜਾਣੀ ਮੈਨੂੰ, ਸੰਨ 82 ਦੇ ਵਿੱਚ ਡੈਡੀ ਕੋਲੇ ਫੀਅਟ ਕਾਰ ਹੁੰਦੀ ਸੀਗੀ, 3600 ਫੋਰਡ ਖੜਾ ਕਰੇ, ਜੌਂਡੀਅਰ ਲੈਣ ਦੀਆਂ ਸਲਾਹਾਂ ਬਣਦੀਆਂ, 60 ਕਿੱਲੇ ਆਪਦੇ ਨੇ, 18 ਠੇਕੇ ਤੇ ਨੇ, ਸੰਦ ਸਾਰੇ ਨੇ। ਹਾਂ $632 ਲੈ ਕੇ ਆਇਆ ਸੀਗਾ, ਭਾਨ ਲੈਦਾ ਵਾ ਵਰਦੀ ਨੂੰ ਬਿਨਾਂ ਟੰਡਨ। ਲੋਕ ਕੋਈ ਇਟਾਲੀਅਨ ਸੀਟਾਂ ਲਵਾਈ ਫਿਰਦੇ ਨੇ, ਜੋ ਸਾਲਾ ਖੇਤਾਂ 'ਚ ਨਜ਼ਾਰਾ ਆਉਂਦਾ ਨਾ ਉਹ ਨਜ਼ਾਰਾ ਹੀ। ਲੈ ਵੀ ਤਾਰੀ ਸਿਆ ਹੋ, ਲੈ ਢਿੱਲਾ ਕਰਾ। ਹਾਏ ਓਏ ਰੱਬਾ, ਸਾਲਾ ਲੋਕਾਂ ਨੂੰ ਪਤਾ ਨਹੀਂ ਕਿਵੇਂ ਪਤਾ ਲੱਗ ਜਾਂਦਾ ਵੀ ਤਾਰੀ ਜ਼ਰੂਰੀ ਕੰਮ ਚੱਲਿਆ। ਹੈਲੋ ਓ ਤਾਰੀ, ਆਹ ਕੀ ਕਰਤਾ ਤੂੰ ਸਾਲਿਆ? ਮੈਨੂੰ ਆਪਦੇ ਚਾਚੇ ਦਾ ਐਡਰੈਸ ਗਲਤ ਦਿੱਤਾ। ਉਹ ਐਡਰੈਸ ਜਮਾ ਸਹੀ ਹੈ ਯਾਰ, ਐਤਕੀ ਦਾ ਕਾਰਡ ਆਇਆ ਚਾਚੇ ਦਾ ਨਵੇਂ ਸਾਲ ਤੇ। ਉਹ ਮੈਂ ਸਾਲਿਆ ਉੱਥੇ ਜਾ ਕੇ ਆਇਆ ਵਾਂ, ਕੋਈ ਤੇਰਾ ਚਾਚਾ ਚੂਚਾ ਨਹੀਂ ਰਹਿੰਦਾ ਉੱਥੇ। ਤੂੰ ਸਟੋਰ ਤੇ ਨਹੀਂ ਕਿਹੜਾ ਮਾਰਿਆ ਹੋਏ? ਉਹ ਸਟੋਰ ਤੇ ਵੀ ਜਾ ਕੇ ਆਇਆ, ਤੇਰਾ ਚਾਚਾ ਸਟੋਰ ਤੇ ਘਰ ਇੱਕ ਝੱਲੀ ਜੀ ਕੁੜੀ ਨੂੰ ਵੇਚ ਗਿਆ ਵਾ, ਉਹਨੇ ਸਾਲੀ ਨੇ ਮੈਨੂੰ ਧੱਕੇ ਮਾਰ ਕੇ ਬਾਹਰ ਕੱਢਤਾ। ਮੈਨੂੰ ਤਾਂ ਹੁਣ ਇਹ ਨਹੀਂ ਸਮਝ ਲੱਗਦੀ ਮੈਂ ਉਹ ਸਾਲੇ ਆਪਣੇ ਰਹਿਣ ਨੂੰ ਜਗ੍ਹਾ ਲੱਭਾਂ ਜਾਂ ਜਸਨੀਤ ਨੂੰ ਲੱਭਾਂ, ਚੰਗੇ ਭਲੇ ਨੂੰ ਬਣਵਾਸ ਕਰਾ ਕੇ ਧਰਤਾ। ਕਮਾਲ ਕਰਦਾ ਯਾਰ ਤੂੰ, ਤੂੰ ਤਾਂ ਕੀਤੀ ਕਰਾਈ ਖੂਹ 'ਚ ਪਾਈ ਜਾਂਦਾ, ਮੈਂ ਦੱਸ ਕਿੱਥੇ ਨਹੀਂ ਖੜਿਆ ਤੇਰੇ ਨਾਲ। ਉਹ ਰਹਿਣ ਦੇ ਰਹਿਣ ਦੇ ਰਹਿਣ ਦੇ, ਸਾਲਿਆ ਖੜਿਆ ਕਿੱਥੇ ਆ ਤੂੰ? ਪੰਗਾ ਬਾਅਦ 'ਚ ਪੈਂਦਾ ਸੀ, ਪਹਿਲਾਂ ਮੋਕ ਮਾਰ ਜਾਂਦਾ ਸੀ ਸਾਲਾ ਹੋਇਆ। ਉਹ ਮੋਕ ਮੈਂ ਜਾਣ ਕੇ ਮਾਰਦਾ ਸੀ ਯਾਰ, ਉਹ ਤਾਂ ਕਈ ਬੰਦੇ ਦਾ ਪ੍ਰੈਸ਼ਰ ਬਣਿਆ ਹੁੰਦਾ, ਬਸ ਸਮਝਦਾ ਹੁੰਦਾ, ਨਾਲੇ ਮੇਰੇ ਤੇ ਕੋਈ ਔਖੇ ਹੋਣ ਦਾ ਫਾਇਦਾ ਹੈ? ਜਿਹੜਾ ਕੁਛ ਹੋਣਾ ਸੀ ਉਹ ਤਾਂ ਹੋ ਗਿਆ, ਹੁਣ ਤੂੰ ਐਂ ਕਰ, ਨੇੜੇ ਤੇੜੇ ਗੁਰਦੁਆਰਾ ਦੇਖ, ਉੱਥੇ ਜਾ ਵੜ। ਜਿਹਦਾ ਵੀਰ ਕੋਈ ਨਹੀਂ ਹੁੰਦਾ ਨਾ, ਉਹਦਾ ਰੱਬ ਹੁੰਦਾ। ਗੋਰਿਆਂ ਦਾ ਗੁਰਦੁਆਰਾ ਚੱਲੂ। ਬਾਬਾ ਜੀ, ਇੱਕ ਤੁਹਾਡੇ ਨਾਲ ਜ਼ਰੂਰੀ ਗੱਲ ਕਰਨੀ ਸੀ, ਪਰ ਹਿਸਾਬ ਜਿਹਾ ਨਹੀਂ ਆ ਰਿਹਾ ਜੀ ਤੁਸੀਂ ਹੈ ਕਿਹੜੇ ਪਾਸੇ ਹੋ, ਮੈਂ ਸਾਹਮਣੇ ਦੇਖ ਕੇ ਗੱਲ ਕਰ ਲੈਣਾ। ਬਾਬਾ ਜੀ ਨੇ ਇੱਕ ਸਾਡੇ ਵਾਲੇ ਬਾਬਾ ਜੀ ਨੂੰ ਸੁਨੇਹਾ ਲਾ ਦਿਓ ਜੀ,
ਨਿੱਕੇ ਜੀ ਨਿਹਾਲ ਕੈਨੇਡਾ ਪਹੁੰਚ ਗਿਆ ਤੇ ਛੋਟੀ ਜਿਹੀ ਪ੍ਰੋਬਲਮ 'ਚ ਫਸ ਗਿਆ। ਬਾਬਾ ਜੀ ਤੁਹਾਨੂੰ ਸੱਚ ਬੋਲਦਾ, ਦੇਖੋ ਥੋਤੋਂ ਕਾਹਦਾ ਲੁਕੋਆ, ਤੁਹਾਨੂੰ ਤਾਂ ਪਤਾ ਹੀ ਲੱਗ ਜਾਣਾ ਵੀ ਸੱਚ ਕੀ ਆ। ਬਸ ਕੈਨੇਡਾ 'ਚ ਪ੍ਰੋਬਲਮ ਆ ਜੀ, ਦੇਖੋ ਇੰਡੀਆ ਤਾਂ ਤੁਹਾਨੂੰ ਪਤਾ ਸੂਤੇ ਆ। ਤੁਹਾਡੀ ਮਿਹਰਬਾਨੀ ਦੇ ਨਾਲ ਜੀ 82 ਦੇ ਵਿੱਚ ਡੈਡੀ ਕੋਲ ਫੀਅਟ ਕਾਰ ਹੁੰਦੀ ਸੀ, 3600 ਘਰੇ ਖੜਾ ਜੀ, ਜੌਂਡੀਅਰ ਲੈਣ ਦੀਆਂ ਸਲਾਹਾਂ ਬਣਦੀਆਂ, 60 ਕਿੱਲੇ ਪੈਲੀ ਆ ਜੀ, 18 ਕਿੱਲੇ ਤਾਂ ਐਤਕੀ ਠੇਕੇ 'ਤੇ ਲਏ ਨੇ। ਪਰ ਬਾਬਾ ਜੀ ਦੇਖੋ ਸੋਚਣ ਵਾਲੀ ਗੱਲ ਤਾਂ ਇਹੀ ਆ ਨਾ ਜੀ, ਹੁਣ ਬੇਬੇ ਇਕੱਲੀ ਥੋੜ੍ਹਾ ਪਾਊਗੀ ਉਹਨੂੰ, ਮੈਨੂੰ ਇਹ ਚਾਹੀਦਾ ਨਾ ਜੀ ਮੈਂ ਉੱਥੇ ਹੋਵਾਂ। ਪਰ ਬਾਬਾ ਜੀ ਜੇ ਤੁਸੀਂ ਮੇਰੀ ਮਦਦ ਕਰ ਦੋਗੇ ਨਾ, ਸਾਰੇ ਦਾ ਸਾਰਾ ਕੰਮ ਸੂਤ ਆਜੂ। ਬਾਬਾ ਜੀ ਬਸ ਐਤਕੀ ਬਚਾ ਲਓ, ਮਿਹਰਬਾਨੀ ਬਾਬਾ ਜੀ, ਸਤਿ ਸ਼੍ਰੀ ਅਕਾਲ ਜੀ। ਬਾਬਾ ਜੀ ਉਹ ਕੜਾਹ ਪ੍ਰਸ਼ਾਦ ਦਾ ਇੰਤਜ਼ਾਮ ਜੀ, ਤੁਸੀਂ ਵੀ ਕਹੋਗੇ ਕਿਹੋ ਜਿਹਾ ਬੰਦਾ ਜੀ। ਬਾਬਾ ਜੀ ਭੁੱਖ ਬਹੁਤ ਲੱਗੀ ਆ, ਸਵੇਰ ਦੇ ਨੇ ਚਾਹ ਦਾ ਕੱਪ ਨਹੀਂ ਪੀਤਾ ਜੀ, ਇੱਕ ਪੁੜੀ ਭੁੱਕੀ ਦੀ ਸੀਗੀ ਜੀ, ਉਹ ਵੀ ਦਿੱਲੀ ਕਸਟਮ ਵਾਲਿਆਂ ਨੇ ਆਉਣ ਵੇਲੇ ਕੱਢ ਲਈ। ਮੈਂ ਤਾਂ ਜੀ ਬਸ ਬੁਰੇ ਹਾਲ ਨੇ। ਤੂੰ ਤੂੰ ਇੱਥੇ ਕਰਦੀ ਆ, ਹੁਣ ਕਿਤੇ ਇਹ ਨਾ ਕਹਿ ਦੀ ਵੀ ਢੀਂਡਸਾ ਸਾਹਿਬ ਤੈਨੂੰ ਆ ਜਗ੍ਹਾ ਵੀ ਵੇਚ ਕੇ। ਓਏ ਸਿਰ ਨੰਗਾ, ਪੈਰਾਂ 'ਚ ਜੁੱਤੀ, ਮਾਰਾਂ ਤੇਰੇ ਚੱਕ ਕੇ ਮੋਮਬੱਤੀ ਮੈਂ, ਤੇਰਾ ਦਿਮਾਗ ਠੀਕ ਹੈ? ਓਕੇ, ਇਹ ਚਰਚ ਹੈ, ਇੱਥੇ ਇਦਾਂ ਹੀ ਹੁੰਦਾ ਹੈ। ਹਾਂ ਚਰਚ ਹੋਵੇ ਚਾਹੇ ਜੋ ਮਰਜ਼ੀ ਹੋਵੇ, ਸਾਡੇ ਮਾਂ ਪਿਓ ਨੇ ਇਹੀ ਸਿਖਾਇਆ ਵੀ ਬੰਦੇ ਦਾ ਸਿਰ ਟਕਿਆ ਹੋਣਾ ਚਾਹੀਦਾ ਤੇ ਪੈਰ ਨੰਗੇ ਹੋਣੇ ਚਾਹੀਦੇ ਆ, ਤੂੰ ਤਾਂ ਲੱਤਾਂ ਵੀ ਨੰਗੀਆਂ ਲਈ ਫਿਰਦੀ ਆ। ਓਕੇ ਆਈ ਐਮ ਸੌਰੀ, ਮੇਰੇ ਤੋਂ ਗਲਤੀ ਹੋ ਗਈ ਨਾ, ਤੇਰੇ ਤੋਂ ਗਲਤੀ ਨਹੀਂ ਹੁੰਦੀ। ਮੇਰੇ ਤੋਂ ਗਲਤੀ? ਹਾਂ ਮੇਰੇ ਤੋਂ ਗਲਤੀ। ਯੈਸ ਮੇਰੇ ਤੋਂ ਗਲਤੀ ਹੋਈ ਆ ਯਾਰ, ਗਲਤੀ ਹੋਈ ਆ। ਮੈਂ ਤਾਂ ਬੈਠ ਤਾਂ ਸਕਦਾ ਨਾ ਚਰਚ 'ਚ? ਹਾਂ ਹਾਂ। ਲੰਡੂ ਜੇ ਬੰਦਿਆਂ ਪਿੱਛੇ ਲੱਗ ਕੇ ਮੈਂ ਕੈਨੇਡਾ ਆ ਗਿਆ, ਆਹ ਦੇਖ ਲੈ ਸਵੇਰ ਦਾ ਚਾਚੇ ਲੱਭਦਾ ਫਿਰਦਾ ਵਾਂ। ਕਿੱਥੇ ਆ ਢੀਂਡਸਾ ਸਾਹਿਬ, ਕਿੱਥੇ ਆ ਢੀਂਡਸਾ ਸਾਹਿਬ? ਹੈਗੇ ਨੇ ਢੀਂਡਸਾ ਸਾਹਿਬ। ਹੈਂ? ਹੈਗੇ ਨੇ? ਪਹਿਲਾਂ ਇਹ ਦੱਸ, ਕਾਫੀ ਪੀਏਂਗਾ? ਕਿਹਦੇ ਨਾਲ? ਮੇਰੇ ਨਾਲ। ਕੁੜੀ ਨਾਲ ਕਾਫੀ? ਹਾਂ। ਬਈ ਸਿਰਾ ਹੀ ਹੈ ਬਾਬਾ ਜੀ ਤੁਹਾਡਾ ਤਾਂ, ਅੱਜ ਪਤਾ ਲੱਗਿਆ ਵੀ ਕੈਨੇਡਾ ਕਿੰਨਾ ਫਾਸਟ ਆ। ਅਜੇ 2 ਮਿੰਟ ਪਹਿਲਾਂ ਮੈਂ ਸੁਨੇਹਾ ਲਾਇਆ, ਤੁਸੀਂ ਸਾਡੇ ਬਾਬੇ ਤੱਕ ਪਹੁੰਚਾ ਵੀ ਦਿੱਤਾ। ਸਲਿਊਟ ਆ ਬਾਬਾ ਜੀ, ਲਵ ਯੂ। ਕਮਾਲ ਹੈ, ਕਿਸੇ ਕੁੜੀ ਦੀ ਫੋਟੋ ਨੂੰ ਫੇਸਬੁੱਕ ਤੇ ਦੇਖਿਆ ਤੇ ਉਹਨੂੰ ਮਿਲਣ ਲਈ ਇੰਨੀ ਦੂਰ ਆ ਗਿਆ। ਓਏ ਜੀ, ਤਾਂ ਮੈਂ ਫੋਟੋ ਦੇਖ ਕੇ ਆ ਜੀ, 2-3 ਕੁੜੀਆਂ ਪਿੱਛੇ ਤਾਂ ਮੈਂ ਇਹੀ ਚਲੇ ਗਿਆ, ਮੇਰੇ ਯਾਰਾਂ ਦੋਸਤਾਂ ਨੇ ਕਿਹਾ ਤਾਂ ਬਾਹਲੀ ਕੁਆਟਰ ਕੁੜੀ ਹੈ। ਹੈਲੋ, ਉਹ ਸ਼ਹਿਰ ਦੀ ਸਭ ਤੋਂ ਰਿਚ ਕੁੜੀ ਹੈ, ਸਮਝ ਆਈ? 2 ਮਹੀਨੇ ਕੀ, 2 ਜਨਮ ਵੀ ਉਹਦੇ ਪਿੱਛੇ ਲਾ ਦੇਣਾ ਤਾਂ ਵੀ ਨਹੀਂ ਤੇਰੀ ਗੱਲ ਬਣਨੀ। ਨਹੀਂ ਤਾਂ ਮੈਂ ਮਾਤੜਾ, ਆ 87 ਜੀ ਮੇਰੇ ਡੈਡੀ ਕੋਲੇ ਫੀਅਟ ਕਾਰ ਹੁੰਦੀ ਸੀ। ਦੱਸਿਆ ਸੀ ਮੈਨੂੰ ਨਾ, ਹੁਣ ਮੈਨੂੰ ਢੀਂਡਸਾ ਸਾਹਿਬ ਦੇ ਘਰੇ ਲੈ ਕੇ ਜਾਣਾ ਜਾਂ ਇੱਥੇ ਠੰਡ 'ਚ ਮਾਰਨਾ? ਤੈਨੂੰ ਇੱਕ ਗੱਲ ਦੱਸਾਂ, ਉਹ ਜਿਹੜਾ ਘਰ ਸੀ ਨਾ ਜਿੱਥੇ ਤੂੰ ਮੈਨੂੰ ਪਹਿਲੀ ਵਾਰੀ ਮਿਲਿਆ ਸੀ, ਉਹ ਢੀਂਡਸਾ ਅੰਕਲ ਦਾ ਹੀ ਹੈ। ਹਾਂ, ਤੇ ਉਹ ਜਿਹੜਾ ਗ੍ਰੋਸਰੀ ਸਟੋਰ ਹੈ ਨਾ, ਉਹ ਵੀ ਢੀਂਡਸਾ ਅੰਕਲ ਦਾ ਹੀ ਹੈ। ਤੂੰ ਝੂਠ ਕਿਉਂ ਬੋਲਿਆ ਮੈਨੂੰ? ਐਕਚੁਅਲੀ ਮੈਂ ਵੀ 90 ਤੋਂ ਹੀ ਆ। 90 ਤੋਂ ਤੂੰ? ਹਾਂ। ਉਹ ਸਹੀ ਬਲਾਗੀ। ਹਾਂ, ਇੱਕ ਮਿੰਟ ਗੱਲ ਤਾਂ ਸੁਣ ਲਾ। ਪਰ ਨਾ 90 ਤੋਂ 2 ਸਾਲ ਪਹਿਲਾਂ ਨਾ ਮੈਂ ਇੱਕ ਬੇਵਕੂਫੀ ਕੀਤੀ ਸੀ। ਅੱਛਾ? ਪਰ ਮੈਂ ਨਾ ਇੱਕ ਮੁੰਡੇ ਨੂੰ ਇੰਟਰਨੈਟ ਤੇ ਲਾਈਕ ਕਰਦੀ ਸੀ। ਇੰਟਰਨੈਟ ਤੇ? ਫੇਰ ਉਹਦੇ ਨਾਲ ਵਿਆਹ ਕਰਾਉਣ ਲਈ ਮੈਂ ਇੱਥੇ ਆ ਗਈ, ਆਪਣੇ ਮੰਮਾ ਪਾਪਾ ਦੀ ਮਰਜ਼ੀ ਦੇ ਅਗੇਂਸਟ। ਇੱਥੇ ਆ ਕੇ ਮੈਨੂੰ ਪਤਾ ਲੱਗਿਆ ਕਿ ਉਹ 1 ਨੰਬਰ ਦਾ ਧੋਖੇਬਾਜ਼ ਹੈ। ਕਹਿੰਦਾ ਕਿ ਜੇ ਤੂੰ ਆਪਣੇ ਪੇਰੈਂਟਸ ਨੂੰ ਛੱਡਤਾ ਤੇ ਇਹਦਾ ਮਤਲਬ ਤੇਰੇ ਕੋਲ ਹੁਣ ਪ੍ਰਾਪਰਟੀ ਰਹੀ ਨਹੀਂ ਤੇ ਮੈਨੂੰ ਤੇਰੇ 'ਚ ਕੋਈ ਇੰਟਰਸਟ ਨਹੀਂ ਰਿਹਾ। ਮੈਨੂੰ ਦੱਸ ਸਾਲਾ, ਕਿੱਥੇ ਨਹਾਸਾ ਨਾ ਭਾਂਤੀਆਂ ਮੈਂ ਸਾਲੇ ਦੀਆਂ? ਮੈਨੂੰ ਕੀ ਪਤਾ ਕਿੱਥੇ ਹੈ। ਮੰਮੀ ਪਾਪਾ ਤੇ ਇਹੀ ਸਮਝਦੇ ਆ ਨਾ ਕਿ ਮੇਰਾ ਉਹਦੇ ਨਾਲ ਵਿਆਹ ਹੋ ਗਿਆ ਤੇ ਮੈਂ ਬਹੁਤ ਖੁਸ਼ ਹਾਂ। ਹਮੇਸ਼ਾ ਕਹਿੰਦੇ ਰਹਿੰਦੇ ਕਿ ਮੈਂ ਫੋਨ ਤੇ ਉਹਨਾਂ ਦੀ ਗੱਲ ਕਰਾਵਾਂ ਉਹਨਾਂ ਦੇ ਜਵਾਈ ਦੇ ਨਾਲ, ਪਰ ਮੈਂ ਹੀ ਹਾਂ, ਹਮੇਸ਼ਾ ਟਾਲਦੀ ਰਹਿੰਦੀ ਹਾਂ। ਇਸੇ ਕਰਕੇ ਮੈਂ ਡਰ ਗਈ ਸੀ ਜਦ ਤੂੰ ਕਿਹਾ ਨਾ ਕਿ ਤੂੰ 90 ਤੋਂ ਹੈ। ਮੈਨੂੰ ਲੱਗਿਆ ਕਿ ਸ਼ਾਇਦ ਮੰਮਾ ਪਾਪਾ ਨੇ ਤੈਨੂੰ ਮੇਰੇ ਪਿੱਛੇ ਭੇਜਿਆ ਮੇਰੀ ਜਾਸੂਸੀ ਕਰਨ ਵਾਸਤੇ। ਚੱਲ ਹੁਣ ਮੈਨੂੰ ਠੰਡ 'ਚ ਮਾਰੇਂਗੀ ਜਾਂ ਔਰ ਢੀਂਡਸਾ ਸਾਹਿਬ ਨੂੰ ਵੀ ਮਿਲਾਏਂਗੀ? ਉੱਥੇ ਵੀ ਇੱਕ ਪੰਗਾ ਹੈ ਨਾ, ਪਿਓ ਮੰਨਦਾ ਤੇ ਪੁੱਤ ਨਹੀਂ ਮੰਨਦਾ, ਜੇ ਪੁੱਤ ਮੰਨਦਾ ਤੇ ਪਿਓ ਨਹੀਂ ਮੰਨਦਾ। ਔਰ ਨਿਹਾਲ ਸਿੰਘ ਤਾਂ ਸਾਰੇ ਪਿੰਡ ਨੂੰ ਮਨਾਈ ਫਿਰਦਾ, ਇਹ ਤਾਂ ਬੰਦੇ ਹੀ 2 ਨੇ। ਚੱਲ ਡੈਡ ਪਲੀਜ਼, ਤੁਸੀਂ ਮੇਰੀ ਗੱਲ ਮੰਨੋ ਪਲੀਜ਼। ਓ ਨਹੀਂ, ਮੈਂ ਆਪਣਾ ਗ੍ਰੋਸਰੀ ਸਟੋਰ ਬੰਦ ਨਹੀਂ ਕਰ ਸਕਦਾ। ਓਏ ਅਕਲ ਨੂੰ ਹੱਥ ਮਾਰ, ਖੋਤਿਆ ਅਕਲ ਨੂੰ ਹੱਥ ਮਾਰ, ਅਸੂਲ ਦੀ ਗੱਲ ਕਰ। ਮੈਂ ਆਪਣਾ ਗ੍ਰੋਸਰੀ ਸਟੋਰ ਕਿਵੇਂ ਬੰਦ ਕਰਦਾ ਵਾ, ਖੋਤੇ ਦਾ ਪੁੱਤ ਨਾ ਹੋਵੇ ਤਾਂ। ਓ ਗੋਡ, ਡੈਡ ਬੰਦ ਕਰਨ ਦੀ ਕੌਣ ਗੱਲ ਕਰਦਾ, ਤੁਸੀਂ ਮੇਰੀ ਗੱਲਾਂ ਨੂੰ ਅੰਡਰਸਟੈਂਡ ਨਹੀਂ ਕਰਦੇ। ਮੈਂ ਤਾਂ ਸਿਰਫ ਤੁਹਾਨੂੰ ਇਹੀ ਕਹਿਣਾ ਕਿ ਉਹਦੀ ਜਗ੍ਹਾ ਆਪਾਂ ਕਲੱਬ ਖੋਲਾਂਗੇ ਜਿੱਥੇ ਡਾਂਸ ਹੋਊਗਾ। ਤੇਰਾ ਮਤਲਬ ਹੈ ਖੋਤਿਆ, ਮੈਂ ਆਪਣਾ 25 ਸਾਲ ਪੁਰਾਣਾ ਸਟੋਰ ਬੰਦ ਕਰਕੇ ਸ਼ਕੀਲਾ ਦੀ ਤਰ੍ਹਾਂ ਕੱਛਾ ਪਾ ਕੇ ਉੱਥੇ ਡਾਂਸ ਕਰਾਂ? ਓ ਗੋਡ ਡੈਡ, ਮੈਂ ਤੁਹਾਡੀ ਗੱਲ ਥੋੜੀ ਕਰਦਾ, ਤੁਸੀਂ ਥੋੜੀ ਡਾਂਸ ਵੈਂਸ ਕਰਨਾ ਹੈ। ਡੈਡ ਜ਼ਰਾ ਸੋਚ, ਆਪਣੇ ਢੀਂਡਸਾ ਗ੍ਰੋਸਰੀ ਸਟੋਰ। ਢੀਂਡਸਾ ਨਹੀਂ, ਢੀਂਡਸਾ, ਉਹ ਬੋਲਣਾ ਤਾਂ ਸਿੱਖ ਲੈ। ਓ ਡੈਡ ਜ਼ਰਾ ਸੋਚ, ਆਪਣੇ ਗ੍ਰੋਸਰੀ ਸਟੋਰ ਦੀ ਜਗ੍ਹਾ ਡੀ ਕਲੱਬ ਹੋਊਗਾ। ਹੈ, ਲਿਮੋਜ਼ਿਨ ਵਿੱਚੋਂ ਤੁਸੀਂ ਉਤਰੋਗੇ, ਚਾਰੋਂ ਪਾਸੇ ਟੀਵੀ ਰਿਪੋਰਟਰ ਹੋਣਗੇ, ਸੋਹਣੀ ਸੋਹਣੀ ਕੁੜੀਆਂ ਆਲੇ ਦੁਆਲੇ ਡਾਂਸ ਕਰਨਗੀਆਂ।
ਕੁੜੀਆਂ ਦੀਆਂ ਮੰਮੀਆਂ ਵੀ ਹੋਣਗੀਆਂ ਉੱਥੇ। ਓਹ ਗੋਡ, ਡੈਡ ਮੰਮੀ ਡੈਡੀ ਥੋੜੀ ਆਉਂਦੇ ਆ। Parents are not allowed, Dad. ਨਹੀਂ ਪਰ ਗੱਲੇ ਤੇ ਤਾਂ ਮੈਂ ਹੀ ਬੈਠੂੰਗਾ ਨਾ। ਉਹ ਡੈਡ ਗੱਲਾਂ ਵੀ ਨਹੀਂ ਹੁੰਦਾ। ਫਿਰ ਮੈਂ ਕਲੱਬ ਖੋਲ ਕੇ ਕੀ ਕਰਨਾ ਜਦੋਂ ਉੱਥੇ ਮੇਰਾ ਕੋਈ ਕੰਮ ਹੀ ਨਹੀਂ ਹੈ। ਨਾਲੇ ਸਾਡੇ ਕਲਚਰ ਦੇ ਖਿਲਾਫ ਹੈ। ਅਸੂਲ ਦੀ ਗੱਲ ਕਰ ਤੂੰ। ਨਿਹਾਲ, ਮੈਨੂੰ ਲੱਗਦਾ ਕਿ ਆਪਾਂ ਗਲਤ ਟਾਈਮ ਤੇ ਆ ਗਏ। ਉਹ ਨਿਹਾਲ ਲਈ ਵੀ ਕਦੇ ਕੋਈ ਟਾਈਮ ਗਲਤ ਜਾਂ ਠੀਕ ਹੋਇਆ? ਪੁਰਾਣੀਆਂ ਚੀਜ਼ਾਂ ਨੂੰ ਸਾਂਭ ਕੇ ਰੱਖਣ ਨੂੰ ਹੀ ਕਲਚਰ ਕਹਿੰਦੇ ਆ। ਕੱਲ ਨੂੰ ਤੂੰ ਬੁੱਢੇ ਮਾਂ ਬਾਪ ਨੂੰ ਕਹੇਗਾ ਬਈ ਪੁਰਾਣੇ ਪੈ ਗਏ, ਇਹਨਾਂ ਨੂੰ ਬਾਹਰ ਸਿੱਟ ਦੋ, ਇਹ ਹੈ ਕਲਚਰ ਤੁਹਾਡਾ? ਲਾਣਤ ਇਹ ਜੇ ਕਲਚਰ ਦੇ ਉੱਤੇ। ਬਿਲਕੁਲ ਸਹੀ ਗੱਲ ਆ ਚਾਚਾ ਜੀ। ਆਪਣੇ ਇੱਕ ਮਿੰਟ, ਓਏ ਜੇ ਆਪਾਂ ਆਪਦੀਆਂ ਜੜਾਂ ਭੁੱਲ ਗਏ ਤਾਂ ਆਪਾਂ ਥੱਲੇ ਨਹੀਂ ਡਿੱਗਾਂਗੇ। ਬਿਲਕੁਲ, ਅਸੂਲ ਦੀ ਗੱਲ ਕੀਤੀ ਹੈ। ਇਹੀ ਕਲਚਰ ਹੈ ਗੋਰਿਆਂ ਦਾ, ਆਪਣੇ ਬੱਚਿਆਂ ਨੂੰ ਪੂਰੀ ਫ੍ਰੀਡਮ ਦਿੰਦੇ। ਇਹ ਵੀ ਗੱਲ ਆ। ਦੇਖੋ ਜੀ, ਇੱਕ ਗੱਲ ਤਾਂ ਮੰਨਣੇ ਵਾਲੀ ਆ, ਗੋਰੇ ਘੱਟੋ ਘੱਟ ਆਪਣੇ ਬੱਚਿਆਂ ਨੂੰ ਕੁੱਕੜੀ ਵਾਂਗੂ ਤਾੜ ਕੇ ਨਹੀਂ ਰੱਖ ਲਿਆਗੇ। ਨਹੀਂ ਪਰ ਜੇ ਪਤੰਗ ਦੀ ਡੋਰੀ ਕੱਟ ਗਈ ਫਿਰ ਤਾਂ ਜ਼ਮੀਨ ਤੇ ਡਿੱਗੂਗੀ। ਵਾਹ ਚਾਚਾ ਜੀ ਵਾਹ, ਕਿਆ ਬਾਤ ਹੈ ਚਾਚਾ ਜੀ। ਆਏ ਹਾਏ, ਧੰਨ ਭਾਗ ਮੇਰੇ ਕਿ ਮੈਨੂੰ ਐਡੀ ਮਹਾਨ ਸ਼ਖਸੀਅਤ ਦੇ ਘਰੇ ਰਹਿਣ ਦਾ ਮੌਕਾ ਮਿਲਿਆ। ਚਾਚਾ ਜੀ ਗ੍ਰੇਟ ਹੋ ਤੁਸੀਂ, ਗ੍ਰੇਟ। ਪਰ ਮੁੰਡੇ ਇੰਨਾ ਗ੍ਰੇਟ ਵੀ ਨਹੀਂ ਹੈ ਮੈਂ, ਬਸ ਜੀ ਸਦ ਕੇ ਤੇਰਾ ਆਪਣਾ ਘਰ ਹੈ, ਤੂੰ ਰਹਿ ਸਕਦਾ ਹੈ। ਇੱਕ ਮਿੰਟ ਫੜੀ, ਮੈਂ ਤੈਨੂੰ ਪਛਾਣਿਆ ਨੀ, ਤੂੰ ਹੈ ਕੌਣ? ਮੈਨੂੰ ਨੀ ਪਛਾਣਿਆ ਚਾਚਾ ਜੀ, ਕਮਾਲ ਦੀ ਗੱਲ ਆ। ਉਹ ਮੈਂ ਤੁਹਾਡਾ ਆਪਣਾ ਨਿਹਾਲ ਚਾਚਾ ਜੀ, ਛੋਟਾ ਨਿਹਾਲ। ਕਿਹੜਾ ਨਿਹਾਲ? ਉਹ ਚਾਚਾ ਜੀ ਪਿੰਡੋਂ ਨਾਭੇ ਤੋਂ ਤਾਰੀ ਦਾ ਦੋਸਤ ਨਿਹਾਲ ਸਿੰਘ ਗਰੇਵਾਲ। ਤਾਰੀ ਤਾਂ ਨਹੀਂ ਆਇਆ ਕਿਤੇ? ਉਹਨੂੰ ਕਿਨੇ ਬੀਜਾ ਦੇਣਾ ਜੀ ਕੈਨੇਡਾ ਦਾ, ਤਾਰੀ ਕਿਥੇ, ਮੈਂ ਕੱਲਾ ਹੀ ਆਇਆ। ਬੜਾ ਕਰੈਕਟਰਲੈਸ ਜਿਹਾ ਮੁੰਡਾ ਹੈ ਉਹ। ਜਮਾ ਹੀ ਤੁਹਾਡੇ ਤੇ ਜੀ। ਹਾਂ, ਗਿਆ ਹੀ ਨਹੀਂ ਗਾ ਤੁਹਾਡੇ ਤੇ, ਦੇਖੋ ਬਿਲਕੁਲ ਹੀ ਨਹੀਂ ਗਿਆ ਹੈਗਾ। ਕਿੱਥੇ ਤਾਰੀ, ਕਿੱਥੇ ਤੁਸੀਂ, ਕਿਆ ਗ੍ਰੇਟ ਪਰਸਨੈਲਿਟੀ ਜੀ ਚਾਚਾ ਜੀ, ਸਵਾਦ ਆ ਗਿਆ, ਸਿਰਾ ਲੱਗ ਗਿਆ। ਬੇਟਾ ਤੂੰ ਅੱਜ ਤੋਂ ਇੱਥੇ ਰਹੇ ਜੀ, ਅੱਜ ਤੋਂ ਇਹ ਮੇਰਾ ਪਤੀ ਸਾਡੇ ਘਰ ਦੇ ਵਿੱਚ ਸਾਡੇ ਨਾਲ ਹੀ ਰਹੂਗਾ। ਤੇਰੀ ਬਿਲਕੁਲ ਦਖਲ ਅੰਦਾਜ਼ੀ ਨਹੀਂ ਹੋਣੀ ਚਾਹੀਦੀ। ਸੋਰੀ ਚਾਚਾ ਜੀ, ਆ ਮੇਰਾ ਰੂਮ ਕਿੱਥੇ ਜੀ? ਆਪਣਾ ਉੱਪਰ ਚੜ ਕੇ ਨਾ ਖੱਬੇ ਹੱਥ ਨੂੰ ਦੂਜਾ ਕਮਰਾ। ਥੈਂਕ ਯੂ ਚਾਚਾ ਜੀ, ਚਾਹ ਤੇ ਮਿਲਦੀ ਆ ਦਈ ਵੀਰੇ। ਸੁਣਿਆ ਤੂੰ, ਹੁਣ ਖਿਆਲ ਰੱਖੇ। ਮੈਡਮ ਜੀ, ਬੇਬੇ ਨੇ ਨਿਹਾਲ ਨਾ ਐਂ ਨਹੀਂ ਸੀ ਰੱਖਿਆ, ਜਿੱਥੇ ਜਾਈਦਾ ਜਾਂ ਤਾਂ ਨਿਹਾਲ ਕਰ ਦੇ ਦੀ ਆ। ਮਿਲਦੇ ਆ ਜੀ। ਓ ਨਹੀਂ, ਕਮਾਲ ਦੀ ਗੱਲ ਆ ਨਿਹਾਲ ਸਿਆ, ਮੈਂ ਆਪਣੇ ਦੁੱਖੜੇ ਸੁਣਾਉਣਾ, ਜਿਹੜਾ ਸੁਣਦਾ ਉਹ ਪਤੰਦਰ ਹੱਸਣ ਲੱਗ ਜਾਂਦਾ। ਓ ਸੱਚੀ ਸਵਾਦ ਆ ਗਿਆ ਸਾ, ਆ ਕੀਤੀ ਹੈ ਜੱਟਾਂ ਵਾਲੀ ਗੱਲ। ਪੰਗਾ ਪਿਆ, ਕਬਰਿਆ ਕੁਬਰਿਆ ਨਹੀਂ, ਐਕਸ਼ਨ ਲਿੱਤਾ ਐਕਸ਼ਨ। ਐਕਸ਼ਨ ਤਾਂ ਲੈ ਲਿਆ, ਪਰ ਕੀ ਹੁਣ ਇਹ ਸੋਚਿਆ ਕਿ ਅੱਗੇ ਕੀ ਕਰਨਾ ਹੈ? ਉਹ ਕੁੜੀਏ ਇਹੋ ਜਿਹੇ ਕੰਮ ਦੇ ਵਿੱਚ ਅੱਗੇ ਪਿੱਛੇ ਨਹੀਂ ਦੇਖੀਦਾ ਹੁੰਦਾ। ਇਹ ਬਿਨਾਂ ਸੋਚੇ ਇੱਥੇ ਆਇਆ, ਹੁਣ ਬਿਨਾਂ ਸੋਚੇ ਅੱਗੇ ਤੁਰੂ। ਉਹ ਪਰ ਚਾਚਾ ਜੀ, ਮੇਰੀ ਘੱਟੋ ਘੱਟ ਇੱਕ ਕੁੜੀ ਨਾਲ ਫੋਟੋ ਤੱਕ ਖਿਚਾ ਦੋ। ਉਹ ਪਿੰਡਤਾ ਤਾਈ ਨੇ ਮੇਰੀ ਬੇਬੇ ਦਾ ਗੱਲਾਂ ਸੁਣਾ ਸੁਣਾ ਬਲੱਡ ਪ੍ਰੈਸ਼ਰ ਵਧਾਇਆ ਪਿਆ ਹੋਣਾ। ਉਹਨਾਂ ਨੂੰ ਪਤਾ ਤਾਂ ਲੱਗ ਜੇ ਵੀ ਨਿਹਾਲ ਕੈਨੇਡੇ ਪਹੁੰਚ ਗਿਆ। ਠੀਕ ਹੈ, ਚਲੋ ਫਿਰ ਫੋਟੋ ਖਿਚਾਈਏ। ਡੈਡ, ਫੋਟੋ ਕਰਨ ਦੀ ਗੱਲ ਛੱਡੋ, ਪਹਿਲਾਂ ਤੁਸੀਂ ਮੈਨੂੰ ਇਹ ਦੱਸੋ, ਤੁਹਾਨੂੰ ਪਤਾ ਵੀ ਉਹ ਰਹਿੰਦੀ ਕਿੱਥੇ? ਉਹ ਮੂਰਖਾ, ਸਾਰੀ ਦੁਨੀਆ ਨੂੰ ਪਤਾ ਹੈ ਉਹ ਕਿੱਥੇ ਰਹਿੰਦੀ ਹੈ, ਕਦੇ ਅਖਬਾਰ ਵੀ ਪੜ ਲਿਆ ਕਰ। ਸ਼ਹਿਰ ਦੀ ਸਭ ਤੋਂ ਅਮੀਰ ਫੈਮਿਲੀ ਨੂੰ ਬਿਲੋਂਗ ਕਰਦੀ ਹੈ ਉਹ। ਚਾਚਾ ਜੀ, ਜ਼ਿੰਦਗੀ 'ਚ ਪਹਿਲੀ ਵਾਰੀ ਕਿਸੇ ਕੁੜੀ ਦੀ ਵੇਟ ਕਰ ਰਿਹਾ, ਸਾਲਾ ਓਪਰਾ ਓਪਰਾ ਜਿਹਾ ਫੀਲ ਹੋ ਰਿਹਾ, ਪਤਾ ਨਹੀਂ ਕਦੋਂ ਆਊਗੀ। ਚਾਚਾ ਜੀ, ਸਾਲੀ ਬਾਲੀ ਕੈਮਰਾ ਸਿਰਾ ਹੀ ਲਾਈ ਜਾਂਦੀ ਆ, ਉਹ ਫੋਟੋ ਵੀ ਟਪਾ ਦੀ ਇਹਨੇ ਤਾਂ। ਚਾਚਾ ਜੀ, ਤੁਹਾਨੂੰ ਪਤਾ ਦੀਵਾਲੀ ਵੇਲੇ ਇੱਕ ਪਟਾਕਾ ਹੁੰਦਾ ਜਿਹੜਾ ਬਿਲਕੁਲ ਐਂਡ ਤੇ ਚਲਾਈਦਾ, ਜਿਹਦੇ ਵਿੱਚ ਚੱਕਰੀਆਂ, ਅਨਾਰ, ਫੁੱਲਝੜੀਆਂ, ਬੰਬ, ਗੋਲੇ, ਉਹ ਪਟਾਕਾ ਹੈ। ਓਏ ਹੋਏ ਹੋਏ, ਸਾਉਣ ਦਾ ਮਹੀਨਾ ਹੋਵੇ, ਮਿੰਨੀ ਮਿੰਨੀ ਕਣੀ ਪੈਂਦੀ ਹੋਵੇ ਤੇ ਜੱਟ ਬੈਠਾ ਹੋਵੇ ਜੌਂਡੀਅਰ ਤੇ ਸੁਹਾਗਾ ਫੇਰਦਾ, ਤੇ ਮੇਰੀ ਰਵੀਨਾ ਟੰਡਨ ਪਾ ਕੇ ਖੱਬੇ ਪੈਰ 'ਚ ਝਾਂਜਰ ਛਣ ਛਣ ਕਰਦੀ ਜੱਟ ਦਾ ਪੱਤਾ ਲੈ ਕੇ ਆਉਂਦੀ ਹੋਵੇ, ਸਵਾਦ ਹੀ ਆ ਜਾਵੇ। ਪਰ ਬੇਟਾ ਜੀ, ਤੂੰ ਤਾਂ ਕਹਿੰਦਾ ਸੀਗਾ ਬਈ ਜੌਂਡੀਅਰ ਲੈਣ ਦੀਆਂ ਹਲੇ ਸਲਾਹਾਂ ਹੀ ਬਣ ਰਹੀਆਂ। ਉਹ ਚਾਚਾ ਜੀ, ਅਭੀ ਤਾਂ ਸਲਾਹਾਂ ਹੀ ਬਣਦੀਆਂ ਨੇ, ਪਰ ਆਹ ਸਾਲੇ ਕਾਲੇ ਪੀਣੇ ਜੇ ਕੌਣ ਨੇ ਚਾਚਾ ਜੀ? ਇਹਦਾ ਪਾਪਾ ਐਮ ਪੀ ਯੂ ਪੀ ਆ। ਉਹ ਯਾਰ, ਛੱਡ ਐਮ ਪੀ ਯੂ ਪੀ ਨੂੰ, ਆਪਾਂ ਇਹਦੇ ਨਾਲ ਫੋਟੋ ਖਿਚਾਈਏ, ਚੱਲ ਬੈਠ ਗੱਡੀ 'ਚ। ਨਿਹਾਲ ਬੇਟਾ ਜੀ, ਇਹ ਹੈ ਆਪਣਾ ਵੈਂਕੂਵਰ ਦਾ ਡਾਊਨ ਟਾਊਨ। ਕੀ ਹੈ ਜੀ? ਜਾਣੀ ਕਿ ਆਪਣੇ ਪਿੰਡ ਦੀ ਜਿਵੇਂ ਸੱਥ ਹੁੰਦੀ ਹੈ ਨਾ, ਇਹ ਸੱਥ ਹੈ। ਅੱਛਾ ਜੀ। ਨਹੀਂ ਸਮਝਿਆ? ਨਹੀਂ। ਐ ਸਮਝ ਲੈ ਬਈ, ਜਿਵੇਂ ਚੰਡੀਗੜ੍ਹ ਦਾ 17 ਸੈਕਟਰ, ਇਹ 17 ਸੈਕਟਰ ਹੈ।
ਇਹਦਾ ਮਤਲਬ ਅੱਗੇ ਵੜ ਕੇ ਫੁਹਾਰਾ ਜੀ ਫੁਹਾਰਾ ਫੁਵਰਾ ਕੁਛ ਨਹੀਂ ਹੈ ਇੱਥੇ ਬਸ ਤੂੰ ਰੌਣਕ ਮੇਲਾ ਦੇਖ ਚਾਰੇ ਪਾਸੇ ਪਰ ਆਪਣੀ ਰਵੀਨਾ ਟੰਡਨ ਤਾਂ ਕਿਤੇ ਦੇਖਦੀ ਨਹੀਂ ਜੀ ਉਹ ਵੀ ਦਿਖ ਜਾਓ ਕਿਤੇ ਨਾ ਕਿਤੇ ਆਹੋ ਖੜੀ ਆ ਸਾਹਮਣੇ ਬਸ ਹੁਣ ਤੁਸੀਂ ਮਾੜਾ ਜਿਹਾ ਤਰੀਕੇ ਨਾਲ ਕਿਤੇ ਉਹੀ ਨਾ ਊਟ ਪਟਾਂਗ ਹਾਂ ਤੂੰ ਘਬਰਾ ਨਾ ਅੱਜ ਤੂੰ ਦੇਖੀ ਇਹ ਜੀ ਮੈਂ ਕਮਾਲ ਦੀ ਫੋਟੋ ਖਿੱਚਣ ਲੱਗਿਆ ਹੈ ਨਾ ਮਨ ਜਾਏਗੀ ਤੂੰ ਵੀ ਹਾਏ ਕੁੜੀ ਐਡੀ ਸੋਹਣੀ ਲੱਗ ਰਹੀ ਨਾ ਕੈਮਰੇ ਅੰਕਲ ਫੋਟੋ ਖਿੱਚੋ ਬੇਟਾ ਖਿੱਚ ਰਿਹਾ ਮੇਰੀ ਗੱਲ ਤਾਂ ਪੂਰੀ ਹੋ ਲੈਣ ਦੇ ਆ ਦੇਖੀ ਕਿਆ ਵਧੀਆ ਫੋਟੋ ਖਿੱਚਾਂਗਾ ਮੈਂ ਖਿੱਚਦੇ 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 ਸਤਿ ਸ਼੍ਰੀ ਅਕਾਲ ਜੀ ਜਵਾਨੀ ਦਾ ਧਰਮਿੰਦਰ ਹੋਵੇ ਮੰਨਦਾ ਹੁਣ ਆਪਣੇ ਚਾਚੇ ਨੂੰ ਕੁੜੀ ਕਿੱਥੇ ਆ ਓਹੋ ਤੂੰ ਟੈਨਸ਼ਨ ਕਿਉਂ ਲੈਂਦਾ ਤੇਰੀ ਫੋਟੋ ਖਿੱਚੀ ਜਾਣੀ ਹੈ ਫੋਟੋ ਤਾਂ ਖਿੱਚੂਗੀ ਜੇ ਕੁੜੀ ਲੱਭੂਗੀ ਓਹੋ ਕੁੜੀ ਵੀ ਲੱਭ ਜੂਗੀ ਉਹ ਖੜੀ ਆ ਤੇਰੀ ਰਵੀਨਾ ਟੰਡਨ ਗਦਕਾਰ ਪਲੀਜ਼ ਹੁਣ ਤੂੰ ਫੋਟੋ ਚਾਜਰਾ ਖਿੱਚਦੀ ਬੇਬੀ ਦੀ ਤਾਂ ਤਾਂ ਹੋ ਜਵੇ ਪਿੰਡ 'ਚ ਉਹ ਹੋ ਜੂ ਤਾਂ ਤਾਂ ਨੇ ਹੁਣ ਤੂੰ ਜਾ ਵਾਟ ਆਰ ਯੂ ਸੇਇੰਗ ਥੈਂਕ ਗੋਡ ਫॉर दैट ਨੋ ਜੋ ਨਿਹਾਲ ਕੁੜੀ ਦੇ ਕੋਲ ਨੂੰ ਹੋਏ ਨਾ ਉਦੋਂ ਕਲਿੱਕ ਕਰੀ ਵਨ ਸੈਕ ਅਜੇ ਨਾ ਕਰੀ ਠਹਿਰ ਥੋੜਾ ਜਾ ਯਾ ਲਾਈਕ ਦੈਟ ਮੈਂ ਕਹਾਂਗਾ 1 2 3 ਓ ਡੈਮ I missed her. ਹਲੇ ਮੈਂ ਤੈਨੂੰ ਕਹੇ ਨਹੀਂ ਤੂੰ ਪਹਿਲਾਂ ਹੀ ਕੋੜਾ ਦੱਬਤਾ ਬਣ ਗਈ ਵੱਡੀ ਫੋਟੋਗ੍ਰਾਫਰ ਦੇਖ ਲੈ ਆ ਕੀ ਸੋਹਣੀ ਹੈ ਮੈਂ ਤਾਂ ਫੇਰ ਵੀ ਬੰਦੇ ਨਾਲ ਫੋਟੋ ਖਿੱਚੀ ਸੀਗੀ ਇਹ ਤਾਂ ਇਹਨੇ ਖਿੱਚੀ ਹੈ ਬੁੱਤ ਨਾਲ ਤੇਰੀ $8 ਲੱਗ ਜੂ ਮੈਂ ਨਾ 2 ਨਿੰਬੂ ਲੈ ਲਏ ਆਪਾਂ ਘਰ ਜਾ ਕੇ ਸ਼ਿਕੰਜ ਵੀ ਪੀਵਾਂਗੇ ਮੈਨੂੰ ਮਾਫ ਕਰੋ ਮੇਰੇ ਜੋੜੇ ਹੱਥ ਮੇਰੀ ਇੱਕ ਹੈਲਪ ਕਰੋਗੇ ਤੁਸੀਂ ਕੀ ਮੇਰੀ ਕੋਈ ਹੈਲਪ ਨਾ ਕਰਿਓ ਮੈਂ ਤਾਂ ਸਟੈਂਡ ਲਿਆ ਹੀ ਯਾਰ ਸਲੋ ਡਾਊਨ ਡੈਡ ਕੁਛ ਨਾ ਕੁਛ ਤਾਂ ਕਰਨਾ ਹੀ ਪੈਣਾ ਮੈਨੂੰ ਤਾਰੀ ਨੇ ਸੜੇ ਨੇ ਫੋਟੋ ਤਾਂ ਸਿਰੇ ਦੇ ਪੁਰਜੇ ਦੀ ਵਿਖਾਈ ਆ ਬੇਬੇ ਤੈਨੂੰ ਕੱਚ ਦੇ ਸਮਾਨ ਅੱਗੋਂ ਰੱਖੂਗੀ ਸਾਂਭ ਸਾਂਭ ਕੇ ਜੀ ਕਰਦਾ ਇਹਦੇ ਮੂਹਰੇ ਬੈਠ ਕੇ ਨਾ ਬਸ ਦੇਖ ਹੀ ਜਾਵਾਂ ਥੈਂਕਸ ਲੱਗਦਾ ਐ ਨਹੀਂ ਬਣਨੀ ਗੱਲ ਜਗਾੜ ਤਾਂ ਲਗਾਉਣਾ ਹੀ ਪੈਣਾ
भोलू जी सत श्री अकाल। यार आ की कीता, आवाज भी नहीं आई। दस दा जी है, सेवा कितने? वाहिगुरु तेरी आत्मा नु शांति बख्शे। और रविन्ना टड़न चली हो। मैडम वो निकल गए जी, और मैं कोशिश तो बड़ी की थी, फड़े नहीं गए जी। पर एक्सक्यूज मी, हु आर यू? माइंड योर ओन बिजनेस, ऑलराइट? टॉकिंग टू हर यार। मैडम वेरी गुड इंग्लिश जी, बट माई सेल्फ निहाल सिंह गरेयाल जी, पार्टी प्रेजिडेंट रुपदमन कॉलेज नाभा। ऑलराइट, हूएवर यू आर, तुसी जो भी होगे इत्थे सीन ना क्रिएट करो प्लीज। पर मैं थोड़े लिए जी हो। पर मैडम मेरी गलता सुनो। हेलो, तू आई कदे ना पे ठोले मार मार पोपड़ पाड़ दू सलदा। टाटा हुण पैर मिद तो गरीब दा। चाचा जी अपने आप समझते की आ भैन फुकरी सली किमें काट कर कुत्ती सली। स्वाद आ गया गाल दा, ता सच्ची स्वाद आ गया। केरा पंजाब दा चेता करा देता तू, एक बार फिर गाल कट। चाचा जी मैं कही ना मेरी सली बेइज्जती होगी, भैन फुकरी सली। मजा आ गया। ए हुंदी आ गाल, एथे दा गाल कट लूगे मुंह बीच के। स्टूपिड Idiot! गाल ओ हुंदी है जे मज नू गड्डी जाए ना साढ़े दो दिन दूध न देवे, फिर गाल दा स्वाद है। कट एक बारी फिर। मैं कह जाना मेरी बेइज्जती होगी, भैन चार बंदे साले के दी। Who are you? यार फिर की हो गया जे कहता Who are you? पहले कदे नहीं किसी ने तेनू कहा Who are you? मैनू? हाँ रामगढ़ वाली रिंपी ने कहा थी। दस दे की कहा सी रामगढ़ वाली ने? चाचा दारू पी के मैं ठरकी जा हो जाना तू। मैं कल्ला थोड़े ही हो जाता है, सारी दुनिया दारू पी के ठरकी हो जाती है। सुना की हंसिया ने बस एवं। चाचा मेनू साली कहती Who are you? हाँ? बस जट ने चलाया जादू भर। हाँ? दो चार दिन मगरों जट दे जिंद बार दी फिरती सी। एवं पीती खाती जी। चाचा फोन ला लिया मैं। हाँ? नंबर पता नहीं साला 98154705 सी, पता नहीं साला 92-34 थी। चल कोई नहीं तू गल। हाँ की कहंदे? चाचा बैल बज दिया हले गल। अच्छा हेलो रिंपी मैं बोलदा। की कहंदे? चाचा गल कर दे पहला। की कहंदे दस? वे पिंड मासी दे गई। 1 2 3 ओ मैं क्या किथे आ गई थी ओ मैं क्या किथे है।
ਤਿੜਕੇ ਤਾਂ ਗਈ ਸੀ ਉਹ ਮੈਂ ਕਿਹਾ ਕਿੱਥੇ ਹੈ ਪਿੰਡ ਮਾਸੀ ਦੇ ਗਈ ਬੇਬੇ ਬਸ ਮੈਨੂੰ ਸਕੂਟਰ ਵਾਂਗੂ ਭਜਾਈ ਫਿਰਦੀ ਆ ਕਦੇ ਰਿਸ਼ਤੇਦਾਰੀਆਂ ਕਦੇ ਸਾਲੀਆਂ ਬਸ ਗੱਲਾਂ ਹੀ ਛੱਡਦੇ ਚਾਰੇ ਪਾਸੇ ਜੀਜਾ ਜੀ ਹੁੰਦੀ ਆ ਅੱਜ ਤਾਂ ਸੇਵੀਆਂ ਖੜਾਈਆਂ ਮੈਨੂੰ ਆਪਦੇ ਹੱਥੀ ਬਣਾਈਆਂ ਸੀ ਤੇਰੀ ਨੂੰਹ ਨੇ ਸੇਵੀਆਂ ਬਣਾ ਕੇ ਖਵਾਈਆਂ ਹੱਥਾਂ ਨਾਲ ਮੇਰਾ ਹੀ ਝੂਠ ਭਲਾ ਕਨੇਡਾ ਵਾਲੀ ਨੂੰ ਵੀ ਸੇਵੀਆਂ ਬਣਾਉਣੀਆਂ ਆਉਂਦੀਆਂ ਹੋਣੀਆਂ ਕਹਿ ਤਾਂ ਉਹਨੂੰ ਗੱਲ ਕਰਾਵੇ ਮੇਰੀ ਨੂੰਹ ਰਾਣੀ ਨਾਲ ਆ ਲੈ ਤੇਰੀ ਤਾਈ ਗੱਲ ਕਰਨਾ ਚਾਹੁੰਦੀ ਹੈ ਨੂੰਹ ਰਾਣੀ ਦੇ ਨਾਲ ਗੱਲ ਕਰਨੀ ਆ ਤਾਈ ਨੇ ਕਦੇ ਆਪਦੀ ਨੂੰਹ ਨਾਲ ਗੱਲ ਨਹੀਂ ਕੀਤੀ ਹੈਗੀ ਦੂਜਿਆਂ ਦੀਆਂ ਨੂੰਹਾਂ ਨਾਲ ਗੱਲਾਂ ਕਰਨੀਆਂ ਇਹਨੇ ਫੱਫੇ ਕੁੱਟਣੀ ਤਾਈ ਮੈਂ ਨਹੀਂ ਕਰਾਉਂਦਾ ਬਹੁਤੀਆਂ ਗੱਲਾਂ ਨਾ ਕਰ ਮੇਰਾ ਵੀ ਜੀ ਕਰਦਾ ਗੱਲ ਕਰਵਾ ਬੇਬੇ ਤੇਰੀ ਨੂੰਹ ਹੈ ਤੂੰ ਜੀ ਸੱਦ ਕੇ ਗੱਲ ਕਰ ਪਰ ਉਹ ਆਪਣੇ ਹੈਲੋ ਬੇਬੇ ਹੈਲੋ ਹੈਲੋ ਨਿਹਾਲ ਹੈਲੋ ਲੱਗਦਾ ਫੋਨ ਕੱਟਿਆ ਗਿਆ ਕੀ ਪਤਾ ਕੱਟਿਆ ਗਿਆ ਕਿ ਕੱਟਤਾ ਇਹ ਤਾਂ ਹੁਣ ਪਰਮਾਤਮਾ ਨੂੰ ਹੀ ਜਾਣਦਾ ਲੈ ਆ ਗਿਆ ਹੈਲੋ ਨਿਹਾਲ ਹੈਲੋ ਸਤਿ ਸ੍ਰੀ ਅਕਾਲ ਬੇਬੇ ਜਸਨੀਤ ਬੋਲ ਰਹੀ ਹਾਂ ਕੀ ਹਾਲ ਹੈ ਤੁਹਾਡਾ ਸਤਿ ਸ੍ਰੀ ਅਕਾਲ ਧੀਏ ਜਿਉਂਦੀ ਰਹਿ ਬੁੱਢ ਸੁਹਾਗਣ ਹੋਵੇ ਅਸੀਂ ਤਾਂ ਕਦੋਂ ਦੇ ਤੈਨੂੰ ਉਡੀਕਦੇ ਆ ਓ ਰੀਅਲੀ ਬੇਬੇ ਮੈਂ ਵੀ ਤੁਹਾਨੂੰ ਬਹੁਤ ਮਿਸ ਕਰਦੀ ਹਾਂ ਪਰ ਤੁਸੀਂ ਚਿੰਤਾ ਨਾ ਕਰੋ ਅਸੀਂ ਜਲਦੀ ਤੁਹਾਨੂੰ ਮਿਲਣ ਆ ਰਹੇ ਹਾਂ ਆ ਬੇਟਾ ਆਪਦੀ ਤਾਈ ਨਾਲ ਗੱਲ ਕਰ ਲੈ ਮੈਂ ਫੋਨ ਸਪੀਕਰ ਤੇ ਲਾਉਣ ਲੱਗੀ ਹਾਂ ਤਾਈ ਸਪੀਕਰ ਤੇ ਹੈਲੋ ਤਾਈ ਹਾਂ ਕੁੜੇ ਕੀ ਹਾਲ ਹੈ ਨੂੰ ਰਾਣੀ ਹੈ ਹਾਂ ਫੋਨ ਸਪੀਕਰ ਤੇ ਕਿਉਂ ਲਵਾਇਆ ਗੁਰਦੁਆਰੇ ਵਾਲੇ ਸਪੀਕਰ ਤੇ ਲਵਾ ਦੇਣਾ ਸੀ ਸਾਰੇ ਪਿੰਡ ਨੂੰ ਸੁਣਾ ਦੇ ਤਾਈ ਸੂਹਾਂ ਲੈਂਦੀ ਫਿਰਦੀਆਂ ਤੂੰ ਲੋਕਾਂ ਦੇ ਘਰਾਂ ਦੀਆਂ ਸਭ ਪਤਾ ਮੈਨੂੰ ਤਾਈ ਨੂੰ ਕਰਕੇ ਫੋਨ ਤੇਰਾ ਸਪੀਕਰ ਬੰਦ ਕਰਾਉਣਾ ਹੀ ਬਣਾ ਮੈਨੂੰ ਹਾਂ ਕੁੜੇ ਬੰਦ ਕਰ ਇਹਨੂੰ ਫੂਕਣੇ ਨੂੰ ਇਹ ਤਾਂ ਭੌਂਕਣ ਲੱਗਿਆ ਵਾਲਾ ਦਾਲਾ ਨਹੀਂ ਵੇਖਦਾ ਵਾਹਿਗੁਰੂ 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 ਹੈਲੋ ਓਹ ਨਿਹਾਲ ਹਾਂ ਤੂੰ ਤਾਈ ਨੂੰ ਇਹਨਾਂ ਉੱਖ ਕੇ ਬੋਲਿਆ ਉਹ ਇਹਨਾਂ ਕਰਕੇ ਤਾਂ ਸਾਰੇ ਪੰਗੇ ਪਏ ਨੇ ਮੈਨੂੰ ਕਹਿੰਦੇ ਫੋਟੋ ਨੀ ਕੁੜੀ ਲੈ ਕੇ ਆ ਕੁੜੀ ਗਾਂਸ ਵਾਲੀ ਸਮਾਨ ਪੈਕ ਕਰੀ ਬੈਠੀ ਆ ਵੀ ਜਿਹੜੀ ਮੈਂ ਕਹੂੰਗਾ ਚੱਲ ਤੇ ਚੱਲ ਪੂਗੀ ਫੋਟੋ ਨੇ ਪੰਗੇ ਪਾ ਕੇ ਰੱਖਤੇ ਚੰਗਾ ਹੁੰਦਾ ਨਾ ਜੇ ਬੇਬੇ ਨੂੰ ਮੇਰੀ ਫੋਟੋ ਦਿਖਾਈ ਹੁੰਦੀ ਅੱਛਾ ਫਿਰ ਤਾਂ ਬੇਬੇ ਨੇ ਮੈਨੂੰ ਆਉਣੀ ਨਹੀਂ ਸੀ ਦੇਣਾ ਨਿਹਾਲ
आशक चो आशकी कर दिए तो फट बाकी, बंदे चो डर कर दिए तो चट बाकी। ਕੀ ਨਾਂ ਦੱਸਿਆ ਆਪਣਾ? ਨਿਹਾਲ। ਵੈਰੀ ਗੁੱਡ। ਨਾ ਸਾਡੀ ਕਿਸੇ ਨਾਲ ਕੋਈ ਲਾਗ ਡਾਟਾ ਹੈ, ਨਾ ਕਿਸੇ ਨਾਲ ਕੋਈ ਦੁਸ਼ਮਣੀ ਹੈ। ਫਿਰ ਪਤਾ ਨਹੀਂ ਮੇਰੀ ਭਤੀਜੀ ਤੇ ਅਟੈਕ ਕੌਣ ਕਰਵਾ ਰਿਹਾ, ਕੌਣ ਬਣਿਆ ਮੇਰੀ ਬੱਚੀ ਦੀ ਜਾਨ ਦਾ ਦੁਸ਼ਮਣ? ਸਿੱਧੂ ਸਾਹਿਬ, ਮੈਂ ਪੱਕਾ ਤਾਂ ਨਹੀਂ ਕਹਿ ਸਕਦਾ, ਪਰ ਪਿਛਲੇ ਮਹੀਨੇ ਦੀ 20 ਤਰੀਕ ਨੂੰ ਕਿਸੇ ਨੇ ਜਸਨੀਤ ਦੇ ਫਾਦਰ ਦੀ ਵਸੀਅਤ ਨਾਲ ਛੇੜਛਾੜ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਹਦੇ ਅਨੁਸਾਰ ਜੇ 21 ਸਾਲ ਦੀ ਹੋਣ ਤੋਂ ਪਹਿਲਾਂ ਜਸਨੀਤ ਨੂੰ ਕੁਝ ਹੋ ਜੇ ਤਾਂ ਸਾਰੀ ਦੀ ਸਾਰੀ ਪ੍ਰੋਪਰਟੀ ਰਿਸ਼ਤੇਦਾਰਾਂ ਦੇ ਬਰਾਬਰ ਵੰਡੀ ਜਾਏਗੀ। ਤੁਸੀਂ ਕਹਿਣਾ ਕੀ ਚਾਹੁੰਦੇ ਹੋ? ਦੇਖੋ, ਮੈਨੂੰ ਗਲਤ ਨਾ ਸਮਝੋ, 1 ਮਹੀਨਾ ਪਹਿਲਾਂ ਹੀ ਡਾਕੂਮੈਂਟ ਲੀਕ ਆਊਟ ਹੋਏ ਨੇ ਤੇ ਉਦੋਂ ਤੋਂ ਹੀ ਜਸਨੀਤ ਤੇ ਅਟੈਕ ਹੋ ਰਹੇ ਨੇ। ਮੈਨੂੰ ਲੱਗਦਾ ਇਹਨਾਂ ਦੋਨਾਂ ਗੱਲਾਂ ਦਾ ਆਪਸ ਵਿੱਚ ਕੋਈ ਨਾ ਕੋਈ ਕਨੈਕਸ਼ਨ ਜ਼ਰੂਰ ਹੈ। ਹੋ ਸਕਦਾ ਹੈ। ਤੂੰ ਇੱਕ ਕੰਮ ਕਰ ਬੇਟੀ, ਮੈਂ ਤਾਂ ਕਹਿੰਦਾ 2 ਮਹੀਨੇ ਘਰੋਂ ਬਾਹਰ ਹੀ ਨਾ ਨਿਕਲ। ਤੇ ਜੇ ਦੁਸ਼ਮਣ ਘਰ 'ਚ ਹੀ ਬੈਠਾ ਹੋਵੇ? ਫੇਰ ਤੇਰਾ ਕੀ ਮਤਲਬ ਹੈ? ਮੈਂ ਆਪਣੀ ਭਤੀਜੀ ਤੇ ਅਟੈਕ ਕਰਵਾ ਰਿਹਾ? ਤੁਹਾਨੂੰ ਤੇ ਆਪਣਾ ਹੀ ਬਾਲਾ ਖਾ ਰਿਹਾ, ਮੈਂ ਕਿਸੇ ਤੇ ਉਂਗਲ ਨਹੀਂ ਚੁੱਕੀ। ਮੇਰੀ ਭਤੀਜੀ ਹੈ ਉਹ, ਮੇਰਾ ਆਪਣਾ ਖੂਨ, ਤੇਰੇ ਵਾਂਗੂ ਮਤਲਬ ਹੀ ਨਹੀਂ ਜੋ ਆਉਂਦੇ ਹੀ ਮੇਰੇ ਭਰਾ ਨੂੰ ਖਾ ਗਏ। 1 ਮਹੀਨਾ ਹੋਇਆ ਸੀ ਵਿਆਹ ਹੋਇਆ, ਮੇਰਾ ਭਰਾ ਐਕਸੀਡੈਂਟ 'ਚ ਮਾਰਿਆ ਗਿਆ। ਮੈਨੂੰ ਤਾਂ ਉਹ ਵੀ ਤੇਰੇ 'ਤੇ ਸ਼ੱਕ ਹੈ, ਤੂੰ ਹੀ ਕੀਤਾ ਇਹ ਕਾਰਾ, ਹੁਣ ਚਲਿੱਤਰ ਕਰਦੀ ਹੈ ਸਾਡੇ ਸਾਹਮਣੇ। ਬੇਟਾ ਤੂੰ ਮੇਰੇ ਕੋਲ ਰਹਿ, ਮੈਂ ਦੇਖਦਾ ਤੇਰੇ 'ਤੇ ਕੌਣ ਕਰਦਾ ਅਟੈਕ। ਹਾਂ ਹਾਂ, ਲੈ ਜਾ ਮੇਰੀ ਬੇਟੀ ਨੂੰ ਆਪਣੇ ਨਾਲ, ਤਾਂ ਕਿ ਉਹਦੀ ਕੋਈ ਹੁੱਕ ਸੁੱਕੀ ਨਾ ਲੱਗੇ। ਇੱਕ ਮਿੰਟ ਮੋਮ, ਕੈਨ ਯੂ ਗਾਇਸ ਪਲੀਜ਼ ਸਟਾਪ ਫਾਈਟਿੰਗ? ਅੰਕਲ, ਇਫ ਯੂ ਰੀਅਲੀ ਕੇਅਰ ਫॉर मी, ਨਿਹਾਲ ਨੂੰ ਮੇਰੇ ਬਾਡੀ ਗਾਰਡ ਲਈ ਹਾਇਰ ਕਰ ਲਿਆ। ਐਜ਼ ਯੂ ਵਿਸ਼ ਬੇਟਾ। ਬੇਟਾ, ਕੀ ਤੁਸੀਂ ਜਸਨੀਤ ਦੇ ਬਾਡੀ ਗਾਰਡ ਦੀ ਜੌਬ ਲੈਣ ਲਈ ਤਿਆਰ ਹੋ? ਫੁੱਲ ਤਿਆਰ ਹੈ ਜੀ। ਸੋਚ ਲਓ ਬੇਟਾ, ਤੁਹਾਨੂੰ ਹਰ ਟਾਈਮ ਜਸਨੀਤ ਦੇ ਨਾਲ ਰਹਿਣਾ ਪੈਣਾ। ਸੋਚਣ ਵਾਲੀ ਕੀ ਗੱਲ ਹੈ ਜੀ, 24 hour ਸਰਵਿਸ ਹੈ ਜੀ, ਡੈਡੀਕੇਸ਼ਨ ਨਾਲ ਜੌਬ ਕਰੀ ਦੀ ਹੈ ਜੀ। ਗੁੱਡ, ਬਸ ਫਿਰ ਠੀਕ ਹੈ। ਜਦੋਂ ਤੱਕ ਜਸਨੀਤ ਪੂਰੇ 21 ਸਾਲਾਂ ਦੀ ਨਹੀਂ ਹੋ ਜਾਂਦੀ ਉਦੋਂ ਤੱਕ ਉਹਦੀ ਜਾਨ ਦੀ ਰਖਵਾਲੀ ਕਰਨ ਦੀ ਜ਼ਿੰਮੇਵਾਰੀ ਤੁਹਾਡੀ। ਤੁਸੀਂ ਚਿੰਤਾ ਹੀ ਨਾ ਕਰੋ ਜੀ, ਡੋਂਟ ਟੇਕ ਚਿੰਤਾ। ਮੈਂ ਕਿਹਾ ਜੀ, 21 ਸਾਲ ਛੱਡੋ, 99 ਸਾਲਾਂ ਤੱਕ ਜ਼ਿੰਮੇਵਾਰੀ ਮੇਰੀ ਜੀ। ਦੈਟਸ ਗੁੱਡ ਬੇਟਾ, ਥੈਂਕ ਯੂ, ਥੈਂਕ ਯੂ। ਕਮਾਲ ਹੈ, ਪਿੰਡ ਲੋਕੀ ਨਿਹਾਲ ਸਿੰਘ ਤੋਂ ਆਪਣੀਆਂ ਕੁੜੀਆਂ ਬਚਾਉਂਦੇ ਸੀ, ਇੱਥੇ ਕੁੜੀ ਬਚਾਉਣ ਲਈ ਨਿਹਾਲ ਸਿੰਘ ਨੂੰ ਰੱਖਿਆ ਜਾ ਰਿਹਾ। ਸਮਾਰਟ ਲੋਕ ਨੇ ਕੈਨੇਡੇ ਦੇ, ਨਿਹਾਲ ਸਿੰਘ ਦਾ ਟੈਲੈਂਟ ਸਮਝ ਕੇ।
Nihal, what do you want to have? Na ji, bas ye kuch nahi peena pona ji. Matlab kuch ta le le, coffee, cold drink, something. Is time ji coffee, cold drink. Kyun? Is time matlab? Is time nu ta jadd dost din peg la ke sutte pe hunde ji. Ta fir la le. Peg la la. Ha, have one. Acha ji. ਪਰ ਦੇਖੋ ਜੀ ਮੈਂ ਡਿਊਟੀ ਦੇ ਟਾਈਮ 'ਚ ਦਰ ਦੁਰ ਪੀਣ ਦੇ ਹੱਕ 'ਚ ਹੈ ਨਹੀਂ ਬਾਡੀਗਾਰਡਾ ਨਹੀਂ ਮੈਂ ਕਿਹੜਾ ਪੁਲਿਸ ਵਾਲਾ ਵੀ ਜਿਹੜਾ ਟੁੰਨਿਆ ਫਿਰੂੰਗਾ ਪਰ ਤੁਸੀਂ ਕਹਿੰਦੇ ਹੋ ਤਾਂ ਪਿੱਕ ਲਾ ਲੈਣਾ ਜੀ ਬਟ ਮੈਨੂੰ ਰੋਕ ਦਿਓ ਜੀ ਦੇਖੋ ਮੈਂ ਨਾ ਇੱਕ ਪਿੱਗ ਤੋਂ ਬਾਅਦ ਫਿਰ ਮੈਂ ਥੋੜ੍ਹਾ ਜਿਹਾ ਕਾਹੋ ਹੀ ਡੱਫ ਜਾਣਾ ਕਈ ਵਾਰੀ ਹਾਂਜੀ ਚੱਲ ਲਾ ਲੈ ਜੀ ਰੋਕ ਲੈਂਗੇ ਮੈਡਮ ਜੀ ਉਦਾਂ ਤਾਂ ਗੱਲ ਕੋਈ ਨਹੀਂ ਆ ਸਾਲੀ ਨਾ ਦਾਰੂ ਪੀ ਕੇ ਨਾ ਜੀ ਸਾਡੇ ਸਾਡਾ ਪਿਆਰ ਜਾਗ ਜਾਂਦਾ ਦਿਲ ਦੀ ਗੱਲ ਕਹਿਣ ਨੂੰ ਜੀ ਕਰ ਆਉਂਦਾ ਵੀ ਜਿਵੇਂ ਹੁਣ ਤੁਸੀਂ ਮੇਰੇ ਸਾਹਮਣੇ ਬੈਠੇ ਹੋ ਮਤਲਬ ਕਹਿ ਦੇਵੇ ਵੀ ਜਿਵੇਂ ਆਈ ਲਵ ਯੂ ਮੈਡਮ ਜੀ ਨਹੀਂ ਨਹੀਂ ਮਤਲਬ ਐ ਨਹੀਂ ਵੀ ਜੇ ਬੰਦਾ ਪਿਆਰ ਕਰਦਾ ਹੋਵੇ ਤੇ ਉਹਦੀ ਗਰਲਫ੍ਰੈਂਡ ਸਾਹਮਣੇ ਬੈਠੀ ਹੋਵੇ ਉਹਦੇ ਕਹਿਣ ਨੂੰ ਮਤਲਬ ਜੀ ਕਰ ਆਉਂਦਾ ਸਾਲੀ ਦਲੇਰੀ ਰਹਿ ਜਾਂਦੀ ਹੈ ਹਨਾ ਉਦਾਂ ਮੈਡਮ ਅੱਜ ਹੁਣ ਜਦੋਂ ਸਾਲੀ ਪੀ ਲਈ ਆ ਮੈਂ ਤੁਹਾਨੂੰ ਦੱਸ ਦਿੰਦਾ ਬਈ ਤੁਸੀਂ ਸੋਹਣੇ ਬਹੁਤ ਮੈਡਮ ਕੰਮ ਸਾਲਾ ਤੇਰਾ ਹੀ ਆ ਮੈਂ ਜਦੋਂ ਪਹਿਲੀ ਵਾਰੀ ਦੇਖਿਆ ਨਾ ਤੁਹਾਨੂੰ ਮਤਲਬ ਦਿਲੋਂ ਆਵਾਜ਼ ਨਿਕਲੀ ਦਿਲੋਂ ਅੰਦਰ ਤੇ ਬੇ ਸਾਲੀ ਚੋਬਰ ਬਈ ਆ ਜਮਾ ਹੀ ਚੋਬਰ 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 ਮਤਲਬ ਜੀ ਜਿਵੇਂ ਗੁੰਦਮਾ ਜਿਹਾ ਮਾਲ ਮੈਡਮ ਜੀ ਤੁਸੀਂ ਮੈਨੂੰ ਲੱਗਦਾ ਗੱਲ ਸਮਝ ਗਏ ਬਈ ਯੂ ਆਰ ਵੈਰੀ ਬਿਊਟੀਫੁਲ ਥੈਂਕ ਯੂ ਨਿਹਾਲ ਅੰਗਰੇਜ਼ੀ ਫਿਲਮ ਦੀ ਹੀਰੋਇਨ ਹੁੰਦੀ ਨਾ ਸੇਮ ਟੂ ਸੇਮ ਡਿੱਟੋ ਹੀ ਬਸ ਤੂੰ ਅੰਗਰੇਜ਼ੀ ਫਿਲਮਾਂ ਵੇਖਦਾ ਹਾਂ ਜੀ ਆ ਸਾਲੇ ਤਾਰੀ ਦੀ ਮੋਟਰ ਤੇ ਹੋਰ ਕੀ ਕਰੀਦਾ ਜੀ ਆਹੀ ਗੱਲ ਦੱਸਵਾ ਕਰੀਦਾ ਤਾਰੀ ਦੀ ਮੋਟਰ ਤੇ ਕੀ ਕਿਹੜੀ ਫਿਲਮ ਵੇਖੀ ਤੂੰ ਤਾਰੀ ਦੀ ਮੋਟਰ ਤੇ ਤੁਸੀਂ ਛੱਡੋ ਜੀ ਉਹ ਤਾਂ ਬਸ ਪਰ ਉਦਾਂ ਮੈਂ ਟਿਟੈਨਿਕ ਵੀ ਦੇਖੀ ਜੀ ਮੋਬਾਈਲ 'ਚ ਮੋਬਾਈਲ ਤੇ ਕਿਉਂ ਵੇਖੀ ਕਾਰ ਟੀਵੀ ਤੇ ਕਿਉਂ ਨਹੀਂ ਵੇਖੀ ਮੈਡਮ ਐਸੀਆਂ ਫਿਲਮਾਂ ਘਰੇ ਤੋਂ ਨਾ ਦੇਖੀਦੀਆਂ ਨੇ ਜੀ ਅਰੇ ਸਾਫ ਸੁਥਰੀ ਤਾਂ ਫਿਲਮ ਹੈ ਟਿਟੈਨਿਕ ਕਿਰਦਾਰ ਦੀ ਗੱਲ ਕਰਦੇ ਜੀ ਉਹ ਤਾਂ ਸਾਲਾ ਜਹਾਜ਼ ਟਾਈਮ ਸਿਰ ਡੁੱਬ ਗਿਆ ਉਹਨਾਂ ਨੇ ਤਾਂ ਗੰਦ ਪਾਉਣ ਦੀ ਪੂਰੀ ਤਿਆਰੀ ਕਰ ਲਈ ਸੀ ਹਾਂਜੀ ਸਾਰੇ ਪਿੰਡਕਾਂ ਪੁੰਡਕਾਂ ਬਣਾਈ ਗਏ ਜੀ ਸਾਰੇ ਪਿੰਡ ਦੇ ਮੋਬਾਈਲ ਵਾਲੇ ਮੁੰਡਿਆਂ ਕੋਲੇ ਮੋਬਾਈਲ ਦੇ ਵਿੱਚ ਆਓ ਫਿਲਮ ਕਈਆਂ ਨੇ ਤਾਂ ਸਾਲਿਆਂ ਨੇ ਸੀਲ ਹੀ ਕੱਟ ਕੱਟ ਉਹ ਪਾਇਆ ਹੋਇਆ ਤੁਸੀਂ ਵੀ ਕਹਿੰਦੇ ਹੋਵੋਗੇ ਮੈਡਮ ਕਿਹੜੇ ਸਾਲੇ ਮਹਾਤੜ ਨਾਲ ਪੰਗਾ ਪੈ ਗਿਆ ਮੈਡਮ ਕਹਿਣ ਦਾ ਮਤਲਬ ਹੈ ਵੀ ਇਹ ਸਾਲੀ ਅਮੀਰੀ ਗਰੀਬੀ ਹੈ ਨਾ ਮੈਡਮ ਇਹ ਕੁਛ ਨਹੀਂ ਇਹ ਸਮਾਂ ਹੈ ਬੰਦੇ ਦੇ ਦਿਲ ਮਾ ਪਿਆਰ ਹੋਣਾ ਚਾਹੀਦਾ ਇੱਕ ਅਮੀਰ ਗਰੀਬ ਨੂੰ ਪਿਆਰ ਕਰ ਸਕਦਾ ਇੱਕ ਗਰੀਬ ਅਮੀਰ ਨੂੰ ਪਿਆਰ ਕਰ ਸਕਦਾ ਸਹੀ ਗੱਲ ਹੈ ਨਿਹਾਲ ਪਿਆਰ 'ਚ ਕਦੇ ਕੋਈ ਅਮੀਰੀ ਗਰੀਬੀ ਨਹੀਂ ਹੁੰਦੀ ਸਹੀ ਗੱਲ ਪਿਆਰ ਬਸ ਪਿਆਰ ਹੀ ਹੁੰਦਾ ਜੇ ਅਮੀਰੀ ਗਰੀਬੀ ਦਾ ਕੋਈ ਫਰਕ ਹੁੰਦਾ ਸ਼ਾਇਦ ਮੇਰੀ ਜ਼ਿੰਦਗੀ 'ਚ ਰੂਪ ਨਹੀਂ ਹੁੰਦਾ ਰੂਪ ਉਹ ਜਿਹਨੂੰ ਮੈਂ ਪਿਆਰ ਕਰਦੀ ਹਾਂ ਹੁਣ ਕਿੱਥੇ ਰੂਪ ਮੈਡਮ ਰੂਪ ਰੂਪ ਜ਼ਿਆਦਾਤਰ ਅਮਰੀਕਾ ਹੀ ਰਹਿੰਦਾ ਬਿਜ਼ਨਸ ਦੇ ਸਿਲਸਿਲੇ 'ਚ ਤੁਹਾਡੇ ਤੇ ਐਡੇ ਵੱਡੇ ਵੱਡੇ ਹਮਲੇ ਹੋ ਰਹੇ ਨੇ ਤੇ ਰੂਪ ਅਮਰੀਕਾ ਬੈਠਾ ਰੂਪ ਨੂੰ ਪਤਾ ਹੀ ਨਹੀਂ ਹੈ ਨਿਹਾਲ ਕਿਉਂਕਿ ਮੈਂ ਉਹਨੂੰ ਦੱਸਿਆ ਹੀ ਨਹੀਂ ਇਹੀ ਸੱਚਾ ਪਿਆਰ ਹੈ ਜੇ ਮੈਂ ਉਹਨੂੰ ਇੱਕ ਵਾਰੀ ਦੱਸ ਦਿੰਦੀ ਉਹ ਭਜਿਆ ਇੱਥੇ ਆਉਂਦਾ ਤੇ ਮੈਂ ਨਹੀਂ ਚਾਹੁੰਦੀ ਸੀ ਕਿ ਮੈਂ ਆਪ ਰੂਪ ਨੂੰ ਡੇਂਜਰ 'ਚ ਪਾਵਾਂ ਉਹਦੀ ਜਾਨ ਨੂੰ ਵੀ ਤਾਂ ਖਤਰਾ ਹੋ ਸਕਦਾ ਹੈ ਸੱਚਾ ਪਿਆਰ ਇਹਨੂੰ ਕਹਿੰਦਾ ਮੈਂ ਫੋਨ ਕਰਕੇ ਆਇਆ ਹੈਲੋ ਓ ਤਾਰੀ ਤੈਨੂੰ ਸਲੇ ਇਹੀ ਕੁੜੀ ਲੱਭੀ ਸੀ ਇੱਕ ਤਾਂ ਪੰਜਾਬੀ ਨਹੀਂ ਬੋਲਦੀ ਉੱਤੋਂ ਸਲੇ ਇੰਨੇ ਅਮੀਰ ਖਾਨਦਾਨ ਦੀ ਕੁੜੀ ਆ ਉੱਤੋਂ ਪੰਜ ਪੰਜ ਬਾਡੀਗਾਰਡ ਉੱਤੋਂ ਸਾਲੀ ਨੇ ਬੁਆਏਫ੍ਰੈਂਡ ਵੀ ਰੱਖਿਆ ਹੋਇਆ ਉੱਤੋਂ ਬੇਬੇ ਨੇ ਖੁਸ਼ੀ 'ਚ ਖੰਡ ਪਾਠ ਰਖਾ ਲਿਆ ਗੁਰਦੁਆਰੇ ਉੱਤੋਂ ਬੇਬੇ ਨੇ ਸਾਰੇ ਪਿੰਡ ਨੂੰ ਫੋਟੋ ਦਿਖਾਤੀ ਉੱਤੋਂ ਖੁਸਰੇ ਤੁਹਾਡੇ ਘਰੇ ਨੱਚ ਕੇ 21,000 ਰੁਪਇਆ ਲੈ ਗਏ ਨਾਲੇ ਗੱਲ ਸੁਣ ਸ਼ੇਰਾ ਹੁਣ ਤਾਂ ਜਿਹੜਾ ਗੱਲ 'ਚ ਢੋਲ ਪਿਆ ਨਾ ਬਸ ਇਹਨੂੰ ਚੁੱਪ ਕਰਕੇ ਵਜਾਈ ਚੱਲ ਹਾਂ ਉਹ ਨਹੀਂ ਹੁਣ ਕੁਛ ਨਹੀਂ ਹੋ ਸਕਦਾ ਕੁਛ ਨਹੀਂ ਹੋ ਸਕਦਾ
हाँ सच, एक आइडिया है। तू ऐ कर, नब्बे वापस चला जा, ते जांदे सारी पिंड वालेयां दे ना पैरी पै जा, कहदी मेथों गलती हो गई। भतीजे जवानी च गलती हो जाती है। एक मिनट ना निहाल, तू इना सैड के बैठा है, फिर की होया जे ओदा बॉयफ्रेंड हैगा? तू ओनू इत्थे अपनी गर्लफ्रेंड दा बनाउण आया नहीं सी, है ना? देख, तू ओदे डर नू अपनी ताकत बना। वैसे भी ओ तेरे ते विश्वास तां करदी है, नहीं ते तेनू रूप बारे क्यों दसदी? शी फील सेफ विद यू। निहाल, मैनू एक आइडिया आया यार, क्यों ना आपां मिलके ओनू इन्ना डराइए, इन्ना डराइए कि ओनू लगे कि ओ सिर्फ निहाल दे नाल सेफ फील करदी है, चाहे ओ इंडिया होवे चाहे कैनेडा। बाय द वे, कल दा ओदा की प्लान है? स्क्रैप यार्ड। किथे मर गया भाई, कुड़ी नूं डराउण दे चक्कर च किते आप ही ना डर गया होवे पतंदर, सड़ककारां दी कब्रस्तान च छड़ गया। टाइम भी बहुत हो गया यार। इट्स सॉर्टेड, थैंक यू, थैंक यू। छड़, कुड़ी नूं पिस्तौल दिखाउंदा, गोली मारी जांदे। डरो ना जी, गल्ले कोई नहीं, इत्थे मार जट दे टका के मथे च, जे तेरी गोली च दामा इत्थे प्रॉपर। मार देखदा कि जट खड़ा। गोली खा के लंघी, जे बेबे को जों दी ले जानी है ना कुड़ी तक कनेडा छड़ना ही पैना साले। चल चल बैठ, फिर सोके 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 गड्डी च बैठ। निहाले हो की रहे है, मेरी तो कुछ समझ नहीं आ रहा है, कौन है जो सब कुछ छड़ के मेरी जान दे पीछे पिया होया है? मैं किसी का की बिगाड़े है? सीधी जी गल मैडम, दो हफ्ते तक तुसी 21 साल दे हो जाना ते तुहाडी सारी प्रॉपर्टी तुहाडे कोले आ जानी है, पर मैनूं लगदा के ਤੁਹਾਡਾ ਆਪਣਾ ਹੀ ਕੋਈ ਇਹ ਗੱਲ ਚਾਹੁੰਦਾ ਨੀਗਾ ਕਿ ਤੁਸੀਂ ਆਪਣੀ ਪ੍ਰਾਪਰਟੀ ਦੇ ਮਾਲਕ ਬਣੋ। ਆਪਣੇ? ਵਾਟ ਡੂ ਯੂ ਮੀਨ? ਮੰਮੀ, ਚਾਚਾ ਜੀ? ਨੋ, ਦਿਸ ਇਜ਼ ਹਾਰਡ ਟੂ ਬਿਲੀਵ, ਪਰ ਜੋ ਕੋਈ ਵੀ ਹੈ ਪਤਾ ਤਾਂ ਮੈਂ ਕਰਕੇ ਹੀ ਛੱਡੂੰਗੀ।
ਪਤਾ ਕਰਾਉਣ ਦੇ ਲਈ ਮੈਡਮ ਪਹਿਲਾਂ ਬੰਦੇ ਨੂੰ ਜਿਉਂਦਾ ਰਹਿਣਾ ਪੈਣਾ ਅਤੇ ਜਿਹੜੇ ਹਾਲਾਤ ਚੱਲ ਰਹੇ ਨੇ ਨਾ ਬਹੁਤਾ ਚਿਰ ਤੁਸੀਂ ਜਿਉਂਦੇ ਰਹਿਣਾ ਅਤੇ ਨਾ ਮੈਂ ਨਾਲੇ ਇਸ ਬੇਗਾਨੇ ਮੁਲਕ ਦੇ ਵਿੱਚ ਮੈਂ ਕਿੰਨਾ ਕੁ ਚਿਰ ਤੁਹਾਡਾ ਬਚਾ ਕਰ ਸਕਦਾ ਹੈ ਮੇਰੀ ਮੰਨੋ ਆਹ ਦੋ ਹਫ਼ਤੇ ਜਦ ਤੱਕ ਤੁਸੀਂ 21 ਸਾਲਾਂ ਦੇ ਨਹੀਂ ਹੋ ਜਾਂਦੇ ਬਿਨਾਂ ਕਿਸੇ ਨੂੰ ਦੱਸੇ ਤੋਂ ਮੇਰੇ ਨਾਲ ਪੰਜਾਬ ਚੱਲੋ ਪੰਜਾਬ ਪੰਜਾਬ ਪਰ ਮੇਰਾ ਕੌਣ ਹੈ ਪੰਜਾਬ 'ਚ ਹਲੇ ਵੀ ਪੁੱਛਦੇ ਹੋ ਕਿ ਤੁਹਾਡਾ ਕੌਣ ਹੈ ਪੰਜਾਬ 'ਚ ਨਿਹਾਲ ਸਿੰਘ ਮਰਦਾ ਮਰ ਜੂਗਾ ਪਰ ਜਸਨੀਤ ਕੌਰ ਨੂੰ ਤਾਂ ਤੀਵਾਂ ਨਹੀਂ ਲੱਗਣ ਦਿੰਦਾ ਪਰ ਰੂਪ ਰੂਪ ਨੂੰ ਬਿਨਾਂ ਦੱਸੇ ਮੈਂ ਨਹੀਂ ਜਾ ਸਕਦੀ ਉਹਨੂੰ ਤਾਂ ਮੈਨੂੰ ਦੱਸਣਾ ਹੀ ਪੈਣਾ ਉਹ ਵਿਚਾਰਾ ਖਾਮਖਾ ਆਪਾਂ ਛਪਾਰ ਦੇ ਮੇਲੇ ਨਹੀਂ ਚੱਲੇ ਮੈਡਮ ਇਹ ਮੌਤ ਦਾ ਖੇਡ ਹੈ ਤੁਹਾਨੂੰ ਤਾਂ ਮੈਂ ਬਚਾ ਲੂੰਗਾ ਪਰ ਤੁਹਾਡੇ ਰੂਪ ਨੂੰ ਕੌਣ ਬਚਾਊਗਾ ਬਥੇਰੇ ਲੋਕਾਂ 'ਤੇ ਭਰੋਸਾ ਕਰਕੇ ਦੇਖ ਲਿਆ ਤੁਸੀਂ ਇੱਕ ਵਾਰੀ ਨਿਹਾਲ ਸਿੰਘ 'ਤੇ ਵੀ ਭਰੋਸਾ ਕਰਕੇ ਦੇਖ ਲਓ ਦੇਖੀ ਮੇਰਾ ਭਰੋਸਾ ਤੋੜੀ ਨਹੀਂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਪਿੰਡ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਫੀਟ ਵਾਲਾ ਨਿਹਾਲ ਆਪਣੀ ਹੋਣ ਵਾਲੀ ਵਹੁਟੀ ਜਸਨੀਤ ਨੂੰ ਕੈਨੇਡਾ ਤੋਂ ਲੈ ਕੇ ਆ ਰਿਹਾ ਹੈ ਉਹ ਕੀ ਹੋ ਗਿਆ ਤੈਨੂੰ ਓਏ ਕਿਉਂ ਰੋਈ ਜਾਨੀ ਦੱਸ ਤਾਂ ਸਹੀ ਮਾਮਾ ਜੀ ਮੈਂ ਬਰਬਾਦ ਹੋ ਗਈ ਮੇਰੇ ਦਿਲ ਦੇ ਬਾਗ ਹੀ ਉਜੜ ਗਏ ਮੈਂ ਤਾਂ ਆਪ ਹੈਰਾਨ ਹਾਂ ਇਸ ਮਲੰਗ ਨੂੰ ਕੁੜੀ ਦੇ ਕੀ ਨਹੀਂ ਦਿੱਤੀ ਤੁਸੀਂ ਤਾਂ ਕਹਿੰਦੇ ਸੀ ਉਹਦੇ ਕਰਮਾਂ 'ਚ ਕੋਈ ਮਾਤਾ ਪੰਛੀ ਵੀ ਨਹੀਂ ਹੈ ਮਹਾਰਾਜ ਤਾਂ ਪੂਰੀ ਦੀ ਪੂਰੀ ਤੀਵੀਂ ਲੈ ਕੇ ਆ ਗਿਆ ਉਹ ਪਤਾ ਨਹੀਂ ਨਿਹਾਲ ਕਿਸ ਮਿੱਟੀ ਦਾ ਬਣਿਆ ਹੋਇਆ ਉਹ ਤਾਂ ਮੇਰੇ ਨਾਲ ਨਾਲ ਗ੍ਰਹਿਉਂ ਵੀ ਮੈਂ ਹੈਰਾਨ ਹੈ ਉਹ ਸਾਲਾ ਨੌਵੀਂ ਫੇਲ ਤੇ ਮੈਂ ਬੀਐਡ ਪਾਸ ਉਹਨੂੰ ਕੈਨੇਡਾ ਦੀ ਕੁੜੀ ਦੇ ਕੀ ਨੇ ਦਿੱਤੀ ਇਹ ਤਾਂ ਮੈਂ ਮੰਨਦੀ ਹਾਂ ਜਿਹਨੇ ਹਲ ਬੜਾ ਸਕੀਮੀ ਹੈ ਪਰ ਇਹੋ ਜਿਹੀ ਕਿਹੜੀ ਸਕੀਮ ਲੜਾ ਗਿਆ ਬਈ ਕੈਨੇਡਾ ਦੀ ਕੁੜੀ ਕੱਢ ਲਿਆ ਹਾਂਜੀ ਭੂਆ ਜੀ ਤੁਸੀਂ ਚਾਹ ਪੀ ਗੱਲ ਕੇ ਹਾਂ ਲੋਕੀ ਤਾਂ ਬਾਹਰ ਹੀ ਟੱਪਿਆ ਏ ਲੈ ਇੰਨੀ ਛੇਤੀ ਵਾਲਾ ਟੱਪਿਆ ਆ ਉਹ ਕਮਾਲ ਹੈ ਜਿਸ ਹਿਸਾਬ ਨਾਲ ਉਹਨੇ ਸਪੀਡ ਪੜੀ ਸਾਲਾ ਕਿਤੇ ਗਾਹੀ ਨਾ ਲੰਘ ਜੇ ਤੂੰ ਜਾ ਕੇ ਸੜਕ ਤੇ ਖੜ ਤਾਰੀ ਪੁੱਤ ਮੈਨੂੰ ਇਹ ਦੱਸ ਕਿ ਸਾਰੇ ਕੰਮ ਹੋ ਗਏ ਕਿ ਨਹੀਂ ਹਾਂ ਬਾਕੀ ਸਾਰੇ ਕੰਮ ਤਾਂ ਹੋ ਗਏ ਚਾਚੀ ਬਸ ਇੱਕੋ ਕੰਮ ਰਹਿ ਗਿਆ ਉਹ ਕਿਹੜਾ ਦੇਖ ਸਾਰੇ ਬਹਿ ਗਏ ਚਾਚੀ ਹੁਣ ਮੇਰੀ ਵੀ ਹੱਥ ਪੀਲੇ ਕਰ ਦੇ ਮੈਂ ਤੈਨੂੰ ਕਿੰਨੀ ਵਾਰੀ ਕਿਹਾ ਖੱਖਰ ਵਾਲੇ ਬਾਬੇ ਦੇ ਜਾ ਕੇ ਚਾਦਰ ਚੜਾ ਦੇ ਚਾਦਰ ਕੀ ਮੈਂ ਤਾਂ ਬਿਸਤਰਾ ਝੋਣ ਨੂੰ ਤਿਆਰ ਹਾਂ ਪਰ ਸਾਲਾ ਕਿਤੇ ਕੰਮ ਵੀ ਬਣੇ ਸਟਾਪ 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 ਦ ਕਾਰ ਰਾਈਟ ਨਾਓ ਉਹ ਕੀ ਹੋ ਗਿਆ ਹੁਣ ਗੱਡੀ ਕਾ ਅਸਰ ਕੁਵਾਲੀ ਆ ਉਹ ਪਿੰਡ ਹਲੇ ਬਹੁਤ ਦੂਰ ਆ ਕਾਹ ਤੋਂ ਵਿਚਾਲੇ ਰੋਕ ਲਈ ਗੱਡੀ ਹੈਲੋ ਮੈਡਮ ਜੀ ਕੀ ਹੋਇਆ ਦੱਸੋ ਨੋ ਵੇ ਆਮ ਨਾਟ ਵੇਅਰਿੰਗ ਥਿਸ ਕਾਈਂਡ ਆਫ ਕਲੋਥਸ ਬਲੱਡੀ ਬੈਡ ਸ਼ੀਟਸ ਕਿੰਨੀ ਗਰਮੀ ਲੱਗੀ ਜਾਂਦੀ ਹੈ ਮੈਨੂੰ ਇਹਨਾਂ ਵਿੱਚ ਮੈਂ ਨਹੀਂ ਪਾਣੇ ਇਹ ਕੱਪੜੇ ਕਮਾਲ ਦੀ ਗੱਲ ਆ ਪਹਿਲੀ ਕੁੜੀ ਆ ਜਿਹੜੀ ਕਹਿੰਦੀ ਮੈਂ ਕੱਪੜੇ ਨਹੀਂ ਪਾਉਣੇ ਹੈਗੇ ਕਿੱਦਾਂ ਦੇ ਕੱਪੜੇ ਪਵਾਉਂਦੇ ਨੇ ਕਾਰ ਦੇ ਏਸੀ 'ਚ ਵੀ ਗਰਮੀ ਲੱਗੀ ਜਾਂਦੀ ਹੈ ਐਕਚੁਅਲੀ ਕਾਰ ਦਾ ਏਸੀ ਖਰਾਬ ਆ ਚੱਲਦਾ ਹੈ ਭਾਜੀ ਸੜਿਆ ਚ ਲਾਇਆ ਨਹੀਂ ਫਿਰ ਭਾਜੀ ਤਾਰੀ ਭਾਜੀ ਨੇ ਪੈਸੇ ਨਾ ਉਹਨੇ ਸੀ ਦੇ ਦਿੱਤੇ ਨੇ ਸਲਾ ਤਾਰੀ ਇੰਨੇ ਸਾਰੇ ਕੱਪੜੇ ਉਤੋਂ ਕਾਰ ਦਾ ਏਸੀ ਵੀ ਨਹੀਂ ਚੱਲਦਾ ਆਈ ਨੀਡ ਅ ਚੇਂਜ ਡਰਾਈਵਰ ਡਿੱਕੀ ਓਪਨ ਕਰੋ ਜੀ ਮੈਡਮ ਓਏ ਨੋ ਓਪਨ ਬਾਬਾ ਤੂੰ ਕੱਪੜੇ ਨਹੀਂ ਬਦਲ ਸਕਦੀ ਜਸਨੀਤ ਕਰ ਲੈਣ ਦੇ ਭਾਜੀ ਥੱਪੜ ਮਾਰੂ ਸਾਲੇ ਦੇ ਮੈਂ ਚੱਲ ਗੱਡੀ 'ਚ ਬੈਠ ਅਬੇ ਜਸਨੀਤ ਦੇਖ ਤੈਨੂੰ ਇੱਥੇ ਆਪਣਾ ਆਈਡੈਂਟੀ ਕਾਰਡ ਲੁਕੋ ਕੇ ਰੱਖਣਾ ਪੜਾ ਆਈਡੈਂਟੀ ਕਾਰਡ ਮਤਲਬ ਕਿ ਤੈਨੂੰ ਕੋਈ ਪਛਾਣ ਨਾ ਲਵੇ ਬਟ ਇੱਥੇ ਮੈਨੂੰ ਕੌਣ ਪਛਾਣੇਗਾ ਜਿੰਨਾ ਤੈਨੂੰ ਸਾਡੇ ਪਿੰਡ 'ਚ ਪਛਾਣਦੇ ਆ ਸਾਰੀ ਦੁਨੀਆ 'ਚ ਨਹੀਂ ਪਛਾਣਦੇ ਹੋਣੇ ਵਾਟ ਯਾਰ ਜੇ ਛੋਟੇ ਛੋਟੇ ਕੱਪੜੇ ਪਾ ਕੇ ਘੁੰਮੇਗੀ ਕੋਈ ਨਾ ਕੋਈ ਤਾਂ ਸਾਲਾ ਪਛਾਣੇ ਲਊਗਾ ਅੱਜ ਕੱਲ੍ਹ ਪਿੰਡਾਂ ਦੇ ਵਿੱਚ ਇੰਟਰਨੈਟ ਗੂਗਲਾਂ ਸਭ ਕੁਝ ਚੱਲਦਾ ਲੋਕ ਸਾਲੇ ਮੋਟਰਾਂ 'ਤੇ ਬੈਠ ਬੈਠ ਕੇ ਕੁੜੀਆਂ ਦੀਆਂ ਫੋਟੋਆਂ ਪ੍ਰਿੰਟ ਕਰਦੇ ਨੇ ਮੇਰੀ ਗੱਲ ਸੁਣਾ ਦੇਖ ਤੇਰੇ ਪਿੱਛੇ ਮੈਂ ਦਾੜੀ ਰੱਖ ਲਈ ਆ ਆਪਣਾ ਆਈਡੈਂਟੀ ਕਾਰਡ ਮੈਂ ਬਦਲਤਾ ਵਾ ਪਲੀਜ਼ ਟਰਾਈ ਟੂ ਅੰਡਰਸਟੈਂਡ ਜਸਨੀਤ ਤੂੰ ਇੱਥੇ ਜਸਨੀਤ ਨਹੀਂ ਜਸਨੀਤ ਕੌਰ ਹੈ ਕੌਰ ਦਾ ਮਤਲਬ ਟੌਰ ਵੱਡਿਆਂ ਦਾ ਸਤਿਕਾਰ ਕਰੋ ਛੋਟਿਆਂ ਨੂੰ ਪਿਆਰ ਕਰੋ ਜੇ ਕੋਈ ਸ਼ੱਕ ਹੈ ਤਾਂ ਸਾਈਡ 'ਤੇ ਆ ਕੇ ਨਿਹਾਲ ਸਿੰਘ ਨਾਲ ਵਿਚਾਰ ਕਰੋ ਹੁਣ ਚਲੋ ਗੱਡੀ 'ਚ ਬੈਠੋ ਬਾਕੀ ਗੱਲਾਂ ਆਪਾਂ ਘਰੇ ਜਾਏ ਕਰਦੇ ਹਾਂ ਸ਼ੁਕਰ ਆ ਇੱਥੇ ਤਾਂ ਬਚ ਗਿਆ ਨਿਹਾਲ ਸਿੰਘ ਹਾਲੇ ਘਰੇ ਜਾ ਕੇ ਪਤਾ ਨਹੀਂ ਕਿਹੜੇ ਕਿਹੜੇ ਝੂਠ ਬੋਲਣੇ ਪੈਣੇ ਆ ਚੱਲ ਚਾਚੀ ਹਲਵਾਈ ਨੇ ਸਾਰਾ ਕੰਮ ਰੈਡੀ ਕਰਤਾ ਹੁਣ ਸੈੱਟ ਆ ਜਾਵਾਂ ਚੱਲ ਹਾਂ ਪੂਰਾ ਬੇਟਾ ਲੈ ਆ ਗਏ ਆ ਗਏ ਆ ਗਏ ਆਹ ਜੀ ਆਹ ਜੀ ਉਹ ਲੱਥੋ ਜੀ ਮੇਰੀ ਮੰਮੀ ਨੂੰ ਨਾ ਬੇਬੇ ਕਹੀ ਨੀ ਸਿੰਪੋ ਨੀ ਆ ਜਾਓ ਨੀ ਆ ਜਾਓ ਮੇਰਾ ਲਾਡਲਾ ਪੁੱਤ ਆ ਗਿਆ ਮੰਮੀ ਨੂੰ ਨਾ ਬੇਬੇ ਵਧੀਆ ਲੱਗਦਾ ਯੂ ਮੀਨ ਬੇਬੀ ਰਾਈਟ ਬੇਬੀ ਨਹੀਂ ਬੇਬੇ ਬੇ
ਬੇ ਬੇ ਓਕੇ ਬੇ ਮੇਰਾ ਪੁੱਤ ਮਾਂ ਸਾਕੇ ਲੈ ਬੇਬੇ ਲਿਆਂਦੀ ਕੈਨੇਡਾ ਤੋਂ ਓਰੀਜਨਲ ਆ ਬੋਰਨ ਬ੍ਰੌਟ ਅਪ ਕੈਨੇਡਾ ਖੜ ਜਾ ਧੀਏ ਸੁੱਖਾ ਸੁਖਦੀ ਨੂੰ ਤਾਂ ਇਹ ਦੇਣ ਆਇਆ ਮੜ ਜਾ ਤੇਲ ਤਾਂ ਚੋ ਲੈਣ ਦੇ ਪੰਡਿਤ ਜੀ ਤੁਹਾਡੀਆਂ ਭਵਿੱਖਬਾਣੀਆਂ ਗਲਤ ਹੁੰਦੀਆਂ ਜਾਂਦੀਆਂ ਨੇ ਨਿਹਾਲ ਬੈਸਟ ਫਰੈਂਡ ਤਰਜੀਤ ਸਿੰਘ ਪੁਰਖਤਾਰੀ ਰਾਮ 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 ਐ ਹੋ ਨਹੀਂ ਸਕਦਾ ਇਹਦੇ ਵਿੱਚ ਜ਼ਰੂਰ ਕੋਈ ਭੇਦ ਹੈ ਚਾਰ ਕੁ ਦਿਨ ਦੇਖਦੇ ਆ ਸੱਚ ਆਪਣੇ ਆਪ ਸਾਹਮਣੇ ਆ ਜਾਓ ਹੈ ਠੀਕ ਹੈ ਆਓ ਚਲੀਏ ਸਲਿਆ ਮੇਰੀ ਬਾਰੀ ਤੂੰ ਤਾਂ ਸੱਚੀ ਲਾਇਆ ਓਏ ਸ਼ੁਕਰੀਆ ਮਿਹਰਬਾਨੀ ਹੱਥ ਬਾਲੀ ਕੋਲੇ ਨੇ ਕਨੇਡਾ ਵਾਲੀ ਦੇ ਓਏ ਆਪਣੇ ਵਾਲੇ ਤਾਂ ਬੱਠਲ ਚੱਕ ਚੱਕ ਕੇ ਅੱਟਣ ਪਏ ਹੁੰਦੇ ਨੇ ਹੱਸੇ ਮਜ਼ਾਕ ਚ ਕਿਤੇ ਤੂੰ ਆਪਣੀਆਂ ਗੱਲਾਂ ਤੇ ਅੱਟਣ ਨਾ ਪਵਾ ਲਈ ਗੁੱਤਿਆ ਚੱਲ ਕੁੜੇ ਬਹੂ ਤਾਂ ਬੜੀ ਸੋਹਣੀ ਹੈ ਤੇਰੀ ਇੰਨੀ ਸੋਹਣੀ ਬਹੂ ਲੈ ਕੇ ਆਇਆ ਉਹ ਟੁੱਟਾ ਕੀ ਰਿਹਾ ਤਾਈ ਕੈਨੇਡਾ ਵਾਲੀ ਆ ਰੀਜਨਲ ਅਸਲੀ ਕੀ ਕਿੰਨਾ ਜ਼ੂ ਇਸ ਦਿਸ ਇਹ ਲੇਡੀ ਸੌਂਗਸ ਕਿਉਂ ਗਾ ਰਹੀਆਂ ਨੇ ਐਨੋ ਦੂਜੀ ਵਾਲੀ ਆਂਟੀ ਵਾਰੀ ਸ਼ੀ ਕਾਲ ਮੀ ਨੂ ਤੈਨੂੰ ਕੀ ਦੱਸਾਂ ਜਸਨੀਤ ਤੈਨੂੰ ਪਤਾ ਸਾਡੇ ਪਿੰਡ ਆਖਰੀ ਵਿਆਹ ਕਦੋਂ ਹੋਇਆ ਸੀ ਵੈਨ ਸਨ 93 ਚ ਜਦੋਂ ਵੱਡੇ ਹੜ ਆਏ ਸੀ ਹੜ ਫਲੱਡ ਓ ਸਾਡੇ ਪਿੰਡ ਸੱਜਣ ਕੇ ਬਿੱਟੇ ਦਾ ਵਿਆਹ ਸੀਗਾ ਤੇ ਬਰਾਤ ਨਾ ਭਰੀ ਹੋਈ ਬਸ ਸਿੱਧੀ ਜੋੜੇ ਪੁਲਾਂ ਚੋਂ ਨਹਿਰ ਚ ਦੁੜੁਮ ਮਤਲਬ ਜੰਪ ਕਰ ਗਈ ਓ ਮਾਈ ਗੋਡ ਸੱਚੀ ਮੁੱਚੀ ਧਾਰੀ ਦਾ ਪਾਪਾ ਬਸ ਚਲਾਉਂਦਾ ਸੀਗਾ ਵਿੱਚੇ ਉਹ ਸ਼ਹੀਦ ਹੋ ਗਏ ਦੱਸ ਸਾਲਿਆ ਹਾਂ ਬਸ ਦੇ ਨਾਲ ਹੀ ਪਾਪਾ ਜੀ ਠੰਡ ਜਦੋਂ ਦੇਦੇ ਪਾਪਾ ਜੀ ਪੂਰੇ ਹੋਏ ਨੇ ਨਾ ਦੀ ਐਂਡ ਨੂੰ ਠੰਡ ਹੀ ਪੜਨ ਲੱਗ ਗਿਆ ਬੇਚਾਰਾ ਉਸ ਘਟਨਾ ਤੋਂ ਬਾਅਦ ਨਾ ਸਾਡੇ ਪਿੰਡ ਕਿਸੇ ਨੇ ਵੀ ਪੁੱਤ ਵਿਆਹਣ ਦੀ ਹਿੰਮਤ ਨਹੀਂ ਕੀਤੀ ਹੈਗੀ ਹੁਣ ਜਦੋਂ ਵੀ ਕੋਈ ਕੁਆਰੀ ਕੁੜੀ ਸਾਡੇ ਪਿੰਡ 'ਚ ਆਉਂਦੀ ਆ ਸਾਡੇ ਪਿੰਡ ਵਾਲੇ ਏਦਾਂ ਹੀ ਨੂੰ ਨੂੰ ਕਹਿ ਕੇ ਉਹਦੇ ਸ਼ਗਨ ਸ਼ੁਗਨ ਪੂਰੇ ਕਰ ਲੈਂਦੇ ਨੇ ਪਾਪਾ ਜੀ ਮੇਰਾ ਮਤਲਬ ਫਾਦਰ ਸਾਹਿਬ ਸਾਰੀ ਆਮ ਸੋ ਸੌਰੀ ਯੂ ਹੈਵ ਟੂ ਹੀਅਰ ਦੈਟ ਅੱਛਾ ਜੀ ਹਾਂ ਵੇ ਕਿਉਂ ਮੇਰੀ ਕੁੜੀ ਨੂੰ ਤੰਗ ਕਰੀ ਜਾਂਦੇ ਆ ਚੱਲ ਧੀਏ ਅੰਦਰ ਚੱਲੀਏ ਕਿਉਂ ਸਾਲਿਆ ਤੇਰਾ ਕੀ ਢਿੱਡ ਦੁਖਦਾ ਸੀ ਅਗਲੀ ਮੇਰੇ ਜਿਉਂਦੇ ਪਿਓ ਦਾ ਅਫਸੋਸ ਕਰ ਰਹੀ ਸੀ ਜੇ ਬੇਬੇ ਨੇ ਅੰਦਰ ਪੈਰੋਂ ਕੱਢ ਲਈ ਨਾ ਸਾਰੇ ਪਿੰਡ ਨੇ ਆਪਣੇ ਅਫਸੋਸ ਤੇ ਬਹਿ ਜਾਣਾ ਚੱਲ ਕੀ ਗੱਲ ਪੁੱਤਰ ਤੂੰ ਇੰਨੇ ਉਦਾਸ ਕਿਉਂ ਆ ਉਹ ਮੈਨੂੰ ਸਭ ਕੁਝ ਦੱਸਦਾ ਨਿਹਾਲ ਨੇ ਬੇਬੇ ਜੀ ਸੁਣ ਕੇ ਬਹੁਤ ਅਫਸੋਸ ਹੋਇਆ ਕਿਹੜੀ ਗੱਲ ਦਾ ਅਫਸੋਸ ਹੋਇਆ ਬੇਟਾ ਉਹੀ ਬੱਸ ਵਾਲੀ ਗੱਲ ਗੋਡ ਸ਼ੁਡਨਟ ਡੂ ਥਿਸ ਟੂ ਐਨੀਵਨ ਅਬ ਬੇਬੇ ਅਬ ਜਿਸਨੀ ਥੱਕ ਗਈ ਹੋਣੀ ਆ ਨਾ ਇੰਨੀ ਦੂਰੋਂ ਤੁਰ ਕੇ ਆਈ ਆ ਕੈਨੇਡਾ ਤੁਰ ਕੇ ਨਹੀਂ ਜਹਾਜ਼ ਤੇ ਆ ਮਤਲਬ ਇੱਕ ਗੱਲ ਆ ਜਾ ਤਾਰੀ ਜਾ ਕੇ ਰੂਮ ਦਿਖਾ ਇਹਨਾਂ ਨੂੰ ਹਾਂ ਹਾਂ ਜੀ ਹਾਂ ਜੀ ਚਲੋ ਪੁੱਤਰ ਇਹ ਕਿਹੜੇ ਬੱਸ ਤੇ ਗੱਲ ਕਰ ਰਹੀ ਸੀ ਬਾਬਾ ਉਹ ਬੇਬੇ ਜਦੋਂ ਤੂੰ ਮੱਸਿਆ ਗਈ ਸੀ ਪ੍ਰੀਤ ਵਾਲਿਆਂ ਦੀ ਮਿੰਨੀ ਬੱਸ ਬਹਿ ਕੇ ਅਮਲੇਰ ਕੋਟਲੇ ਗੁਰੂ ਸਰ ਗੁਰਦੁਆਰੇ ਪਰ ਮੈਂ ਕਦੋਂ ਗਈ ਸੀ ਗੁਰੂ ਸਰ ਗੁਰਦੁਆਰੇ ਬੇਬੇ ਉਦੋਂ ਹੀ ਜਦੋਂ ਤੁਹਾਡੀ ਬੱਸ ਦੇ ਮੂਹਰੇ ਬੈਠੀ ਆ ਗਈ ਸੀ ਤਾਂ ਇਹਦੇ 'ਚ ਅਫਸੋਸ ਵਾਲੀ ਕਿਹੜੀ ਗੱਲ ਆ ਕੈਨੇਡੇ ਤੋਂ ਆਈ ਆ ਤੇਰੀ ਨੂੰ ਉੱਥੇ ਜਾਨਵਰਾਂ ਤੇ ਬੰਦਿਆਂ ਨੂੰ ਬਰਾਬਰ ਸਮਝਦੇ ਆ ਹਾਊ ਕਹਲੇਗੀ ਬੈੜੀ ਦਾ ਵਿਚਾਰੀ ਕਿੰਨੀ ਮਲੂਕ ਜਿੰਦਾ ਮੇਰੀ ਧੀ ਉਦਾਂ ਤਾਂ ਤੂੰ ਕਦੇ ਕੋਈ ਚੰਗਾ ਕੰਮ ਕੀਤਾ ਨੀ ਪਰ ਆ ਮੇਰੀ ਨੂੰਹ ਨੂੰ ਲਿਆ ਕੇ ਤਾਂ ਤੂੰ ਮੇਰਾ ਦਿਲ ਜਿੱਤ ਲਿਆ ਪੁੱਤ ਜਿਉਂਦਾ ਰਹਿ ਪਤਾ ਨੀ ਬੱਸਾਂ ਮੂਰੇ ਬੈੜੀਆਂ ਲਿਆ ਲਿਆ ਕੇ ਕਿੰਨਾ ਚਿਰ ਬਚਾਂਗੇ ਵਾਹਿਗੁਰੂ ਵੇਅਰ ਆਰ ਯੂ ਉਹ ਕੀ ਹੋਇਆ ਰੋਈ ਕਿਉਂ ਜਾਨੀ ਹੈ ਮੇਰਾ ਦਿਲ ਟੁੱਟ ਗਿਆ ਦਿਲ ਟੁੱਟ ਗਿਆ ਫਿਰ ਗੈੜ ਗੈੜ ਗੰਨੇ ਕੋ ਖਾਈ ਜਾਨੀ ਹੈ ਦਿਲ ਟੁੱਟਿਆ ਦੰਦ ਨੇ ਟੁੱਟੇ ਇੱਕ ਤਾਂ ਮੈਨੂੰ ਤੇਰੀ ਸਮਝ ਨਹੀਂ ਆਉਂਦੀ ਕਦੇ ਤੂੰ ਮਚਾਂ ਤੇ ਚੜ ਜਾਨੀ ਹੈ ਕਦੇ ਟੈਂਕੀ ਤੇ ਚੜ ਜਾਨੀ ਹੈ ਤੇਰਾ ਦਿਮਾਗ ਖਰਾਬ ਹੋ ਗਿਆ ਹਾਂ ਬੋਲ ਮੈਨੂੰ ਕਦੋਂ ਬੁਲਾਇਆ ਅਨਮੋਲ ਤੂੰ ਮੈਨੂੰ ਪਹਿਲਾਂ ਇਹ ਦੱਸ ਕਿ ਉਹ ਕੈਨੇਡਾ ਵਾਲੀ ਚੇਜਾ ਕੀ ਹੈ ਜੋ ਮੇਰੇ ਚ ਨਹੀਂ ਹੈ ਮੇਰੇ ਵਰਗੀ ਖਾਂਦੇ ਪੀਂਦੇ ਘਰ ਦੀ ਕੁੜੀ ਕਿ ਨਿਹਾਲ ਨੂੰ ਮਿਲਣੀ ਹੈ ਇਹ ਗੋਰਾ ਰੰਗ ਇਹ ਤਿੱਖੇ ਨੈਨਕਸ਼ ਇਹ ਕਾਲੀਆਂ ਜ਼ੁਲਫਾਂ ਦੱਸ ਮੈਨੂੰ ਕੀ ਕਮੀ ਹੈ ਮੇਰੇ ਚ ਅਨਮੋਲ ਦੱਸ ਮੈਨੂੰ ਉਹ ਕਮਲੀਏ
तेरा ते ओदा की मुकाबला है ओ तेरे वांगू कमा चो जड़ समेत गन्ना पट लूं ते तू गन्ना छड़ मैं सने जड़ किटकर पट दा पर निहाल मेरा होना चाहिदा अनमोल मैं तेरे दस दिया कमी की है कमी ये है कि ओ कनाडा वाली वांगू मैं चवड़ चवड़ इंग्लिश नहीं बोल सकदी यस यू आर राइट अनमोल जमी एदा दी अंग्रेजी मेनू सिखा दे हां हां सिखाऊंगा हां सिखाऊंगा सीना चौड़ा हो जाता सुन के उन्नी टोर ता पग च तुरले दी नहीं हुंदी जिन्नी साडी फीएट कार दी आ स्टॉप 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 बस कर निहाल जसदीप नू कही मेरे आउंदी नू रोटी बना के रखे रोटी छड़ बेबे रोटी बना के की करनी है मैनू तो भुख है नहीं मैं तो कहना तुम ही कश्मीरों चाचे लिए खाया हाँ मैं अगले दे करे क्यों रोटी खावा नाले उन्ना दी तो मज बीमार है कमाल दी गल बेबे मज ने आटा गुन के देना चाची नू तेन रोटी नहीं खिला सकती ओह क्यों कमलिया गल्ला करदा निहाल मैं रोटी घरे आके खानी है फिर मैं अपनी बेबे नू अज जिमीदार ढाबे दी रोटी खिलाऊ कढ़ाई पनीर तो इना स्वाद बना दिया गल्ला ही छड़ दे मैं नहीं खाना पनीर पनूर मैं तो आपदे नूह दे हाथी बनी हुई दाल रोटी खानी है तू दाल रोटी खा ली बेबे मेरे लिए मज वाली दवाई ले आई मैं वो खा लूं जसरीत एक गल दस हाँ पूछ तेरे शौक की ने शौक यू मीन हॉबीज यस ओह लॉन्ग ड्राइव्स एडवेंचर स्पोर्ट्स म्यूजिक वर्ल्ड ट्रैवल घरेलू शौक घरेलू आटा गुनना पेड़े करने रोटी बनानी आई हेट कुकिंग आई डोंट इवन नो द सी ऑफ कुकिंग खाना खाना आंदा है बस रोटी बनाना तो दूर मैं तो आज तक कभी किचन की शक्ल भी नहीं देखी फिर तेनू मैं आज किचन दिखाऊंगा फॉरगिव मी निहाल मैं किचन नहीं देखना मैं चली हूं पिंड देखन ठीक है ओह एक सेकंड निहाल ओ जेडी टैंकी है तेनू टैंकी बारे की नहीं दसिया दसिया नहीं मैं देखन जानी है अबे बाहुन देखने जाई इस साली टैंकी देता पहला पाए होने सारे पौड़े हाँ पता नहीं की कही जाता है तू हूँ रोटी कौन बनाऊ यार तारी ओ मच पै पाती दीदी तारी ओ तारी रोटी वाला काम तो हो गया भाई आ देख बन गई रोटी मैं कहना तेरा जलेबियां तो काम जल्दी बढ़िया चले क्यों साला रोटी थोड़ो जलेबियां बनाई ना था तू ओ साले आ दोबारा बना देना मां वा तेरे लव लेटर नहीं हैगे जेड़े पाड़ पाड़ सिटी जाना है अन्न देवता है अन्न देवता रोटी है माफी मांगला साले माफी है तो तू दाल चुगली साले मेनू कही जाना मां जे दाल ना चुगी मेरे फुल चुगने पै जाने ने मैं कहना ओ चुगने सौखे होणगे 5 मिनट चुके जाणगे तेरे फुल ता मेनू ए नहीं पता लगदा वी दाल चरोड़े पाए ने कि रोड़े च दाल पाई हुई है पता की स्कीम आई मेनू हुण आ छड़ परा सारा पंगा आपा बेबे हुणां नू गुरुद्वारे लेके चलदे आ अद्धा आईडिया तां तेरा ठीक है ਅੱਧਾ ਕਿਵੇਂ ਹੋਏ ਬੇਬੇ ਨੂੰ ਗੁਰਦੁਆਰੇ ਨੀ ਹਾਂ ਗੁਰਦੁਆਰੇ ਰੋਟੀ ਲੈ ਕੇ ਆਉਂਦੇ ਆ ਯੈਸ ਚੱਕ ਬੇਬੇ ਤੇਰੀ ਨੂੰਹ ਨੇ ਬਣਾਈ ਆ ਆਪਣੇ ਹੱਥਾਂ ਦੇ ਨਾਲ ਆਪਣੇ ਕਰ ਕਮਲਾਂ ਦੇ ਨਾਲ ਕਰ ਕਮਲਾਂ ਨੂੰ ਸਲਾਹ ਨਹੀਂ ਪਤਾ ਰੱਖਿਆ ਵਾ ਬੇਬੇ ਮਾੜਾ ਜਿਹਾ ਬਾਹਰ ਗਈ ਆ ਤੇ ਮੈਨੂੰ ਕਹਿ ਗਈ ਵੀ ਬੇਬੇ ਨੂੰ ਪੁੱਛੀ ਕਿੱਦਾਂ ਲੱਗੀ ਬਈ ਸਵਾਦ ਆ ਮੇਰੀ ਧੀ ਤੇ ਤਾਂ ਰੱਬ ਦੀ ਬਹੁਤ ਮਿਹਰ ਆ ਬਹੁਤ ਸਵਾਦ ਦਾਲ ਬਣਾਈ ਆ ਚਵਾਈ ਲੰਗਰ ਵਰਗੀ ਚੀ ਕਰਦਾ ਪੁੰਜੇ ਬਹਿ ਕੇ ਖਾਵਾ ਬਣਦਾ ਤਾਂ ਪੁੰਜੇ ਬਹਿ ਖਾਣੀ ਆ ਲੰਗਰ ਚੋ ਲਿਆਂਦੀ ਓਏ ਸੜਕ ਹੀ ਬਕਵਾਸ ਮਾਰ ਰਿਹਾ ਜੇ ਬੇਬੇ ਸੋਹਣੇ ਦੀ ਫਿਰ ਉਹ ਤੈਨੂੰ ਕੀ ਪਤਾ ਮੈਂ ਕਿੰਨਾ ਔਖਾ ਹੋ ਕੇ ਪ੍ਰਸ਼ਾਦਾ ਲੈ ਕੇ ਆਇਆ ਕਿਉਂ ਉਹ ਭਾਈ ਜੀ ਤਾਂ ਵਰਸ਼ਾ ਮਾਰ ਕੇ ਮੇਰੀ ਬੱਖੀ ਪਾੜ ਨੂੰ ਫਿਰਦਾ ਸੀ ਕਹਿੰਦਾ ਉਰੇ ਬਹਿ ਕੇ ਜਿੰਨਾ ਮਰਜ਼ੀ ਛਕ ਲਓ ਘਰੇ ਨਹੀਂ ਮੈਂ ਲੈ ਜਾਣ ਦਿੰਦਾ ਲੈ ਕੇ ਕਿਵੇਂ ਆਇਆ ਉਹੀ ਪੁਰਾਣਾ ਤਰੀਕਾ ਮੈਂ ਤਾਂ ਫਿਰ ਕਹਿਤਾ ਨਾਲ ਦੀ ਨਾਲ ਮੈਂ ਕਿਹਾ ਭਾਈ ਜੀ ਮਿਹਨਤ ਵਾਲੀ ਗੱਲ ਹੀ ਹੈ ਮੇਰਾ ਛੋਟਾ ਵੀਰਾ 2 ਦਿਨਾਂ ਦਾ ਭੁੱਖਾ ਭਾਈ ਜੀ ਪਲੀਜ਼ ਪ੍ਰਸ਼ਾਦਾ ਦੇ ਦਿਓ
ਓਏ ਆ ਕਿਹੜਾ ਪੁਰਜਾ ਆ ਗਿਆ ਓਏ, ਇਹ ਤਾਂ ਨੀਰੀ ਲਾਟ ਹੈ ਬਾਈ। ਸ਼ੁਕਰ ਹੈ ਸਾਲਿਓ ਜੀਰੀ ਵੱਢ ਲਈ, ਨਹੀਂ ਤਾਂ ਇਹਨੇ ਅੱਗ ਹੀ ਲਾ ਦੇਣੀ ਸੀ। ਆਏ ਹਾਏ ਓਏ। ਐਕਸਕਿਊਜ਼ ਮੀ, ਆਈ ਵਾਂਟ ਟੂ ਮੀਟ ਨਿਹਾਲ। ਹੈ ਕਿਵੇਂ ਜੀ? ਮੈਂ ਨਿਹਾਲ ਨੂੰ ਮਿਲਣਾ ਚਾਹੁੰਦੀ ਹਾਂ। ਮੈਂ ਪਛਾਣਿਆ ਨਹੀਂ ਤੁਹਾਨੂੰ ਜੀ। ਮੈਂ ਸਿਮਰਤਾ, ਮੈਂ ਤੇ ਨਿਹਾਲ ਅਸੀਂ ਦੋਨੋਂ ਇੱਕ ਦੂਜੇ ਨੂੰ ਕੈਨੇਡਾ ਤੋਂ ਜਾਣਦੇ ਹਾਂ। ਓ ਹਾਂਜੀ, ਤੇ ਤੁਸੀਂ ਢੀਂਡਸਾ ਸਾਹਿਬ ਕੋਲ ਤੇ ਨਹੀਂ ਰਹਿੰਦੇ? ਹਾਂਜੀ ਹਾਂਜੀ ਉਹੀ। ਲੈ ਮੇਰੇ ਸਕੇ ਚਾਚੇ ਹੀ ਨੇ ਉਹ ਤਾਂ। ਅੱਛਾ, ਹਾਂ ਵਿੱਚ ਜੇ ਬਣਦਾ ਤਾਂ ਮੇਰਾ ਵੀ ਸੀ ਆਉਣ ਦਾ ਕੈਨੇਡਾ। ਬਸ ਮੋਟਰ ਵਾਲਾ ਚੱਕਰ ਜਿਹਾ ਪੈ ਗਿਆ, ਸਮਰਸੀਬਲ ਲਾਉਣਾ ਸੀ ਨਾ ਆਪਾਂ, ਉਹ ਬਸ ਇੱਕ ਸਾਲ ਭਈਆ ਕਿਸੇ ਕੰਮ ਦਾ ਨਹੀਂ ਨਿਕਲਿਆ। ਅਗਲੇ ਸਾਲ ਪੱਕਾ ਗੇੜਾ ਮਾਰੂ, ਜਮਾ ਟਰ ਗਿਆ ਬਸ। ਹੋਰ ਸੁਣਾਓ ਫਿਰ, ਕਿੰਨੇ ਕੁੱਤੇ ਨੇ ਸਾਹ ਘੇਰਿਆ ਓਏ ਤੁਸੀਂ ਨਾ। ਹਾਏ ਨਿਹਾਲ, ਹਾਂ ਆ ਕੀ ਹੋਏ? ਬਾਹਰਲੇ ਮੁਲਕ ਗਿਆ ਕਦੇ? ਉੱਥੇ ਏਦਾਂ ਹੀ ਮਿਲਦੇ ਆ। ਓ ਅੱਛਾ ਜੀ, ਫੇਰ ਤਾਂ ਚਾਹੀਦੀ ਜੱਟ ਦਾ 100 ਕਿੱਲਾ ਵਿਕ ਜੇ, ਜੱਟ ਜਾਊ ਬਾਹਰ ਹੀ ਹੁਣ। ਕਿੱਲੇ ਕਾਕਾ ਜੀ ਆਪਾਂ ਜਾਂਦੇ ਨਹੀਂ ਕਹਿ ਗਏ, ਇੰਨੇ ਹੈ ਨਹੀਂ ਆਪਣੇ ਕੋਲ। ਆਓ ਸਿਮਰਤ, ਆਪਾਂ ਉੱਧਰ ਗੱਲ ਕਰਦੇ ਹਾਂ। ਹਾਂ ਆ ਜਾਓ। ਆ ਜੀ। ਉਹ ਸਾਲੇ ਉਹ ਬੰਦ ਕਰ ਦਿਆ ਕਰੋ ਕਦੇ ਆ ਦੁਕਾਨ ਜੀ, ਉਹ ਆ ਵੀਰੇ ਫਾੜੇ ਨੂੰ ਢੱਕ ਕੇ ਰੱਖ। ਆ ਮਿੱਠੂ ਦੇ ਮੰਮੀ ਡੈਡੀ ਦੀ ਫਿਲਮ ਦੇਖਦੇ ਸੀ ਜੀ ਵਿਆਹ ਤੋਂ ਬਾਅਦ। ਹੁਣ ਤਾਂ ਮੈਂ ਪੱਕਾ ਹੀ ਸੋਚ ਲਿਆ, ਮੈਂ ਕੈਨੇਡਾ ਵਾਪਸ ਨਹੀਂ ਜਾਵਾਂਗੀ, ਇੱਥੇ ਹੀ ਰਵਾਂਗੀ। ਇਹ ਤਾਂ ਵਧੀਆ ਗੱਲ ਆ। ਮੇਰੇ ਕੋਲ ਬੰਦਾ ਹੈਗਾ, ਆਪਾਂ ਇਹਦਾ ਪਾਸਪੋਰਟ ਪਵਾ ਦਿੰਦੇ ਹਾਂ 25 ਲੱਖ 'ਚ। ਆਪਾਂ ਨੂੰ ਸਿੱਧਾ ਸਿੱਧਾ 5 ਲੱਖ ਰੁਪਇਆ ਬਚੂ, ਊਂ 4 ਲੱਖ ਬਚੂ। ਊਂ ਦਾ ਕੀ ਮਤਲਬ? 6.5 ਲੱਖ ਰੁਪਇਆ ਤੋਰੇ ਫੇਰੇ 'ਤੇ ਵੀ ਲੱਗੂ। ਸਾਲਾ ਤੋਰੇ ਫੇਰੇ ਦੇ ਪੈਸੇ ਜ਼ਿਆਦਾ ਦੱਸਦਾ, ਲੱਗਦਾ ਇੱਥੋਂ ਗੇਮ ਕਮਾਓ। ਪਰ ਮੇਰੀ ਇੱਕ ਪ੍ਰੋਬਲਮ ਹੈ ਨਿਹਾਲ। ਕੀ? ਮੈਨੂੰ ਸਮਝ ਨਹੀਂ ਆਉਂਦੀ ਮੈਂ ਮੰਮੀ ਡੈਡੀ ਨੂੰ ਫੇਸ ਕਿੱਦਾਂ ਕਰਾਂ। ਉਹ ਤਾਂ ਇਹੀ ਸਮਝੀ ਬੈਠੇ ਆ ਨਾ ਕਿ ਮੈਂ ਉਹਨਾਂ ਦੇ ਜਵਾਈ ਨਾਲ ਵਾਪਸ ਆ ਰਹੀ ਹਾਂ। ਉਹ ਯਾਰ ਸਭ ਕੁਝ ਜਾ ਕੇ ਸੱਚ ਸੱਚ ਦੱਸ ਦੇ, ਇਹਦੇ 'ਚ ਕੀ ਗੱਲ ਆ? 4 ਦਿਨ ਉਦਾਸ ਰਹਿਣਗੇ, ਬਾਅਦ 'ਚ ਠੀਕ ਹੋ ਜਾਣਗੇ। ਕਿਉਂ? ਹਾਂ ਤਾਂ ਹੀ ਤਾਂ ਏਅਰਪੋਰਟ ਤੋਂ ਸਿੱਧਾ ਤੇਰੇ ਕੋਲ ਆਈ ਹਾਂ ਮੈਂ। ਤੂੰ ਚੱਲ ਚੱਲ ਕੇ ਉਹਨਾਂ ਨੂੰ ਮਨਾ ਪਲੀਜ਼, ਜਾ ਕੇ ਉਹਨਾਂ ਨੂੰ ਸਮਝਾ ਪਲੀਜ਼। ਓਏ ਮੈਂ ਸਾਲਿਆ ਸੱਚ ਨਾ ਬੋਲੀ, ਤੂੰ ਇੱਕ ਵਾਰੀ 8 ਵਿੱਚ ਸੱਚ ਬੋਲ ਕੇ ਮਿੱਠੂ ਦੇ ਬਸਤੇ 'ਚੋਂ ਗੰਦਾ ਰਸਾਲਾ ਫੜਾਤਾ ਸੀ ਮਾਸਟਰ ਨੂੰ। ਸਾਲਿਆ ਮਿੱਠੂ ਉਦੋਂ ਦਾ ਕੋਮਾ 'ਚ ਹੈ। ਪਲੀਜ਼ ਨਿਹਾਲ, ਮੈਨੂੰ ਤੇਰੇ ਟੈਲੈਂਟ 'ਤੇ ਪੂਰਾ ਯਕੀਨ ਹੈ। ਨਾਲੇ ਤੂੰ ਆਪੇ ਤਾਂ ਕਹਿੰਦਾ ਸੀ ਨਿਹਾਲ ਜਿੱਥੇ ਜਾਂਦਾ ਸਾਰਿਆਂ ਨੂੰ ਨਿਹਾਲ ਕਰ ਦਿੰਦਾ। ਨਿਹਾਲ ਚੱਲ ਨਾ ਪਲੀਜ਼। ਨਹੀਂ ਸਾਲਿਆ ਝੂਠ ਬੋਲੀ। ਪਲੀਜ਼ ਨਿਹਾਲ ਪਲੀਜ਼। ਝੂਠ ਝੂਠ ਝੂਠ। ਮੈਨੂੰ ਲੱਗਦਾ ਕੁੜੀ ਦੇ ਅੱਗੇ ਪੰਚਾਇਤ ਹਲਕੀ ਪੈ ਰਹੀ ਹੈ। ਪਰੇ ਹਟੋਏ ਸਾਲਿਆ ਝੂਠ, ਸਾਲਿਆ ਬਰਵਾਏਗਾ ਸਾਨੂੰ, ਝੂਠ ਬੋਲ। ਸਾਲਿਓ ਰਹਿ ਕੀ ਮੰਗ ਲਈ, ਸਰਪੰਚੇ ਬਣ ਗਏ ਹੈ? ਚਲੋ ਇਹ ਤਾਂ ਐਵੇਂ ਬਕਵਾਸ ਕਰਦੇ ਆ, ਆਈ ਡੋਂਟ ਲਾਈਕ ਦੈਮ ਅਨਐਜੂਕੇਟਡ ਪੀਪਲ, ਅਨਪੜ੍ਹ ਪੰਚਾਇਤ। ਲੈ ਸਾਲਾ ਬੜੀ ਛੇਤੀ ਪੰਪ 'ਚ ਆਉਂਦਾ, ਔਰ ਜਦੋਂ ਵੀ ਪੰਪ 'ਚ ਆਇਆ ਸਾਲੇ ਨੇ ਜੁੱਤੀਆਂ ਖਾਧੀਆਂ ਨੇ, ਨਾਲੇ ਸਾਡੇ ਪਵਾਊਗਾ। ਚਲੋ ਜੀ ਇਸੇ ਸਿਲਸਿਲੇ ਦੇ ਵਿੱਚ ਮੋਟਰ 'ਤੇ 7 ਦਿਨ ਦੀਆਂ ਛੁੱਟੀਆਂ ਨੇ। ਉਹ ਬਿੱਟੂ ਆਪਣੇ ਮੰਮੀ ਪਾਪਾ ਦੀ ਵਿਆਹ ਵਾਲੀ ਸਿੱਧੀ ਚੱਕ ਲੈ ਜੀ, ਠੀਕ ਹੈ? ਉਹ ਤੇਰੇ ਕੰਨ 'ਤੇ ਪੈਣੀ ਹੈ। ਕਿਉਂ? ਮੇਰੀ ਵਾਰੀ ਹੈ। ਮੇਰੀ ਵਾਰੀ ਸੀ। 2 ਘੰਟੇ ਮੈਨੂੰ ਦੇ। ਨਿਹਾਲ ਮੈਂ ਬਹੁਤ ਨਰਵਸ ਹੋ ਰਹੀ ਹਾਂ, ਮੈਨੂੰ ਸਮਝ ਨਹੀਂ ਆਉਂਦੀ ਮੈਂ ਖਰਚੇ ਨੂੰ ਕਿੱਦਾਂ ਫੇਸ ਕਰਾਂ। ਓ ਯਾਰ ਆਪਣਾ ਆਪਦਾ ਘਰਾਂ ਡਰਨ ਵਾਲੀ ਕੀ ਗੱਲ ਆ। ਓ ਸਿਮਰਤ ਦੀਦੀ ਆ ਗਏ, ਸਿਮਰਤ ਦੀਦੀ ਆ ਗਏ। ਆ ਇੰਨੇ ਨਿਆਣੇ ਥੋੜੇ ਨੇ। ਸਿਮਰਤ ਦੀਦੀ ਆ ਗਏ, ਸਿਮਰਤ ਦੀਦੀ ਆ ਗਏ, ਸਿਮਰਤ ਦੀਦੀ ਆ ਗਏ, ਸਿਮਰਤ ਦੀਦੀ ਆ ਗਏ। ਓਏ ਹੋਏ ਹੋਏ ਹੋਏ, ਮੰਮੀ ਜੀ ਤਾਂ ਇਮੋਸ਼ਨਲ ਹੋ ਗਏ, ਪਾਪਾ ਜੀ ਕਿੱਥੇ ਨੇ? ਕੀ ਦੇਖਦਾ? ਕਿੱਧਰ ਮੂੰਹ ਚੁੱਕਿਆ ਹੈ? ਆ ਕੀ ਆ? ਅੱਪੜਾ। ਇਹੀ ਮਾਰੂ ਸਾਲੇ ਦੇ। ਸਾਲਾ ਜੀਜਾ ਜੀ, ਜੀਜਾ ਜੀ ਆ ਗਿਆ। ਜੀਜਾ ਜੀ ਕਿਹੜਾ ਜੀਜਾ ਜੀ? ਤੁਸੀਂ ਹੈ ਸਾਰੀ ਗੱਲ ਸਮਝਾਉਣ ਵਾਲੀ ਕਿਹੜੀ ਗੱਲ? ਇਹਦੇ ਚ ਮੈਂ ਜਾਣਦਾ ਵੀ ਬਾਹਰ ਜਾ ਕੇ ਬੰਦੇ ਦੇ ਰੁਝੇਵੇਂ ਵੱਧ ਜਾਂਦੇ ਨੇ,
ਪਰ ਘੱਟੋ ਘੱਟ ਇੱਕ ਫੋਨ ਤਾਂ ਕਰਨਾ ਬਣਦਾ ਸੀ ਤੁਹਾਡਾ। ਦੇਖ ਜਵਾਈ ਪੁੱਤਾਂ ਵਰਗੇ ਹੁੰਦੇ ਨੇ, ਘੱਟੋ ਘੱਟ ਤੂੰ ਹੀ ਆਪਣਾ ਫਰਜ਼ ਨਿਭਾ ਦਿੰਦਾ। ਪਰ ਪਾਪਾ ਇੱਦਾਂ ਦੀ ਗੱਲ ਨਹੀਂ ਹੈ ਜੀ, ਇੰਨਾ ਗੁੱਸਾ ਨਹੀਂ ਖਾਈਦਾ ਹੁੰਦਾ, ਕਦੇ ਨੋਹਾਂ ਨਾਲੋਂ ਵੀ ਮਾਂ ਸੱਡ ਹੋਇਆ। ਚਲੋ ਪਾਓ ਜਫੀ। ਓਏ ਮੇਰੀਆਂ ਤਾਂ ਅੱਖਾਂ ਤਰਸੀਆਂ ਪਈਆਂ ਸੀ ਇਹਨਾਂ ਨੂੰ ਦੇਖਣ ਲਈ। ਓ ਮੇਰਾ ਜਵਾਈ ਪੁੱਤ, ਸੋ ਰੱਬ ਦੀ ਤੂੰ ਬਹੁਤ ਸੋਹਣਾ ਲੱਗ ਰਿਹਾ ਮੈਨੂੰ। ਜਸਨੀਤ, ਜਸਨੀਤ ਪੁੱਤ ਮਾੜੀ ਜੀ ਗੱਲ ਸੁਣੀ ਮੇਰੀ। ਜੀ ਬੇਬੇ। ਬੇਬੇ ਆ ਕੀ ਹੈ? ਇਹ ਪੁੱਤ ਆਪਣੀਆਂ ਖਾਨਦਾਨੀ ਚੂੜੀਆਂ ਨੇ। ਮਤਲਬ? ਮਤਲਬ ਇਹ ਕਿ ਜਦੋਂ ਨਿਹਾਲ ਦੀ ਦਾਦੀ ਇਸ ਘਰ ਚ ਵਿਆਹੀ ਆਈ ਸੀ ਨਾ, ਤਾਂ ਨਿਹਾਲ ਦੀ ਪੜਦਾਦੀ ਨੇ ਉਹਨੂੰ ਦਿੱਤੀਆਂ। ਜਦੋਂ ਮੈਂ ਇਸ ਘਰ ਚ ਵਿਆਹ ਕੇ ਆਈ ਤਾਂ ਨਿਹਾਲ ਦੀ ਦਾਦੀ ਨੇ ਮੈਨੂੰ ਦਿੱਤੀਆਂ। ਹੁਣ ਮੈਂ ਤੈਨੂੰ ਦੇਣਾ ਚਾਹੁੰਦੀ ਆ। ਪਰ ਤੁਸੀਂ ਆਪਣੀ ਖਾਨਦਾਨੀ ਚੂੜੀਆਂ ਮੈਨੂੰ ਕਿਉਂ ਗਿਫਟ ਕਰਨਾ ਚਾਹੁੰਦੇ? ਬੇਟਾ ਗਿਫਟ? ਤੂੰ ਤਾਂ ਸਾਡੀ ਨੂੰਹ ਬਣਨ ਵਾਲੀ ਆ, ਤੈਨੂੰ ਹੀ ਦੇਣੀਆਂ। ਤੂੰ ਅੱਗੇ ਆਪਦੀ ਨੂੰਹ ਨੂੰ ਦੇ ਦੀ। ਮੈਂ ਕੁਝ ਸਮਝੀ ਨਹੀਂ। ਬੇਟਾ ਤੁਸੀਂ ਬਾਹਰਲੇ ਜੰਮੇ ਪਲੇ ਬੱਚੇ ਆ, ਤੁਹਾਨੂੰ ਇੱਥੇ ਦੇ ਰੀਤੀ ਰਿਵਾਜਾਂ ਦੀ ਕੀ ਸਮਝ? ਮੈਂ ਤਾਂ ਚਾਹੁੰਦੀ ਆ ਕਿ ਤੂੰ ਤੇ ਨਿਹਾਲ ਵਿਆਹ ਕਰਾ ਲਓ। ਕੀ? ਮੈਂ ਤੇ ਨਿਹਾਲ ਵਿਆਹ? ਦੇਖੋ ਬੇਟਾ ਇਹ ਤੁਹਾਡਾ ਅਮਰੀਕਾ ਕੈਨੇਡਾ ਨਹੀਂ ਆ ਜਿੱਥੇ ਮੁੰਡਾ ਕੁੜੀ ਵਿਆਹ ਕਰਾਏ ਬਿਨਾਂ ਇਕੱਠੇ ਰਹਿ ਲੈਣਗੇ। ਇੱਥੇ ਤਾਂ ਵਿਆਹ ਕਰਾਉਣਾ ਹੀ ਪੈਂਦਾ। ਇਹਦਾ ਮਤਲਬ ਨਿਹਾਲ ਮੈਨੂੰ ਇੱਥੇ ਝੂਠ ਬੋਲ ਕੇ ਲੈ ਕੇ ਆਇਆ ਕਿ ਮੇਰੀ ਜਾਨ ਨੂੰ ਖਤਰਾ ਹੈ। ਇੱਥੇ ਤਾਂ ਮੇਰੇ ਪੂਰੇ ਖਾਨਦਾਨ ਨੂੰ ਖਤਰਾ ਹੈ। ਕੀ ਗੱਲ ਬੇਟਾ, ਚੁੱਪ ਹੀ ਹੋ ਗਈ? ਪੰਜਾਬੀ ਕੁੜੀ ਜਿੱਥੇ ਮਰਜ਼ੀ ਰਹਿ ਲੈ, ਸੰਗ ਉਹਦੇ ਨਾਲ ਹੀ ਰਹਿੰਦੀ ਆ। ਕਿੰਨੀ ਸਾਊ ਕੁੜੀ ਆ। ਸੱਚੇ ਪਾਤਸ਼ਾਹ ਤੇਰਾ ਲੱਖ ਲੱਖ ਸ਼ੁਕਰ ਆ। I can't believe me honne mere naal aisa cheating kiti hai. Hun mainu samajh aaya why everybody was calling me new bloody cheat. Nihal, I don't want to see your face. Where am I going? Airport kithe? ਸਾਡਾ ਪਿੰਡ ਹੀ ਝੂਠਿਆਂ ਦਾ, ਸਰਪੰਚ ਤੋਂ ਲੈ ਕੇ ਘੋਦੂ ਤੱਕ ਸਾਰੇ ਝੂਠੇ ਆ। ਜਿਹੇ ਜੀ ਕੋਕੋ ਉਹੋ ਜਿਹੇ ਕੋਕੋ ਦੇ ਬੱਚੇ। ਸਾਡਾ ਤਾਂ ਪਿੰਡ ਫਸਟ ਹੀ ਝੂਠ ਚਾਹੁੰਦਾ। ਯੂ ਮੀਨ ਦਿਸ ਹੋਲ ਬਲੱਡੀ ਵਿਲੇਜ ਆਫ ਯੋਰਸ ਇਜ਼ ਫੁੱਲ ਆਫ ਲਾਇਅਰਸ? ਹੈ ਜੀ ਕਾਚ ਬਲੱਡੀ ਵਿਲੇਜਰਸ। ਕਮਾਲ ਹੈ, ਤੁਸੀਂ ਬਾਹਰਲੇ ਪੜ੍ਹੇ ਲਿਖੇ ਕਿੰਨੇ ਹੁੰਦੇ ਹੋ, ਮਿੰਟ ਜੀ ਸਾਰੀ ਗੱਲ ਸਮਝ ਲੈਂਦੇ ਹੋ। ਚੱਲ ਮੈਨੂੰ ਫੜਾ ਦੇ ਡੈਜੀ, ਤੂੰ ਮੇਰੀ ਗੱਲ ਤਾਂ ਸੁਣ। ਉਹ ਗੁੱਸਾ ਨਹੀਂ ਕਰਦਾ ਘਰੇ, ਚੱਲ ਜਸਨੀਤ ਕਿਉਂ ਐਂ ਕਰਦੀ? ਜਸਨੀਤ ਐਂ ਨਹੀਂ ਕਰੀਦਾ ਹੁੰਦਾ। ਮੈਂ ਜਾ ਰਹੀ ਹਾਂ, ਡਰਾਈਵਰ ਲੈਟਸ ਗੋ। ਉਹ ਸੋਨੀ ਪੈਸੇ ਲੈ ਲਈ ਘਰ ਦੀ ਸਵਾਰੀ ਹੈ। ਓਏ ਉੱਤਿਆਂ ਤੂੰ ਸਾਲੇ ਦਾ ਲੱਗਦਾ, ਨਾਂ ਕੀ ਆ ਤੇਰਾ? ਸ਼ਨੀ। ਵਾਕਿਆ ਹੀ ਸ਼ਨੀ ਆ ਸਾਲਿਆ ਤੂੰ, ਤੇਰੀ ਪੱਤਰੀ ਵੀ ਭੂਸ਼ਣ ਪੰਡਤ ਨੂੰ ਦਿਖਾਉਣੀ ਪੈਣੀ ਆ। ਨਾਲੇ ਗੱਲ ਸੁਣੋ ਮੇਰੀ, ਮੈਥੋਂ ਬਚ ਕੇ ਰਹੀ, ਬੜਾ ਕੱਬਾ ਸੁਭਾਅ ਹੈ ਮੇਰਾ। ਤਾਰੀ ਉਹ ਨਿਹਾਲ। ਹਾਂ ਤਾਰੀ। ਉਹ ਸਾਲਿਆ ਤੇਰਾ ਤਾਂ ਬੇੜਾ ਹੀ ਬਹਿ ਗਿਆ। ਓਏ ਕੀ ਹੋਇਆ? ਹੁਣ ਪੁੱਤ ਤੈਨੂੰ ਵੀ ਡੈਂਕੀ ਤੇ ਚੜਨਾ ਪੈਣਾ। ਉਹ ਸਾਲਿਆ ਗੱਲ ਦੱਸੇਗਾ ਕੀ ਹੋਈ? ਜਸਨੀਤ ਟੈਚੀ ਚੱਕੀ ਫਿਰਦੀ ਸੀ, ਆ ਹੁਣੇ ਭੂਣ ਤੇ ਬਹਿ ਕੇ ਨਿਕਲੀ ਹੈ। ਉਹਨੂੰ ਸਾਰਾ ਕੁਝ ਪਤਾ ਲੱਗ ਗਿਆ, ਕਹਿੰਦੀ ਨਿਹਾਲ ਵਰਗਾ ਝੂਠਾ ਬੰਦਾ ਇਸ ਦੁਨੀਆ ਤੇ ਹੈ ਹੀ ਨਹੀਂ। ਆਹੋ ਉਹ ਖੜ ਜਾ, ਖੜ ਜਾ, ਖੜ ਜਾ, ਖੜ ਜਾ, ਖੜ ਜਾ। ਉਹ ਇੱਥੇ ਕਿੱਥੇ ਬੈਠੀ ਹੈ ਜਸਨੀਤ? ਚੱਕ ਸਮਾਨ ਘਰੇ ਚੱਲੀਏ। ਮੈਂ ਕਿਸੇ ਝੂਠੇ ਦੇ ਘਰ ਨਹੀਂ ਰਹਿੰਦਾ। ਝੂਠਾ? ਉਹ ਤਾਰੀ ਬੈਠਾ ਬੈਠਾ ਆਪਣੇ ਲੈਪਟਾਪ ਤੇ ਮਰ ਜੇ, ਸਾਲੇ ਦਾ ਮਰੇ ਦਾ ਪ੍ਰਿੰਟ ਆਊਟ ਨਿਕਲੇ ਜੇ ਮੈਂ ਕਦੇ ਝੂਠ ਬੋਲਿਆ। ਬਈ ਯਾਰ ਫੇਰ ਤੇਰੀ ਬੇਬੇ ਨੇ ਮੈਨੂੰ ਵਾਈ ਦੇ ਚੀਸੇ ਕਿ ਬਈ ਮੈਨੂੰ ਪਹਿਲਾਂ ਹੀ ਪਤਾ ਸੀ ਕਿ ਨਿਹਾਲ ਪਰਿਆ ਵਰਗੀ ਨੂੰ ਲੈ ਕੇ ਆਏਗਾ।
ਯਾਰ ਤੈਨੂੰ ਮੈਂ ਕੀ ਦੱਸਾਂ ਆਪਣੀ ਜ਼ਿੰਦਗੀ ਦੀ ਸਟੋਰੀ। ਮੈਂ ਇੱਕ ਕੁੜੀ ਨੂੰ ਪਿਆਰ ਕਰਦਾ ਸੀ ਜਿਹਦਾ ਨਾਂ ਸੀ ਸਿਮਰਤ, ਉਹ ਮੈਨੂੰ ਛੱਡ ਕੇ ਕੈਨੇਡਾ ਚਲੀ ਗਈ। ਬੇਬੇ ਦੇ ਕਹਿਣ 'ਤੇ ਉਹਦੇ ਪਿੱਛੇ ਮੈਂ ਕੈਨੇਡਾ ਚਲੇ ਗਿਆ। ਉੱਥੇ ਜਾ ਕੇ ਮੈਨੂੰ ਉਹ ਤਾਂ ਮਿਲੀ ਨਹੀਂ ਗਈ, ਤੇਰੀ ਬਾਡੀਗਾਰਡ ਦੀ ਨੌਕਰੀ ਮਿਲ ਗਈ। ਹੁਣ ਤੈਨੂੰ ਲੈ ਕੇ ਮੈਂ ਪੰਜਾਬ ਆ ਗਿਆ, ਬੇਬੇ ਲੱਗਿਆ ਮੈਂ ਉਸ ਕੁੜੀ ਨੂੰ ਲੈ ਕੇ ਆ ਗਿਆ ਜਿਹਦੇ ਪਿੱਛੇ ਮੈਂ ਕੈਨੇਡਾ ਗਿਆ ਸੀ, ਉਹ ਤੈਨੂੰ ਆਪਣੀ ਨੂੰਹ ਸਮਝ ਬੈਠੀ। ਫਿਰ ਮੈਂ ਕੀ ਕਰਾਂ? ਤੇਰੀ ਪ੍ਰੋਬਲਮ ਤੂੰ ਆਪ ਸਾਂਭ। ਐਡਜਸਟ ਕਰ ਯਾਰ। ਮੈਂ ਨਹੀਂ ਕਰਨਾ ਐਡਜਸਟ, ਪਹਿਲੇ ਸੋਚਣਾ ਚਾਹੀਦਾ ਸੀ ਨਾ ਇਹ ਸਭ ਕੁਝ। ਮੈਂ ਜ਼ਿਆਦਾ ਦਿਨਾਂ ਲਈ ਨਹੀਂ ਕਹਿ ਰਿਹਾ, 2-4 ਦਿਨ ਲਈ। ਮੈਂ ਨਹੀਂ ਕਰਨਾ ਐਡਜਸਟ, ਤੂੰ ਜਾ ਇੱਥੋਂ। ਮੇਰੀ ਗੱਲ ਤਾਂ ਸੁਣ। ਕੋਈ ਫਾਇਦਾ ਨਹੀਂ, ਆਈ ਸੈਡ ਜਸਟ ਗੋ। ਟ੍ਰਾਈ ਟੂ ਅੰਡਰਸਟੈਂਡ। ਆਈ ਸੈਡ ਜਸਟ ਗੋ ਯਾਰ। ਦੇਖ ਲੈ ਇੱਕ, ਮੈਂ ਕਿ ਜਾ ਇੱਥੋਂ। ਦੇਖ ਲੈ ਇੱਕ ਵਾਰੀ, ਗੈਟ ਲੋਸਟ, ਗੋ ਅਵੇ। ਹੈਲੋ, ਚਲੋ ਵੀਰ ਜੀ ਬਾਈ, ਪੁੱਛ ਲੈ ਇੱਕ ਵਾਰੀ ਹੋਰ, ਸ਼ਾਇਦ ਮੰਨ ਹੀ ਜਾਏ। ਤੂੰ ਪੁੱਛ ਲੈ, ਚੱਲ ਹਲੇ ਚੌਧਰੀ ਬਣ ਜਾਂਦੇ ਨੇ। ਬੇਬੇ ਸਤਨਾਮ ਵਾਹਿਗੁਰੂ। ਹਾਂ ਪੁੱਤ ਬੋਲ। ਬੇਬੇ ਮੈਂ ਤੇਰੇ ਨਾਲ ਇੱਕ ਗੱਲ ਕਰਨੀ ਸੀ। ਕੀ ਗੱਲ ਕਰਨੀ ਹੈ ਪੁੱਤ? ਬੇਬੇ ਮੈਂ ਸੋਚਦਾ ਵੀ ਐਤਕੀ ਤੈਨੂੰ ਪੌਂਟਾ ਸਾਹਿਬ ਮੱਥਾ ਟਿਕਾ ਕੇ ਲਿਆਵਾਂ। ਲੈ, ਇਹ ਤਾਂ ਤੂੰ ਬਾਹਲਾ ਹੀ ਚੰਗਾ ਸੋਚਿਆ ਪੁੱਤ। ਮਾੜੇ ਜਿਹੇ ਦਿਨ ਖੁੱਲ ਲੈਣ ਦੇ, ਫਿਰ ਆਪਾਂ ਚੱਲਦੇ ਆ, ਨਾਲੇ ਜਸਨੀਤ ਨੂੰ ਵੀ ਮੱਥਾ ਟਿਕਾ ਲਿਆਵਾਂਗੇ। ਬੇਬੇ ਮੈਂ ਐਕਚੁਅਲੀ ਮੈਂ ਉਹੀ ਗੱਲ ਤੇਰੇ ਨਾਲ ਕਰਨੀ ਸੀ। ਦੱਸ। ਆਪਾਂ ਨੂੰ ਪਿੰਡ ਛੱਡਣਾ ਪੈਣਾ ਬੇਬੇ। ਕਿਉਂ, ਪਿੰਡ ਛੱਡ ਕੇ ਕਿੱਥੇ ਜਾਣਾ? ਚੰਡੀਗੜ੍ਹ ਚੱਲਦੇ ਆ ਬੇਬੇ। ਉੱਥੇ ਬੇਬੇ ਨਾਲੇ ਕਿੰਨੀਆਂ ਸਹੂਲਤਾਂ ਨੇ, ਰੋਜ਼ ਗਾਰਡਨ 17 ਸੈਕਟਰ PGI ਕੋਲ ਆ, ਨਾਲੇ ਬੇਬੇ ਨਾਢਾ ਸਾਹਿਬ ਵੀ ਆ, ਉੱਥੇ ਸ਼ਾਮ ਸਵੇਰੇ ਮੱਥਾ ਟੇਕ ਲਿਆ। ਆਹੋ, ਹੁਣ ਤੇਰੀ ਕੈਨੇਡਾ ਵਾਲੀ ਵੋਟੀ ਜਿਉਂ ਆ ਗਈ, ਹੁਣ ਤੇਰਾ ਪਿੰਡਾਂ 'ਚ ਕਿਵੇਂ ਜੀ ਲੱਗਣਾ? ਬੇਬੇ ਉਹੀ ਤਾਂ ਮੈਂ ਗੱਲ ਕਰਨੀ ਸੀ ਕਿ ਵੀ ਜਿਹੜੀ ਕੈਨੇਡਾ ਵਾਲੀ ਆ ਨਾ, ਉਹ ਐਕਚੁਅਲੀ ਥੈਂਕ ਯੂ ਓਏ ਨਾ। ਸਤਿ ਸ਼੍ਰੀ ਅਕਾਲ ਜੀ। ਪੁੱਤ ਤੂੰ ਕੀ ਕਹਿੰਦਾ ਸੀ ਕੈਨੇਡਾ ਵਾਲੀ ਬਾਰੇ? ਆਹੀ ਬੇਬੇ ਵੀ ਆ, ਕੈਨੇਡਾ ਵਾਲੀ ਨਾ ਚਾਹ ਬਹੁਤ ਸਵਾਦ ਬਣਾਉਂਦੀ ਆ, ਭੂਤਾਂ ਹੀ ਕੱਢ ਦਿੰਦੀ ਆ ਚਾਹ ਦੀਆਂ ਤਾਂ ਬੇਬੇ। ਲੈ ਅੱਛਾ, ਤੂੰ ਮੈਨੂੰ ਇਹ ਦੱਸ ਨਿਹਾਲ, ਤੂੰ ਸੱਚੀ ਚੰਡੀਗੜ੍ਹ ਕੋਠੀ ਪਾਏਗਾ? ਉਹ ਮੈਂ ਤਾਂ ਹੱਸਦਾ ਬੇਬੇ, ਚੰਡੀਗੜ੍ਹ ਕੀ ਨੇ ਜਾਣਾ, ਹਾਰਨ ਵੱਜਦੇ ਰਹਿੰਦੇ ਆ ਟੈਂ ਟੈਂ ਪੈਂ ਪੈਂ, ਪਿੰਡਾਂ 'ਚ ਤਾਂ ਬਹਾਰ ਆ ਬੇਬੇ, ਨਾਲੇ ਅੱਜ ਕੱਲ ਤਾਂ ਫੁੱਲ ਵੀ ਬੜੇ ਸੋਹਣੇ ਸੋਹਣੇ ਖਿੜਦੇ ਆ। ਰੂਪ, ਡੋਂਟ ਵਰੀ, ਆਮ ਫਾਈਨ ਹੇਅਰ, ਆਈਲ ਬੀ ਸੇਫ, ਰੀਅਲੀ ਇਟਸ ਜਸਟ ਅ ਮੈਟਰ ਆਫ ਅ ਫਿਊ ਡੇਜ਼, ਆਈ ਮਿਸ ਯੂ ਟੂ, ਬਾਏ। ਜਸਨੀਤ, ਮੈਂ ਆਪਣੀ ਜਾਨ ਵਾਰ ਕੇ ਵੀ ਤੇਰਾ ਕਰਜ਼ਾ ਨਹੀਂ ਉਤਾਰ ਸਕਦਾ। ਅੱਛਾ, ਜੇ ਮੈਂ ਨਾਭੇ ਦਾ ਮਹਾਰਾਜਾ ਹੁੰਦਾ ਨਾ ਤਾਂ ਤੈਨੂੰ ਆਪਣੇ ਕੀਮਤੀ ਮੋਤੀਆਂ ਦਾ ਹਾਰ ਭੇਂਟ ਕਰਦਾ, ਪਰ ਹੁਣ ਤਾਂ ਜੱਟ ਕੋਲ ਸਿਰਫ ਇੱਕ ਜੱਫੀ ਹੈ, ਉਹ ਤੇਰੇ ਮੈਨੂੰ ਲੱਗਦਾ ਮੇਜ਼ 'ਚ ਨਹੀਂ ਆਉਣੀ। ਜ਼ਿਆਦਾ ਡਰਾਮੇ ਨਾ ਕਰ, ਤੂੰ ਤਾਂ ਨਿਹਰਾ ਝੂਠਾ ਹੈ। ਥੈਂਕ ਯੂ, ਪਰ ਮੈਂ ਪਿਆਰ ਕਰਨ ਵਾਲਿਆਂ ਦੀ ਰਿਸਪੈਕਟ ਕਰਦੀ ਹਾਂ। ਰਿਸਪੈਕਟ ਕਰੀ ਜਾਈ, ਪਿਆਰ ਨਾ ਕਰੀ। ਇਹਦੇ 'ਚ ਮੇਰਾ ਕੀ ਕਸੂਰ ਹੈ ਜੇ ਮੈਨੂੰ ਮੇਰਾ ਪਿਆਰ ਨਹੀਂ ਮਿਲਿਆ? ਉਹਦਾ ਤਾਂ ਮੈਨੂੰ ਵੀ ਬਹੁਤ ਅਫਸੋਸ ਹੈ ਕਿ ਤੈਨੂੰ ਤੇਰਾ ਪਿਆਰ ਨਹੀਂ ਮਿਲਿਆ, ਸੱਚੀ। ਪਿਆਰ ਤਾਂ ਤੇਰੇ ਵਰਗੇ ਕਰਮ ਵਾਲਿਆਂ ਨੂੰ ਮਿਲਦਾ ਜਸਨੀਤ। ਇਹ ਤਾਂ ਹੈ, ਆਈ ਫੀਲ ਸੋ ਲੱਕੀ, ਰੂਪ ਮੈਨੂੰ ਇੰਨਾ ਪਿਆਰ ਕਰਦਾ ਤੇ ਮੈਂ ਵੀ ਉਹਨੂੰ। ਓ ਗੋਡ, ਆਈ ਕਾਂਟ ਵੇਟ ਟੂ ਸੀ ਹਿਮ। ਖੁਸ਼ ਰਹੋ, ਆਬਾਦ ਰਹੋ, ਜਹਾਂ ਵੀ ਰਹੋ, ਆਪਣੇ ਸੱਜਣ ਸਿਉਂ ਕੇ ਪਾਸ ਰਹੋ। ਚੱਲ ਚੱਲ, ਹੁਣ ਡਰਾਮੇ ਨਾ ਕਰ, ਆਪਣੀ ਤਾਂ ਸਾਰੀ ਜ਼ਿੰਦਗੀ ਡਰਾਮੇ 'ਚ ਲੰਘੀ ਆ। ਮਿਸਟਰ ਡਰਾਮੇਬਾਜ਼, ਮੈਂ ਜੋ ਕੁਛ ਵੀ ਕਰ ਰਹੀ ਹਾਂ ਬੇਬੇ ਲਈ ਕਰ ਰਹੀ ਹਾਂ, ਕਿਉਂਕਿ ਮੈਂ ਉਹਨਾਂ ਨੂੰ ਉਦਾਸ ਨਹੀਂ ਦੇਖ ਸਕਦੀ। ਬੇਬੇ ਦਾ ਖਿਆਲ ਰੱਖੀ ਜਾਈ, ਬੇਬੇ ਦਾ ਪੁੱਤ ਭਾਵੇਂ ਸਲਫਾਸ ਪੀ ਕੇ ਮਰ ਜੇ। ਹੋ ਡਰਾਈਵਰ ਨੂੰ ਰੋੜ ਤੇ ਜੱਟ ਨੂੰ ਹੋੜ ਪਿਆਰ ਜਾਨਾ ਤੋਂ। ਕਿੱਦਾਂ ਦੀਆਂ ਗੱਲਾਂ ਕਰਦੀਆਂ, ਸਾਡੀਆਂ ਬੁੜੀਆਂ ਤਿੰਨ ਤਿੰਨ ਨਿਆਣੇ ਟਰੈਕਟਰ ਤੇ ਬਿਠਾ ਕੇ ਸਵਾਟਰ ਬੁਣ ਦਿੰਦੀਆਂ, ਨਾਲੇ ਉਹਨੇ ਤਾਂ ਗੋਲਾ ਵੀ ਕੱਚ 'ਚ ਫਸਾਇਆ ਹੁੰਦਾ, ਉਹਨਾਂ ਨੂੰ ਤਾਂ ਕਦੇ ਲੱਗਿਆ ਨੀ। ਅਨਸੇਫ, ਉਹ ਐ ਨੀ ਡਰ ਜਾਂਦਾ ਜਸਨੀਤ ਕਰੇ, ਟੈਂਸ਼ਨ ਨਾ ਲੈ, ਇਹ ਤਾਂ BMW ਤੋਂ ਵੱਧ ਸੇਫ ਆ। ਹਾਂ, ਅੱਛਾ, ਫਾਈਨਲੀ ਸੇਫ ਲੈਂਡਿੰਗ। ਹੈ ਕਿੰਨੀ ਮਿੱਟੀ, ਮੈਂ ਕੱਪੜੇ ਚੇਂਜ ਕਰਕੇ ਆਉਂਦੀ ਹਾਂ।
ਕੱਪੜੇ ਚੇਂਜ ਕਰੀ ਜਾਈ, ਮਾਇੰਡ ਨਾ ਚੇਂਜ ਕਰੀ। ਨਿਹਾਲ ਪੁੱਤ ਗੱਲ ਸੁਣ ਜੀ, ਕਸ਼ਮੀਰੋ ਦੀ ਮੱਝ ਮਰ ਗਈ, ਮੈਂ ਚੱਲੀ ਆ ਅਫਸੋਸ ਕਰਨ। ਅੱਜ ਚਾਚੀ ਅਲੀ ਫੇਰ ਚੱਲੀ, ਰੱਬ ਮਿਹਰ ਕਰੇ। ਕੀ ਕਿਹਾ? ਮੈਂ ਕਿਹਾ ਰੱਬ ਮਿਹਰ ਕਰੇ ਮੱਝ ਦੀ ਰੂਹ ਦੇ ਉੱਤੇ, ਉਹਨੂੰ ਆਪਣੇ ਚਰਨਾਂ ਚ ਥਾਂ ਦੇਵੇ। ਜਾ ਤੂੰ ਬੇਬੇ। ਫਿਰ ਇੱਕ ਕੰਮ ਕਰੀ, ਜਸਨੀਤ ਨੂੰ ਕਹੀ ਉਹ ਜਿਹੜੇ ਕੱਪੜੇ ਦੀਵਾਨ ਤੇ ਪਏ ਆ ਨਾ, ਉਹ ਸਾਰੇ ਧੋ ਦੇ। ਅੱਛਾ, ਕੱਪੜੇ ਧੋਣੇ ਆ ਬੇਬੇ? ਮੇਰਾ ਮਤਲਬ ਕੱਪੜੇ ਧੋਣੇ ਆ ਜਾਂ ਸੁਕਾਉਣੇ ਵੀ ਆ? ਮਸ਼ੀਨ ਚ ਪਾ ਦਾਂਗੇ, ਨਾਲ ਦੀ ਨਾਲ ਸੁਕਾ ਵੀ ਦਊ। ਪੁੱਤ ਮਸ਼ੀਨ ਚ ਆਪਾਂ ਕਿਵੇਂ ਪਾ ਦਾਂਗੇ, ਉਹ ਤਾਂ ਇੰਨੇ ਦਿਨਾਂ ਤੋਂ ਖਰਾਬ ਪਈ ਆ। ਬੇਬੇ ਮੈਨੂੰ ਲੱਗਦਾ ਸਰਫ ਵੀ ਮੁੱਕਿਆ ਹੋਣਾ, ਆਪਾਂ ਕੱਲ ਨੂੰ ਧੋਲਾਂਗੇ। ਨਾ ਪੁੱਤ, ਸਾਰਾ ਕੁਛ ਹੈਗਾ। ਚੰਗਾ ਮੈਂ ਚੱਲਦੀ ਆ। ਓ ਰੱਬਾ ਦੇ ਮੈਨੂੰ ਥਾਪੀ, ਬਸ ਮੈਂ ਅੱਜ ਥਾਪੀ ਪਰੇਡ ਕਰਨ ਜੋਗਾ ਹੋ ਜਾ। ਸਾਲੇ ਕੱਪੜੇ ਧੋਣੇ ਕਿਹੜਾ ਸੌਖੇ ਪਏ ਆ, ਸਭ ਸਾਲੇ ਝੂਠੇ ਆ ਕੇ ਦੁੱਧ ਜੀ ਸਫੇਦੀ ਬਿਨਾ ਮਲੇ ਹੈ। ਆ ਗਈ ਮੇਰਾ ਮਜ਼ਾਕ ਉਡਾਉਣ ਨੂੰ। ਤੂੰ ਕੱਪੜੇ ਧੋ ਰਿਹਾ? ਨਹੀਂ, ਕੱਪੜੇ ਬੇਹੋਸ਼ ਹੋ ਗਏ ਸੀਗੇ ਜੀ, ਪਾਣੀ ਚ ਡਬੋ ਡਬੋ ਇਹਨਾਂ ਨੂੰ ਹੋਸ਼ ਚ ਲਿਆ ਰਿਹਾ ਜੀ। ਤੂੰ ਤਾਂ ਚੇਂਜ ਕਰਨ ਗਈ ਸੀ ਨਾਲੇ? ਮੈਂ ਮਾਈਂਡ ਚੇਂਜ ਕਰ ਲਿਆ। ਸਾਡੀ ਵਾਰੀ ਨਾ ਕਰੀ ਕਦੇ। ਕੁਛ ਨਹੀਂ। ਅੱਛਾ ਸੁਣ, ਮੈਂ ਤੇਰੀ ਹੈਲਪ ਕਰਾ ਦਾ। ਕਰਾ ਸਕਦੀ ਹਾਂ, ਬਿਲਕੁਲ ਕਰਾ ਸਕਦੀ ਹਾਂ। ਪਿੱਕ ਮੋਗਰੀ ਥਾਪੀ, ਆਈ ਮੀਨ ਦਿਸ ਬੈਟ। ਯੈਸ, ਨਾਓ ਹਿੱਟ ਦੈਟ ਕਪੜਾ। ਮਾਰਨਾ ਮੇਰਾ ਝੱਗਾ ਤੂੰ? ਯੂ ਸੈਡ ਹਿੱਟ ਇਟ। ਰਹਿਣ ਦੇ ਤੂੰ, ਐ ਕਰ ਆ ਪਾਣੀ ਦੀ ਪੈਪ ਚੱਕ, ਮੈਨੂੰ ਦੱਸੀ ਚੱਲ ਵੀ ਦਾਗ ਕਿੱਥੇ ਕਿੱਥੇ ਆ। ਦਾਗ ਤਾਂ ਤੇਰੇ ਮੂੰਹ ਤੇ ਵੀ ਬਹੁਤ ਨੇ, ਧੋ ਦਾ। ਅੱਛਾ, ਮੈਡਮ ਜੀ ਤੁਹਾਡਾ ਤਾਂ ਸਪੇਅਰ ਪਾਰਟ ਵੀ ਨਹੀਂ ਮਿਲਣਾ ਇੱਥੋਂ। ਹੈਲੋ ਨਿਹਾਲ, ਛੇਤੀ ਕਰ ਆ ਜਾ। ਓ ਯਾਰ, ਮੈਂ ਤਾਂ ਹਲੇ ਇੱਕ ਬੇਬੇ ਦੀ ਚੁੰਨੀ ਧੋਣੀ ਆ ਤੇ ਦੋ ਮਰੀਆਂ ਬਣਾਣਾ। ਇਡੀਅਟ, ਚੁੰਨੀਆਂ ਤੇ ਬਣਾਣਾ ਨੂੰ ਛੱਡ, ਪਾਪਾ ਦੇ ਦੋਸਤ ਸ਼ਾਮ ਨੂੰ ਤੈਨੂੰ ਘਰੇ ਮਿਲਣ ਆ ਰਹੇ ਨੇ, ਤੂੰ ਬਸ ਜਲਦੀ ਆ ਜਾ। ਅੱਛਾ, ਫਿਰ ਮੈਂ ਛੇਤੀ ਤੋਂ ਪਹਿਲਾਂ ਆਇਆ। ਨਿਹਾਲ ਬੇਟਾ, ਇਹ ਅਮਰੀਕ ਹੁਣੇ ਮੇਰੇ ਬਹੁਤ ਪੁਰਾਣੇ ਮਿੱਤਰ ਨੇ। ਅੱਛਾ ਜੀ। ਇਹ ਇਹਨਾਂ ਦਾ ਸਾਹਿਬਜ਼ਾਦਾ ਸਮਰ। ਹੈਲੋ, ਕਿੱਦਾਂ ਜੀ? ਤੂੰ ਐ ਕਰ ਪੁੱਤ, ਜਿੰਨੀ ਦੇਰ ਤੱਕ ਬੁੜੀਆਂ ਰੋਟੀ ਰੋਟੀ ਲੈ ਕੇ ਆਉਣਗੀਆਂ ਨਾ, ਤੁਸੀਂ ਜਾਓ ਆਪਣੀਆਂ ਗੱਲਾਂ ਬਾਤਾਂ ਮਾਰੋ। ਬਾਈ ਜੀ, ਕਿਸਮਤ ਵਾਲੇ ਹੋ ਜਿਹੜਾ ਸਿਮਰਤ ਵਰਗੀ ਕੁੜੀ ਦਾ ਪਿਆਰ ਤੁਹਾਨੂੰ ਮਿਲਿਆ। ਅੱਛਾ, ਥੈਂਕ ਯੂ। ਨਾਲੇ ਬਾਈ ਜੀ ਨੂੰ ਬੰਦਾ ਚਾਹੁੰਦਾ ਹੋਵੇ ਉਹਦੇ ਨਾਲੇ ਵਿਆਹ ਹੋ ਜਾਵੇ, ਹੋਰ ਕੀ ਚਾਹੀਦਾ ਜ਼ਿੰਦਗੀ ਤੋਂ। ਸਹੀ ਗੱਲ ਹੈ। ਫੇਰ ਤਾਂ ਅਸ਼ਕ ਦਾ ਦਿਲ ਕਰਦਾ ਵੀ ਉਹਨੂੰ ਲੈ ਕੇ ਨਾ ਕਿਤੇ ਉੱਡ ਜਾਵਾਂ, ਕਦੇ ਦਿਲ ਕਰਦਾ ਵੀ ਉਹਦਾ ਪਰਛਾਵਾਂ ਹੋ ਜਾਂ, ਕਦੇ ਦਿਲ ਕਰਦਾ ਉਹਨੂੰ ਆਪਣਾ ਪਰਛਾਵਾਂ ਕਰ ਲਵਾਂ। ਕਦੇ ਜੀ ਕਰਦਾ ਉਹਦੇ ਨਾਲ ਕੱਪੜੇ ਧੁਆਵਾਂ, ਕਦੇ ਕਚੱਲਾਂ, ਕਦੇ ਸੁੱਕਣੇ ਪਵਾਵਾਂ। ਇੱਕ ਥਾਪੀ ਉਹਦੇ ਹੱਥ 'ਚ ਹੋਵੇ, ਇੱਕ ਥਾਪੀ ਮੇਰੇ ਹੱਥ 'ਚ ਹੋਵੇ, ਇੱਕ ਥਾਪੀ ਮੈਂ ਮਾਰਾਂ, ਇੱਕ ਥਾਪੀ ਉਹ ਮਾਰੇ, ਸੜੀਆਂ ਮਾਰ ਮਾਰ ਥਾਪੀਆਂ ਝੱਗਾ ਪਾੜਦੀ। ਬਾਈ ਤੈਨੂੰ ਨਹੀਂ ਲੱਗਦਾ ਆਪਾਂ ਗੱਲ ਕਿਸੇ ਹੋਰੇ ਪਾਸੇ ਲੈ ਗਏ? ਪਤਾ ਨਹੀਂ ਯਾਰ ਗੱਲ ਕਿਹੜੇ ਪਾਸੇ ਗਈ ਆ, ਪਰ ਗੱਲ ਦਾ ਸਵਾਦ ਬਹੁਤ ਆਇਆ। ਹਾਂਜੀ, ਕੀ ਗੱਲਾਂ ਚੱਲਦੀਆਂ ਨੇ, ਕੀ ਹਾਲ ਹੈ ਸਮਰ? ਬਸ ਵਧੀਆ ਜੀ। ਬਾਈ ਮੈਂ ਚੱਲਦਾ ਯਾਰ। ਕਿੰਨੇ ਕੁ ਚਿਰ ਤੋਂ ਜਾਣਦੀ ਇਹਨੂੰ ਤੂੰ? ਬਚਪਨ ਤੋਂ, ਕਲਾਸਮੇਟ ਸੀ ਮੇਰਾ। ਪਰ ਕਿਉਂ? ਨਹੀਂ ਨਹੀਂ ਵੈਸੇ ਪੁੱਛਿਆ। ਫੇਰ ਵੀ ਕਿਉਂ? ਪਿਆਰ ਕਰਦਾ ਤੈਨੂੰ। ਪਾਗਲ ਹੋ ਗਿਆ ਨਿਹਾਲ ਤੂੰ। ਵਾਹ ਓਏ ਮੇਰਿਆ ਰੱਬਾ, ਆਸ਼ਕ ਤਾਂ ਜਮਾਂ ਸਿੱਧੇ ਬਣਾਤੇ, ਤੇ ਮਸ਼ੂਕਾਂ ਜਲੇਬੀ ਵਰਗੀਆਂ।
Humpty Dumpty sat on a wall. Humpty Dumpty had. ਮੇਰੇ ਤੋਂ ਨਹੀਂ ਇਹ ਹੰਪਟੀ ਡੰਪਟੀ ਸਿੱਖੇ ਜਾਂਦੇ, ਨਾਲੇ ਮੇਰੇ ਤੋਂ ਨਹੀਂ ਕਿਸੇ ਵਾਸਤੇ ਆਪਦੇ ਆਪ ਨੂੰ ਬਦਲਿਆ ਜਾਂਦਾ। ਜਿਹਨੇ ਮੇਰੇ ਪਸੰਦ ਕਰਨਾ ਹੋ ਇਦਾਂ ਦੀ ਉਹ ਕਰ ਲੂ। ਤੈਨੂੰ ਕਿਹਨੇ ਪਸੰਦ ਕਰਨਾ? ਚੌਥੀ ਜਮਾਤ ਤੋਂ ਲੈ ਕੇ ਤਾਂ ਤੂੰ ਨਿਹਾਲ 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 ਦੇ ਜਾਪ ਕਰਦੀ ਆ ਰਹੀ। ਅਨਮੋਲ, ਤੂੰ ਮੈਨੂੰ ਚੌਥੀ ਜਮਾਤ ਤੋਂ ਵੀ ਦੇਖਦਾ ਹੁੰਦਾ ਸੀ? ਹਾਂ, ਮੈਂ ਤੈਨੂੰ ਦੇਖਦਾ ਹੁੰਦਾ ਸੀ। ਤੇਰੇ ਪਿੱਛੇ ਤਾਂ ਖਮਾਣੋ ਸਕੂਲ ਦੇ ਦੋ ਮੁੰਡਿਆਂ ਦਾ ਮੈਂ ਖੜਕੈਂਤਾ ਚਾੜਦਾ ਸੀ। ਕਿਉਂ? ਉਸ ਵਾਲੇ ਤੈਨੂੰ ਮੋਟੀ ਮੋਟੀ ਕਹਿ ਕੇ ਬੁਲਾਉਂਦੇ ਸੀ। ਮੋਟੀ ਤਾਂ ਮੈਨੂੰ ਕਹਿੰਦੇ ਸੀ, ਫਿਰ ਤੈਨੂੰ ਕਾਹਦਾ ਦੁੱਖ ਲੱਗਦਾ ਸੀ? ਮੈਂ ਤੈਨੂੰ ਪਸੰਦ ਕਰਦਾ ਸੀ। ਤੇ ਅੱਜ? ਅੱਜ ਨਹੀਂ ਪਸੰਦ ਕਰਦਾ? ਕਰਦਾ, ਅੱਜ ਵੀ ਕਰਦਾ। ਹਾਏ ਅਨਮੋਲ, ਤੂੰ ਤਾਂ ਮੈਨੂੰ ਬਹੁਤ ਹੀ ਚੰਗਾ ਲੱਗਦਾ। ਗੋਲੀ ਮਾਰ ਨਿਹਾਲ ਨੂੰ। I love you very much ਅਨਮੋਲ। ਓਏ, ਤੈਨੂੰ ਤਾਂ ਅੰਗਰੇਜ਼ੀ ਆਉਣ ਲੱਗ ਗਈ। ਇੰਨੀ ਕੁ ਤਾਂ ਮੈਨੂੰ ਸ਼ੁਰੂ ਤੋਂ ਹੀ ਆਉਂਦੀ ਸੀ ਅੰਗਰੇਜ਼ੀ। ਅਨਮੋਲ, ਤੂੰ ਦੱਸ, ਤੂੰ ਮੇਰੇ ਨਾਲ ਵਿਆਹ ਕਰਾਏਗਾ ਨਾ? ਕਰਾਏਗਾ ਨਾ ਅਨਮੋਲ? ਦੱਸ ਅਨਮੋਲ, ਤੂੰ ਮੇਰੇ ਨਾਲ ਵਿਆਹ ਕਰਾਏਗਾ ਨਾ? ਕਰਾਏਗਾ ਨਾ ਅਨਮੋਲ? ਨਹੀਂ ਤਾਂ ਮੈਂ ਟੈਂਕੀ ਤੇ ਚੜ ਕੇ ਜਾਊਂਗਾ। ਬੇਬੇ ਜੀ, ਮੈਂ ਕੱਪੜੇ ਸੁੱਕਣੇ ਪਾ ਦਾਂ? ਰਹਿਣ ਦੇ ਪੁੱਤ, ਵਿਆਹ ਤੋਂ ਬਾਅਦ ਸਾਰੀ ਉਮਰ ਕੰਮ ਹੀ ਕਰਨਾ। ਅਨਮੋਲ ਦੇ ਵਿਆਹ 'ਚ ਤੇਰੀ ਅਤੇ ਨਿਹਾਲ ਦੀ ਜੋੜੀ ਬਹੁਤ ਸੋਹਣੀ ਲੱਗ ਰਹੀ ਸੀ। ਉਹ ਤੁਸੀਂ ਕੀ ਗਾ ਰਹੇ ਸੀ? ਸਿੰਗਾ 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 ਬੇਬੇ, ਇੱਦਾਂ ਨਹੀਂ ਸੀ, ਇਹ ਸੀ ਸਿੰਗਾ 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 ਸਿੰਗਾ। ਦੱਸਦੀ ਹਾਂ, ਇਹਨੂੰ ਫੜੋ। ਹਾਂ ਹਾਂ, ਲੈਫਟ ਰਾਈਟ ਸਿੰਘ ਸਿੰਘਾ ਸਿੰਘ ਸਿੰਘਾ ਸਿੰਘ ਸਿੰਘਾ ਸਿੰਘ ਸਿੰਘਾ ਮਿਸਟਰ ਸਿੰਘਾ ਮਿਸਟਰ ਸਿੰਘਾ। ਚੱਲ ਚੱਲੀ ਨਾ ਹੋਵੇ ਤਾਂ। ਬੇਬੇ ਜੀ, ਤੁਸੀਂ ਬਹੁਤ ਸਵੀਟ ਹੋ। ਪੁੱਤ, ਸਵੀਟ ਸਾਈਡ ਦਾ ਤਾਂ ਨਹੀਂ ਮੈਨੂੰ ਪਤਾ, ਬਸ ਮੈਨੂੰ ਤਾਂ ਇੰਨਾ ਪਤਾ ਕਿ ਮੇਰੀ ਹੋਣ ਵਾਲੀ ਨੂੰ ਰੱਬ ਦਾ ਰੂਪ ਹੋਏਗੀ ਜਦੋਂ ਮੈਂ ਤੇਰਾ ਫੋਟੋ ਦੇਖਿਆ। ਮੇਰੀ ਫੋਟੋ? ਲੈ, ਮੈਂ ਕੀ ਫੋਟੋ ਤਾਂ ਤੇਰੀ ਸਾਰੀ ਪਿੰਡ ਨੇ ਦੇਖੀ ਸੀ ਪੁੱਤ। ਸਾਰੇ ਪਿੰਡ ਨੇ ਮੇਰੀ ਫੋਟੋ ਵੇਖੀ ਸੀ? ਤੈਨੂੰ ਨਹੀਂ ਪਤਾ ਪੁੱਤ, ਸਰਪੰਚ ਆਪਣੇ ਘਰੇ ਸਪਨਾ ਦਾ ਰਿਸ਼ਤਾ ਲੈ ਕੇ ਆਇਆ ਸੀ, ਨਿਹਾਲ ਨੇ ਨਾ ਕਰਤੀ, ਸਪਨਾ ਜਾ ਕੇ ਟੈਂਕੀ ਤੇ ਚੜ ਗਈ, ਫੇਰ ਕਿਤੇ ਜਾ ਕੇ ਨਿਹਾਲ ਨੇ ਤੇਰਾ ਫੋਟੋ ਦਿਖਾਇਆ ਸਾਨੂੰ। ਇਹਦਾ ਮਤਲਬ ਤੁਸੀਂ ਮੇਰੀ ਫੋਟੋ ਮੇਰੇ ਆਉਣ ਤੋਂ ਪਹਿਲਾਂ ਵੇਖ ਲਈ ਸੀ? ਹਾਂ ਪੁੱਤ, ਤੇਰਾ ਫੋਟੋ ਦੇਖਣ ਤੋਂ ਬਾਅਦ ਹੀ ਤਾਂ ਨਿਹਾਲ ਸਾਰੇ ਪਿੰਡ ਦੇ ਕਹਿਣ ਤੇ ਤੈਨੂੰ ਇੱਥੇ ਲੈ ਕੇ ਆਇਆ। ਨਿਹਾਲ, ਮੈਂ ਤੇਰੇ ਤੇ ਕਿੰਨਾ ਭਰੋਸਾ ਕੀਤਾ ਤੇ ਤੂੰ। ਤਾਰੀ? ਹੈਲੋ। ਹਾਂ ਤਾਰੀ, ਹੈਂ?
ਕਿੱਥੇ ਚੱਲੀ ਆ? ਉਹ ਤੋਤੀ ਰੁਕ ਰੁਕ ਸਾਲਿਆ, ਰੁਕ 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 ਕਿੱਥੇ ਚੱਲੇ ਜੀ? ਭੂਣ ਤੇ ਬਹਿ ਗਏ ਜਾਂ ਫੇਸਬੁੱਕ ਤੇ ਫੋਟੋ ਲਾਉਣੀ ਆ ਵੀ ਪੜਦੀ ਸੈਰ ਇਨ ਪੌਂਡ? ਫੇਸਬੁੱਕ ਤਾਂ ਬੜਾ ਪਤਾ ਹੈ ਤੈਨੂੰ, ਮੇਰੀ ਫੋਟੋ ਫੇਸਬੁੱਕ ਤੋਂ ਹੀ ਕੱਢ ਕੇ ਬੇਬੇ ਨੂੰ ਦਿਖਾਈ ਸੀ ਨਾ ਕਿ ਇਹ ਤੁਹਾਡੀ ਨੂੰ ਹੈ। ਕਿਹੜੀ ਫੋਟੋ? ਮੇਰੀ ਫੋਟੋ, ਬੇਬੇ ਨੇ ਦੱਸਤਾ ਮੈਨੂੰ ਸਭ ਕੁਝ। ਬੇਬੇ ਵੀ ਗੱਲ ਨੂੰ ਬੜੀ ਛੇਤੀ ਲੀਕ ਆਊਟ ਕਰ ਦਿੰਦੀ ਆ। ਚਲੋ ਜੇ ਬੇਬੇ ਨੇ ਤੁਹਾਨੂੰ ਦੱਸ ਹੀ ਦਿੱਤਾ ਨਾ, ਬਾਕੀ ਦਾ ਸੱਚ ਤੁਹਾਨੂੰ ਮੈਂ ਦੱਸਦਾ। ਉਹ ਬਸ ਕਰ ਤੂੰ, ਮੈਂ ਕੋਈ ਹੋਰ ਝੂਠ ਨਹੀਂ ਸੁਣਨਾ ਚਾਹੁੰਦੀ। ਉਹ ਮੇਰੇ ਰੈਪੂਟੇਸ਼ਨ ਤੇ ਨਾ ਜਾ, ਮੈਂ ਸੱਚ ਬੋਲ ਰਿਹਾ ਵਾਂ। ਯਾਰ ਪਿੰਡ ਵਾਲੇ ਮੇਰਾ ਵਿਆਹ ਕਿਹੋ ਜਿਹੀ ਕੁੜੀ ਨਾਲ ਕਰਨ ਨੂੰ ਫਿਰਦੇ ਸੀਗੇ ਜਿਹਨੂੰ ਮੈਂ ਪਿਆਰ ਹੀ ਨਹੀਂ ਸੀ ਕਰਦਾ। ਧਾਰੀ ਨੇ ਸਾਲੇ ਨੇ ਨੈਟ ਤੋਂ ਕੱਢ ਕੇ ਤੇਰੀ ਫੋਟੋ ਦਿਖਾਤੀ, ਫਿਰ ਮੈਂ ਕੈਨੇਡਾ ਗਿਆ। ਬਾਕੀ ਦੀ ਸਟੋਰੀ ਯੂ ਨੋ ਬੈਟਰ। ਹੈਲੋ, ਚੱਲ ਕਰ ਚੱਲੀਏ ਨਾ। ਜਸਟ ਸ਼ਟ ਅਪ, ਹਾਊ ਡੇ ਯੂ। ਤੂੰ ਆਪਣੀ ਪ੍ਰੋਬਲਮ ਸੋਲਵ ਕਰਨ ਲਈ ਮੇਰਾ ਯੂਜ਼ ਕੀਤਾ ਹੈ? ਨਹੀਂ ਨਹੀਂ ਨਹੀਂ, ਗੱਲ ਇਦਾਂ ਦੀ ਨਹੀਂ ਕਿ ਟ੍ਰਾਈ ਟੂ ਅੰਡਰਸਟੈਂਡ, ਮੇਰੀ ਗੱਲ ਸੁਣ ਪਲੀਜ਼। ਚੱਲ, ਮੈਂ ਬੇਬੇ ਨੂੰ ਕੀ ਦੱਸੂਗਾ? ਨੋ ਡਰਾਈਵਰ, ਲੈਟਸ ਗੋ ਪਲੀਜ਼। ਯਾਰ, ਤੇਰਾ ਯੈਲੋ ਟਿਕਟ ਟੁੱਟ ਨਾ ਜਾਵੇ। ਮੇਕ ਯੂ ਨੋ ਵੇ ਡਰਾਈਵਰ, ਚਲੋ ਨਾ। ਡਰਾਈਵਰ, ਇੱਕ ਮਿੰਟ, ਜਸਟ ਗੇਟ ਅਪ ਆਊਟ ਆਫ ਮਾਈ ਲਾਈਫ ਯਾਰ, ਜਸਟ ਗੋ ਵੇ। ਅੱਛਾ, ਭੂੰਡ ਵਾਲੇ ਨੂੰ 25 ਰੁਪਏ ਦੇ ਵੱਧ ਨਾ ਦੇਈ, ਮੈਂ 50 ਦੂੰਗੀ। ਐਨੀ ਪ੍ਰੋਬਲਮ, ਜਸਟ ਗੈਟ ਲੋਸਟ। ਤੁਸੀਂ 50 ਲੈ ਲਈ ਓਏ, 25 ਤੇਰੇ ਭਾਪੇ ਨਾਲ ਕਰ ਲੂ ਮੈਂ। ਡਰਾਈਵਰ ਚਲੋ, ਟੇਕ ਕੇਅਰ, ਆਉਣਾ। ਇਹ ਤਾਂ ਚੱਲੀ ਕੈਨੇਡੇ, ਹੁਣ ਬੇਬੇ ਨੂੰ ਕੀ ਜਵਾਬ ਦਊ? ਉੱਤੋਂ ਦੀ ਪਿੰਡ ਵਾਲਿਆਂ ਨੇ ਤਾਨੇ ਮਾਰ 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 ਦੇਣਾ। ਟਾਇਰ ਦਾ ਪੈ ਗਿਆ ਪਟਾਕਾ ਓਏ। ਜਾਨ ਬਚਾਉਣਾ ਮੇਰਾ ਫਰਜ਼ ਹੈ। ਇਹ ਗੱਲ ਨਿਹਾਲ ਸਿੰਘ ਨਹੀਂ, ਤੇਰਾ ਬੋਡੀਗਾਰਡ ਕਹਿ ਰਿਹਾ। ਪਰ ਹੁਣ ਮੈਂ ਨਹੀਂ ਚਾਹੁੰਦਾ ਕਿ ਜਸਨੀਤ ਇੱਥੋਂ ਜਾਵੇ। ਕਿਉਂ?
मैं सोचा भी नहीं सी मेरा बोलिया होया एक झूठ मेरी जिंदगी का एडा वड्डा सच बन जाऊगा। तू तो जानता ही है वो किसे होर नूं चाहुंदी है, ये गल सोचण दा की फायदा फिर? प्यार उस वगदे पानी दे बहाव वर्गा हुंदा जिसनूं आपां रोक नहीं सकते। तेरियां गल्लां ना मेरी समझ तो बाहर ने। रब ते प्यार नूं गल्लां नाल नहीं समझा जांदा, जे समझणा है ते जाके समर दीआं अक्खां च देख। समर की मतलब? सच्चे संत ते पक्के आशक दी तां अख दस दिंदी है। जाके उहदा हथ फड़ लै, तेरी जिंदगी बन जाऊ, बाकी तेरे घरदिआं नूं उहने आपे मना लैणा। सले आशकां नूं गल्लां बहुत आउंदीआं हुंदीआं ने। बहुत बहुत बधाइयां होण जी, अज तुहाडी नूर राणी दी आण दी खुशी च मैं अखंड पाठ रखवाया। बड़े दिनां बाद इस घर नूं भाग लगे ने। निहाल दे बापू जी, अज तुहाडी कमी बहुत महसूस हो रही है। जे इस खुशी दे मौके ते तुसीं साडे नाल हुंदे तां बेबी जी की हो गया, तुसी अखां क्यों पार लिया? पुत्तर, अज निहाल दे बापू जी ते बहुत याद आ रही है। निहाल छोटा जिहा हुंदा सी जदों सानू दोहां नूं कल्यां नूं छड्ड के इस दुनिया तो चले गए। बेबी जी, I'm sorry, मैं... कोई नहीं पुत, उन्हां दे जान तो बाद साडे मां पुत दी जिंदगी विच पहली बार कोई खुशियां लेके आया। बस हुण तां रब अगे ही अरदास है इस घर नूं किसी दी नजर ना लगे। हुण तां छेती दिने तेरा ते निहाल दा विआह हो जावे, नाले अज तो बाद निहाल दी जिम्मेदारी तेरी। हुण तां मेरा पोते पोतियां नाल खेडण नूं बड़ा ही जी करदा। नाले इक गल होर, मुंडा होवे या कुड़ी, मेरे निहाल ते नहीं जाना चाहिदा। बेबे नूं तां मैं आपे मना लूंगा। हो जन्नत वाले नूं जाण लगे सी, रोइयां वाले नूं मुड़ के आ गए। हाय पता न लगिया दर्द दिलां दे कित्थों कित्थों जुड़ के आ गए। होए तूं ते सौ गया चुप वट के अंबर दे तारे है दिल शेर दा हिरनी ने मारिया। जख्मी है दिल शेर दा हिरनी ने मारिया।
मैं हमेशा तेनू दुख ही दिते ने, कदे भी तेरा बीबा पुत ना बन सकिया, पर यह भी सच है कि तेरा ये नलायक पुत तेनू प्यार बहुत करता। जख्मी है दिल शेर दा इरनी ने मारिया, जख्मी है दिल शेर दा इरनी ने मारिया। एकंकार सतनाम करता पुरख निर्भय। हाँ पुत्र, एक गल पुछनी सी तेरे तो। केड़ी गल पुछनी सी? मां ते पुत दे रिश्ते च सब तो पक्की तंद केड़ी हुंदी है बेबे? ए किद्दा दा सवाल पुछ लिया तू? तू ठीक ता है ना? मैं ता ठीक हां बेबे, पर पहले मेरे सवाल दा जवाब दे। पुत, सब तो पक्की तंद ता प्यार ते विश्वास दी हुंदी है, रिश्ता पावे जेड़ा मर्जी होवे। पर जे किसी बद नसीब तो तन टुट जाए बेबे? पुते तंदा एक बारी टुट जान ता फिर बहुत औखियां जुड़दियां ने, ते जे जुड़ भी जान ता गांड जरूर पैंदी है। पर जे उस अकाल पुरख दी मेहर होवे ता माफी दी तन्ना रिश्ता जरूर जुड़ सकता है। बस फिर बेबे, अपने इस नलायक पुत नू माफ कर दे। की होया निहाल? मैं सारी जिंदगी तेरे नाल झूठ बोलिया बेबे, मेरा जिस रीत नाल व्याह नहीं होया ਉਹਨੂੰ ਮੈਂ ਝੂਠ ਬੋਲ ਕੇ ਲੈ ਕੇ ਆਇਆ। ਨਿਹਾਲ, ਮੈਨੂੰ ਮਾਫ ਕਰ ਦੇ ਬੇਬੇ, ਨਹੀਂ ਤਾਂ ਤੇਰੇ ਬਦ ਨਸੀਬ ਪੁੱਤ ਨੂੰ ਰੱਬ ਨੇ ਵੀ ਮਾਫ ਨਹੀਂ ਕਰਨਾ। ਤੇਰੇ ਝੂਠ ਨੇ ਮੇਰਾ ਦਿਲ ਤਾਂ ਬਹੁਤ ਦੁਖਾਇਆ ਪੁੱਤ, ਪਰ ਮਾਂ ਦੀ ਖੁਸ਼ੀ ਲਈ ਇੰਨਾ ਕੁਛ ਕਰਨ ਵਾਲਾ ਪੁੱਤਰ ਕਿਹੜਾ ਰੱਬ ਸਾਰਿਆਂ ਨੂੰ ਦਿੰਦਾ ਨਾ। ਮੇਰਾ ਪੁੱਤ, ਸ਼ਾਇਦ ਜੇ ਤੂੰ ਇਹ ਝੂਠ ਨਾ ਬੋਲਦਾ ਤਾਂ ਮੈਨੂੰ ਜਸਨੀਤ ਵਰਗੀ ਧੀ ਦਾ ਪਿਆਰ ਨਾ ਮਿਲਦਾ। ਉਹਨੇ ਵੀ ਮੈਨੂੰ ਖੁਸ਼ ਰੱਖਣ ਲਈ ਬਹੁਤ ਕੁਛ ਕੀਤਾ। ਨਿਹਾਲ ਦੇ ਬਾਪੂ ਜੀ, ਨਿਹਾਲ ਨੂੰ ਮਾਫ ਕਰ ਦੇਣਾ, ਉਹਨੇ ਮੇਰੀ ਖੁਸ਼ੀ ਖਾਤਰ ਝੂਠ ਬੋਲਿਆ ਸੀ। ਮੈਨੂੰ ਨਿਹਾਲ ਨੇ ਸਭ ਕੁਛ ਸੱਚ ਸੱਚ ਦੱਸ ਦਿੱਤਾ ਬੇਟਾ। ਜੇ ਮੈਥੋਂ ਕਦੇ ਉੱਚਾ ਨੀਵਾਂ ਬੋਲਿਆ ਗਿਆ ਹੋਵੇ ਤਾਂ ਮੈਨੂੰ ਮਾਫ ਕਰ ਦੇ। ਨਾ ਬੇਬੇ, ਇੱਦਾਂ ਦੀਆਂ ਗੱਲਾਂ ਨਾ ਕਰੋ ਬੇਬੇ। ਮੈਨੂੰ ਆਪਣੀ ਪੂਰੀ ਜ਼ਿੰਦਗੀ 'ਚ ਕਿਸੇ ਨੇ ਇੰਨਾ ਪਿਆਰ ਨਹੀਂ ਦਿੱਤਾ ਜਿੰਨਾ ਤੁਸੀਂ ਇੰਨੇ ਥੋੜ੍ਹੇ ਦਿਨਾਂ 'ਚ ਦਿੱਤਾ। ਮੈਂ ਤਾਂ ਆਪ ਦੇਣਾ ਚਾਹੁੰਦਾ। ਤੈਨੂੰ ਕੋਈ ਬਾਹਰ ਮਿਲਣ ਆਇਆ? Happy birthday to you, happy birthday to you. Oh gosh, I missed you so much. I love you, my sweetheart. Oh, ki ho gaya, kithe gwachi hai? Apna hi birthday bhuli baithi hai. Jassi? Nihal. Nihal. रूप। हाय निहाल, नाइस टू मीट यू। सत श्री अकाल जी। सत श्री अकाल। मेरी बहना जी देरो। चलिए आपा। पुत्र, पहली बारी घर आए हो, कुछ चाय पानी पी के जाओ। बेबी जी, थैंक यू सो मच। एक्चुअली वी आर गेटिंग वेरी लेट। शैल वी लीव? नहीं, यू गो, आई विल कम। ओके, आई विल वेट नियर द कार। चंगा जी, सत श्री अकाल। पुत्र, जे फिर कदे इंडिया आई तो मिलके जरूर जाई। थैंक यू निहाल। एक गल होर, पग बन के रखिया कर, सोना लगता है। रूप वेट करदा।
थैंक यू सो मच सरदार जी, तुसी मेरी जस्सी का बड़ा ख्याल रखे। मैं तो कहना तुसी भी कोई सोहनी जी कुड़ी लभ लो और ब्याह करा लो, क्यों जस्सी? मेरी चिंता ना कर, हर सरदार नू कुड़ी मिल जाती है पर हर कुड़ी नू सरदार नहीं मिलता। ठीक है जी, चलिए आओ जी बैठो। स्टॉप द कार। व्हाट हैपेंड डार्लिंग, तू गड्डी तो थली क्यों उतराई? I hope everything is okay. Come on, let's go. एक मिनट। Okay, okay. I don't want to leave Roop. I don't know, but I just don't want to leave this place and go. Have you gone mad? मैं इतनी दूर तेनू लेने आया थे, तू कह रही तू मेरे नाल नहीं जा सकती? I don't know what's wrong with me, Roop. Just confused that all I know is मैं कनाडा नहीं वापस जाना चाहती। I just feel I'm missing something. Excuse me? Hello? Look at me. Look at me. Don't tell me that you're in love with Nihal. Oh my God. Oh my! Don't tell me that you're in love with Nihal. Shit! तू उन्हें एक बारी रुकने लगी, क्या कहता देखना सी? की फायदा, वो तो रूप नू प्यार कर दिया। वेखी निहाल कि ते पुले खिचने रह जी, कुड़ी दे ए ता पता लग जंदा हुंदा है कि रुस्सी की दे नाल है, पर ए कहना बहुत मुश्किल हुंदा है कि प्यार की दे नाल कर दिया। ए ता मैनू पता नहीं, बस मैं ता ही जानदा भी बंदा जी नू प्यार करदा होवे, उदा कदे दिल नहीं तोड़ सकता। निहाल ने तेनू कुछ कहा? वो ता झूठा है, कुछ नहीं कहंदा, बस गल्लां ही करी जांदा है। Okay, listen to me. Nihal is a very nice guy. जे तुसी दोनों एक दूजे नू प्यार कर दे होता, don't bother about me. I will do anything for your happiness, Jesse. Trust me. Thank you so much, Roop. Thanks a lot for that. नाले मैं तेरे घर दे नू आज सारा कुछ सच सच दस देना कि मैं वो मुंडा नहीं जिन्हें तेनू धोखे नाल कनेडा बुलाया सी। मैनू इह सच बारे तां पहले ही पता सी बेटा जी। मैं ये भी जानता कि तू आ सारा कुछ साड़ी खुशी लिए कर रहे हैं, तो मैं अपने परिवार की खुशी लिए तेनू अपना जवाई मन के तेरा वेलकम किया सी, पर मेरी अखा हाले भी इस कंजर नू लभ रही ने जिन्हें मेरी बेटी नू धोखा दिता सी। रहन दो पापा। ओ देख तां लैण दे किन्ना क सोहना मेरे नालों। प्लीज। ओ ले आओ रे। आई हेट हिम। हुण तेनू ते निहाल नू मिलाना। जड़ा जसनीत नू मेरे तो लेके गया। ओह नो। जसनीत कुछ बोली ना, मेरी गल ध्यान ना सुन, ए रूप ओही मुंडा वा जिन्हें सिमरत दी जिंदगी बर्बाद की थी। मैनू लगता तेरे ते जड़े अटैक हो रहे ने ना, ए भी यही करा रहे। Thank you.
ਜੱਸੀ ਤੂੰ ਘਬਰਾ ਕਿਉਂ ਰਹੀ ਹੈ? ਆਪਣੇ ਹੀ ਬੰਦੇ ਨੇ। ਮੈਂ ਤੇਰੇ ਕੋਲ ਨਾ ਵਾ, ਮੈਂ ਤੇ ਤੇਰਾ ਰੂਪ ਆ ਨਾ। ਕੁੜੀਆਂ ਰੂਪ ਤੋਂ ਭੱਜਦੀਆਂ ਨਹੀਂ, ਰੂਪ ਕੁੜੀਆਂ ਨੂੰ ਛੱਡ ਦਿੰਦਾ। ਤੂੰ ਚੱਲ ਮੇਰੇ ਨਾਲ, ਆ ਜਾ, ਚੱਲ ਚੱਲ ਮੇਰੇ ਨਾਲ। ਭੱਜ ਗਈ। ਹੁਣ ਐ ਨਾ ਪੁੱਛੀ ਕਿਹਦੇ ਨਾਲ ਗੱਲੇ ਗਈ, ਪਰ ਤੂੰ ਘਬਰਾਈ ਨਾ, ਬਿਲਕੁਲ ਨਾ ਘਬਰਾਈ। ਮੈਂ ਆਪਣੇ ਬੰਦੇ ਭੇਜੇ ਨੇ ਉਹਦੇ ਪਿੱਛੇ। ਮੈਂ ਤੇ ਕਹਿਣਾ ਤੂੰ ਵੀ ਆ ਜਾ, ਇਕੱਠਾ ਲੱਭਾਂਗੇ। ਜੇ ਜਸਨੀਤ ਨੂੰ ਕੁਛ ਹੋਇਆ ਨਾ। ਔਖਾ ਨਾ ਨਿਹਾਲ, ਹੁਣ ਤੱਕ ਤੂੰ ਉਹਨੂੰ ਬਚਾ ਰਿਹਾ ਸੀ ਜਦ ਮੈਂ ਉਹਨੂੰ ਮਾਰਨਾ ਨਹੀਂ ਚਾਹੁੰਦਾ ਸੀ, ਪਰ ਅੱਜ ਮੈਂ ਉਹਨੂੰ ਜ਼ਰੂਰ ਮਾਰਾਂਗਾ। ਜੇ ਸਿੰਘ ਤਾਂ ਮੈਂ ਨਾ ਤਾਂ ਬਚਾ ਲਿਆ ਆਪਣੀ ਕੌਰ ਨੂੰ। ਜਸਨੀਤ ਉਹ ਲੁੱਕਾ ਚੁੱਪੀ ਦਾ ਖੇਡ ਖੇਡਣਾ ਤਾਂ ਕੋਈ ਗੱਲ ਨਹੀਂ, ਖੇਡ ਲੈਨੇ ਆ। ਕੁੱਕ ਲੱਛੂ ਪਾਕੀ ਜੁਮੇ ਰਾਤ ਆਈ ਹੈ, ਜਿਹੜਾ ਅੱਗੇ ਪਿੱਛੇ ਦੇਖੇ ਉਹਦੀ ਸ਼ਾਬਤ ਆਈ ਹੈ। ਤੂੰ ਮੇਰੇ ਸਾਰੇ ਪਲੈਨ ਤੇ ਪਾਣੀ ਫੇਰ ਦਿੱਤਾ। ਤੇਰੇ ਤੇ ਮੈਂ ਇੰਨੇ ਅਟੈਕ ਕਰਵਾਏ, ਪਰ ਤੂੰ ਹਰ ਵਾਰੀ ਬਚਦੀ ਰਹੀ। ਚੜ੍ਹਦੀ ਕਿਉਂ? ਕਿਉਂਕਿ ਮੈਂ ਤੈਨੂੰ ਮਾਰਨਾ ਹੀ ਨਹੀਂ ਚਾਹੁੰਦਾ ਸੀ, ਸਿਰਫ ਡਰਾਉਣਾ ਚਾਹੁੰਦਾ ਸੀ ਤਾਂ ਕਿ ਸਾਰੀ ਦੁਨੀਆ ਤੇਰੀ ਫੈਮਿਲੀ ਤੇ ਸ਼ੱਕ ਕਰੇ। ਮੇਰੇ ਤੇ ਨੇ ਫਿਰ ਜਦੋਂ ਤੂੰ 21 ਸਾਲਾਂ ਦੀ ਕਰੋੜਪਤੀ ਬਣ ਜਾਂਦੀ, ਸਾਰੀ ਪ੍ਰਾਪਰਟੀ ਤੇਰੇ ਨਾਂ ਹੋ ਜਾਂਦੀ, ਤਾਂ ਮੈਂ ਤੇਰੇ ਨਾਲ ਵਿਆਹ ਕਰਦਾ। ਫਿਰ ਹੌਲੀ ਹੌਲੀ ਮੈਂ ਤੈਨੂੰ ਮਾਰਦਾ। ਆਟੋਮੈਟਿਕਲੀ ਸਾਰੀ ਪ੍ਰਾਪਰਟੀ ਮੇਰੇ ਨਾਂ ਹੋ ਜਾਂਦੀ। ਪਰ ਤੂੰ ਸੁਨਿਹਾਲ ਨੂੰ ਦਿਲ ਦੇ ਕੇ ਮੇਰੀ ਸਾਰੀ ਉਮੀਦਾਂ ਤੇ ਪਾਣੀ ਫੇਰ ਦਿੱਤਾ। ਪਰ ਹੁਣ ਤੂੰ ਮੇਰੇ ਕਬਜ਼ੇ 'ਚ ਹੈ। ਕੌਣ ਬਚਾਏਗਾ ਤੈਨੂੰ? ਉਹ ਸਿੰਘ, ਉਹ ਨਿਹਾਲ ਸਿੰਘ, ਉਹ ਤਾਂ ਡਰ ਗਿਆ। ਆਸ਼ਕ ਚੋ ਆਸ਼ਕ ਕੱਢਦੀ ਤਾਂ ਫੱਟ ਬੰਦੇ ਚੋਂ ਡਰ ਕੱਢਦੀ ਹੈ ਤਾਂ ਜੱਟ ਬਾਕੀ। ਲਾਤ
लो जी तुहाडे रूप दा काम तां निबड़ गया, हुण दसो की प्लान आ। मैं की दसना, बना ले अपने बेबे दी नूं, दस मंजूर है? जे मंजूर नहीं ते उहीं तेरे पिछे तपड़ तपड़ी होया फिरदा। गल सुन, गो बैक होम, कपड़े धोण वाले पए ने। हां कपड़े तां तू ही धोएगा? क्या एक्सपीरियंस तां तेरा ही ज्यादा है। ते रोटी रोटी भी तू ही बनाएगा? होर गुरुद्वारे हो लैनी है।